ਜੈ ਗੁਰੂ ਜੀ ਸੰਗਤ ਜੀ ਮੈਨੂੰ ਗੁਰੂ ਜੀ ਨੂੰ ਮਿਲਣ ਦਾ 95 ਦੇ ਵਿੱਚ ਮੌਕਾ ਮਿਲਿਆ ਗੁਰੂ ਜੀ ਦੀ ਇੰਨੀ ਮਿਹਰ ਹੋਈ ਕਿ ਮੈਂ ਉਸ ਦਿਨ ਤੇ ਗੁਰੂ ਜੀ ਦੇ ਨਾਲ ਗੁਰੂ ਜੀ ਨੇ 6-6 ਮਹੀਨੇ ਮੈਨੂੰ ਰੱਖਣਾ ਮੈਂ ਕਦੇ ਗੁਰੂ ਜੀ ਦੇ ਕਮਰੇ ਤੋਂ ਬਾਹਰ ਵੀ ਨਹੀਂ ਸੁੱਤਾ ਇਹ ਗੁਰੂ ਮਹਾਰਾਜ ਦੀ ਮਿਹਰ ਸੀ ਅੱਜ ਇੰਨਾ ਆਪਣੇ ਆਪ ਤੇ ਸੋਚ ਕੇ ਆਂਦਾ ਕਿ ਅਸੀਂ ਉਸ ਲਾਇਕ ਨਹੀਂ ਹੈ ਜਿੰਨਾ ਸਾਰੀ ਸੰਗਤ ਨੇ ਤੁਸੀਂ ਸਾਨੂੰ ਪਿਆਰ ਦਿੱਤਾ ਹੈ ਗੁਰੂ ਜੀ ਦੀ ਇੱਕੋ ਗੱਲ ਕਵਾਂਗਾ ਗੁਰੂ ਜੀ ਕਹਿੰਦੇ ਸੀ ਸੰਗਤ ਦੀ ਇੱਜ਼ਤ ਕਰੋ ਕਿਸੇ ਨੂੰ ਜਿਆਦਾ ਮਤਲਬ ਬਾਬੇ ਨਾ ਬਣਾਓ ਸੰਗਤ ਜੀ ਜਦੋਂ ਮੇਰੇ ਕੋਲ ਸ਼ਿਮਾਨੇਸ ਮੰਦਿਰ ਤੁਸੀਂ ਮੰਨੋਗੇ ਹਜ਼ਾਰ ਸੰਗਤ ਅੱਜ ਤਾਂ ਬਹੁਤ ਜਿਆਦਾ ਸੀ ਗੁਰੂ ਦਾ ਬਰਥਡੇ ਉਸ ਸੰਗਤ ਚ ਮੈਂ ਇੱਕ ਗੱਲ ਗਈ ਸੀ ਸੰਗਤ ਜੀ ਦੇਖੋ ਜਿਹੜੀ ਆਪਣੀ ਨਵੀਂ ਪੁਰਾਣੀ ਕੋਈ ਸੰਗਤ ਨਹੀਂ ਹੁੰਦੀ ਗੁਰੂ ਜੀ ਕਹਿੰਦੇ ਸੀ ਤੁਸੀਂ ਮੇਰੀ ਪੁਰਾਣੀ ਸੰਗਤ ਸਾਰੇ ਹੋ ਕਿਸੇ ਨੂੰ ਅੱਜ ਮੌਕਾ ਮਿਲਿਆ ਕਿਸੇ ਨੂੰ ਕੱਲ ਮਿਲਿਆ ਹਰੇਕ ਦੀ ਐਂਟਰੀ ਅਲੱਗ-ਅਲੱਗ ਸਮੇਂ ਤੇ ਹੈ ਸੰਗਤ ਜੀ ਗੁਰੂ ਜੀ ਕੰਟੈਕਟ ਬਣਾਉਣ ਤੋਂ ਬੜਾ ਉਹ ਗੁਰੂ ਜੀ ਕਹਿੰਦੇ ਸੀ ਸੰਗਤ ਚ ਕਦੇ ਕੰਟੈਕਟ ਨਹੀਂ ਬਣਾਈਦੇ ਕਿਉਂਕਿ ਤੁਸੀਂ ਆਮ ਦੇਖਦੇ ਹੋਵੋਗੇ ਮੈਂ ਸਾਰੀ ਉਮਰ ਗੁਰੂ ਜੀ ਨਾਲ ਰਿਹਾ ਦਿੱਲੀ ਚੰਡੀਗੜ੍ਹ ਸੁਦਾਂਟੀ ਦੇ ਘਰ ਅ ਸੰਗਤ ਜੀ ਜਦੋਂ ਗੁਰੂ ਜੀ ਕਹਿੰਦੇ ਸੀ ਕਿ ਮਹਾਪੁਰਸ਼ ਕਦੇ ਸਫਾਰਿਸ਼ ਨਹੀਂ ਕਰਦੇ ਉਹ ਆਪਣੀ ਸ਼ਕਤੀ ਨਾਲ ਕਰਾ ਦਿੰਦੇ ਆ ਸੋ ਸੰਗਤ ਜੀ ਤੁਸੀਂ ਜਦੋਂ ਸੰਗਤ ਜਾਂਦੇ ਹੋ ਗੁਰੂ ਜੀ ਕਿਆ ਕਰਦੇ ਸੀ ਤੁਹਾਨੂੰ ਕੀ ਪਤਾ ਤੁਹਾਨੂੰ ਕੀ ਮਿਲਦਾ ਸੰਗਤ ਜੀ ਜਦੋਂ ਦੇਖੋ ਗੁਰੂ ਜੀ ਕਿਆ ਕਰਦੇ ਸੀ ਕਿ ਜਦੋਂ ਮਹਾਂਪੁਰਸ਼ਾਂ ਕੋ ਲਾਓ ਕਦੇ ਕਿਸੇ ਨਾਲ ਡਿਸਕਸ ਨਹੀਂ ਕਰਨਾ ਕਿਉਂਕਿ ਤੁਸੀਂ ਕਿਸੇ ਨਾਲ ਗੱਲ ਕਰੋ ਉਹ ਕਹਿੰਗੇ ਛੱਡੋ ਅੱਜ ਨਹੀਂ ਆਪਾਂ ਕੱਲ ਚੱਲਦੇ ਹਾਂ ਸੰਗਤ ਜੀ ਗੁਰੂ ਜੀ ਤਾਂ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਤੁਸੀਂ ਦੇਖੋ ਇੱਕ ਰੂਟੀਨ ਦੀ ਲਾਈਫ ਦੀਆਂ ਗੱਲਾਂ ਗੁਰੂ ਜੀ ਨੇ ਹਮੇਸ਼ਾ ਹਰ ਬੰਦੇ ਨਾਲ ਗੱਲ ਕੀਤੀ ਹੈ ਸੰਗਤ ਜੀ ਮੈਂ ਇਹ ਕਹਿਣਾ ਕੋਈ ਇਸ ਦਰਬਾਰ ਦੇ ਵਿੱਚ ਨਾ ਕੋਈ ਗਰੀਬ ਨਾ ਅਮੀਰ ਸੰਗਤ ਜੀ ਹਰ ਬੰਦੇ ਦਾ ਆਪਣਾ ਪੇਸ਼ਾ ਆਪਣਾ ਕੰਮ ਹੈ ਗੁਰੂ ਮਹਾਰਾਜ ਨੂੰ ਇੱਕ ਵਾਰੀ ਕਿਸੇ ਨੇ ਕਿਹਾ ਕਹਿੰਦੇ ਗੁਰੂ ਜੀ ਫਰਾਣੇ ਆਉਂਦਾ ਆਪਣਾ ਕੰਮ ਕਰਾ ਕੇ ਮੁੜ ਕੇ ਆਂਦੀ ਨਹੀਂ ਸੰਗਤ ਇਹ ਸੁਦਾ ਅੰਟੀ ਦੇ ਕਾਰ ਦੀ ਗੱਲ ਹੈ ਗੁਰੂ ਜੀ ਨੇ ਛੇਪਰਾਣ ਜਾਣਾ ਸੀ ਬਾਹਰ ਬੈਠੇ ਸੀ ਮੈਂ ਗੁਰੂ ਦੀਆਂ ਲਤਾਂ ਦਬਾਰਿਆ ਸੀ ਤੇ ਗੁਰੂ ਜੀ ਕਹਿਣ ਲੱਗੇ ਭੈਣ ਜੀ ਕਹਿੰਦੇ ਮਹਾਪੁਰਸ਼ਾਂ ਕੋਲ ਜਿਹੜਾ ਵੀ ਆਏਗਾ ਉਹਦਾ ਕਲਿਆਣ ਹੋਣਾ ਹੀ ਹੋਣਾ ਤੁਸੀਂ ਮੰਗੋ ਜਾਂ ਨਾ ਮੰਗੋ ਗੁਰਦੀ ਕਹਿੰਦੇ ਭੈਣ ਜੀ ਇੱਕ ਤੁਸੀਂ ਜਿਹੜਾ ਚੰਦਰਮਾ ਉਹ ਜਦੋਂ ਲਾਈਟ ਦਿੰਦਾ ਉਹ ਵੇਖਦਾ ਹੀ ਕਿਹਦਾ ਘਰ ਹੈ ਕਹਿੰਦੇ ਤੁਸੀਂ ਆਪਸ ਦੇ ਰਿਲੇਸ਼ਨ ਦੇਖਦੇ ਹੋ ਵੀ ਮੇਰੇ ਨਾਲ ਉਹ ਨਮਸਤੇ ਕਰਦਾ ਕਿ ਨਹੀਂ ਕਰਦਾ ਜਾਂ ਮੇਰੇ ਨਾਲ ਬੋਲਚਾਲ ਹੈ ਗੁਰੂ ਜੀ ਕਹਿੰਦੇ ਮਹਾਪੁਰਸ਼ਾਂ ਕੋਲ ਤੇ ਤੁਸੀਂ ਕੁਝ ਵੀ ਨਹੀਂ ਆਏ ਹੋ ਤੁਹਾਡਾ ਕਲਿਆਣ ਹੋਣਾ ਹੀ ਹੋਣਾ ਜਦੋਂ ਅਸੀਂ ਧੁੱਪ ਕੋਲ ਜਾਂਦੇ ਆ ਤੇ ਸਾਨੂੰ ਸੇਕ ਲੱਗਣਾ ਹੀ ਲੱਗਣਾ ਸੰਗਾਜੀ ਗੁਰੂ ਜੀ ਕਿਆ ਕਰਦੇ ਸੀ ਨਾ ਵੀ ਮੰਨੋ ਮੰਗੋ ਨਹੀਂ ਉਹਨਾਂ ਦਾ ਮਤਲਬ ਸੀ ਕਿ ਪਤਾ ਨਹੀਂ ਪਰਮਾਤਮਾ ਨੇ ਗੁਰੂ ਨੇ ਮਹਾਪੁਰਸ਼ਾਂ ਨੇ ਤੁਹਾਨੂੰ ਕੀ ਦੇਣਾ ਹੈ ਕਿਉਂਕਿ ਅਸੀਂ ਤਾਂ ਆਪਣੀ ਸੋਚ ਦੇ ਮੁਤਾਬਕ ਮੰਗਾਗੇ ਸੰਗਾਜੀ ਗੁਰੂ ਜੀ ਨੇ ਹਰ ਬੰਦੇ ਨੂੰ ਪਿਆਰ ਕੀਤਾ ਔਰ ਉਹ ਅੱਜ ਵੀ ਕਰ ਰਹੇ ਹੈ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਆਪਣੀ ਪਰਸਨਲ ਗੱਲ ਸੁਣਾਣਾ ਜਦੋਂ ਮੈਨੂੰ ਕਿਥੋਂ ਪਤਾ ਲੱਗਾ ਗੁਰੂ ਜੀ ਬਾਰੇ 95 ਦੇ ਵਿੱਚ ਮੈਂ ਆਪਣੀ ਵਾਈਫ ਨੂੰ ਕਿਹਾ ਵੀ ਜਾਣਾ ਹੈ ਸੰਗਤ ਜੀ ਸਭ ਨੂੰ ਪਤਾ ਮੈਂ ਕਾਰ ਚ ਨਹੀਂ ਬੈਠਦਾ ਮੈਨੂੰ ਗੁਰੂ ਜੀ ਜ਼ਬਰਦਸਤੀ ਬਿਠਾ ਕੇ ਲੈ ਜਾਂਦੇ ਸੀ ਮੈਂ ਇਹ ਨਾ ਲੁੱਕ ਜਾਂਦਾ ਸੀ ਜਦੋਂ ਗੁਰੂ ਜੀ ਨੇ ਕਦੇ ਅੰਪਾਇਰ ਸਟੇਟ ਲੌਂਗ ਵਾਕ ਤੇ ਜਾਣਾ ਲੌਂਗ ਡਰਾਈਵ ਤੇ ਜਾਣਾ ਸੰਗਤ ਜੀ ਅਸੀਂ ਗੁਰੂ ਜੀ ਕੋਲ ਗਏ ਮੇਰਾ ਪੰਜਾਬ ਵਾਟਸਪਾਈ ਸਿਵਰੇਜ ਬੋਰਡ ਸੀ ਸਾਡੇ ਵਾਟਰ ਟੈਂਕ ਲੱਗਾ ਸੀ ਉੱਥੇ ਗੁਰੂ ਜੀ ਦੇ ਕੋਲ ਤੁਹਾਨੂੰ ਮੈਂ ਦੱਸਿਆ ਵੀ ਜਿਲੰਧਰ ਬਹੁਤ ਘੱਟ ਸੰਗਤ ਹੁੰਦੀ ਸੀ ਤਿੰਨ ਤਿੰਨ ਵਾਰੀ ਲੰਗਰ ਹੁੰਦਾ ਸੀ ਇੱਕ ਛੋਟੀ ਜੀ ਹੋਰ ਗੱਲ ਦੱਸਦਾ ਕਿ ਗੁਰੂ ਜੀ ਦਾ 4 ਦਿਨ ਫਾਸਟ ਵੀ ਹੁੰਦਾ ਹੈ ਸੰਗਤ ਜੀ ਮੈਂ ਆਪਣੇ ਨਾ ਵਾਟਰ ਟੈਂਕ ਤੇ ਉੱਥੇ ਬੰਦੇ ਨੂੰ ਪੁੱਛਿਆ ਮੈਨੂੰ ਕਹਿੰਦਾ ਜੀ ਬਹੁਤ ਪਹੁੰਚੇ ਹੋਏ ਗੁਰੂ ਜੀ ਹੈ ਇਹਨਾਂ ਕੋਲ ਤਾਂ ਲਾਲ ਬੱਤੀ ਵਾਲੀਆਂ ਰਾਤ ਨੂੰ ਗੱਡੀਆਂ ਆਉਂਦੀਆਂ ਸੰਗਤ ਜੀ ਜਿਸ ਰਾਤ ਨੂੰ ਅਗਲੇ ਦਿਨ ਮੈਂ ਗੁਰੂ ਜੀ ਕੋਲ ਜਾਣਾ ਸੀ ਗੁਰੂ ਮਹਾਰਾਜ ਨੇ ਦਰਸ਼ਨ ਦਿੱਤੇ ਇਹ ਅਸੀਂ ਅੱਜ ਗੱਲ ਕਰ ਰਹੇ ਹਾਂ ਉਦੋਂ ਸਾਨੂੰ ਸਮਝ ਨਾ ਹੋਣਾ ਨਾ ਪਹਿਲੇ ਸੀ ਉਹ ਮੈਨੂੰ ਕਹਿੰਦਾ ਜੀ ਤੁਸੀਂ ਦੇਖਣਾ ਛਾਂ ਨੂੰ ਲਾਲ ਬੱਤੀ ਵਾਲੀਆਂ ਗੱਡੀਆਂ ਹੋਣਗੀਆਂ ਚਲੋ ਗੁਰੂ ਮਹਾਰਾਜ ਦੀ ਕਿਰਪਾ ਹੋਈ ਅਸੀਂ ਦੁਪਹਿਰੇ ਅੰਦਰ ਗਏ ਜਦੋਂ ਸੰਗਤ ਜੀ ਗੁਰੂ ਜੀ ਜਿਲੰਦਰ ਦੇ ਵਿੱਚ ਫਸਟ ਫਲੋਰ ਤੇ ਉੱਪਰ ਗੁਰੂ ਜੀ ਦਾ ਕਮਰਾ ਵੀ ਸੀ ਝੂਲਾ ਲੱਗਾ ਗੁਰੂ ਜੀ ਤਿਆਰ ਹੋ ਕੇ ਆਏ ਪੋੜੀਆਂ 'ਚ ਐਨੀ ਖਸ਼ਬੂ ਹੀ ਖਸ਼ਬੂ ਆ ਰਹੀ ਸੀ ਤੇ ਲੋ ਅਸੀਂ ਪਹਿਲੀ ਵਾਰ ਹੀ ਗਏ ਸੀ ਸੰਗਤ ਜੀ ਗੁਰੂ ਮਹਾਰਾਜ ਅੱਜ ਹਰੇਕ ਦੇ ਨਾਲ ਹੈ ਮੇਰੇ ਤੁਹਾਡੇ ਨਾਲ ਨਹੀਂ ਹਰ ਸ੍ਰਿਸ਼ਟੀ ਦੇ ਹਰ ਪਲ-ਪਲ ਸਭ ਦੇ ਨਾਲ ਹੈ ਸੰਗਾਜੀ ਗੁਰੂ ਜੀ ਜਦੋਂ ਉੱਪਰੋਂ ਆਏ ਗੁਰੂ ਜੀ ਨਾ ਸੰਗਤ ਚ ਕੱਲੇ-ਕੱਲੇ ਨੂੰ ਜਾ ਕੇ ਬੁਲਾਉਂਦੇ ਸੀ ਇਹ ਨਹੀਂ ਕਿ ਬਾਕੀ ਆਉਂਗੇ ਜਿਵੇਂ ਗੁਰੂ ਜੀ ਕਹਿੰਦੇ ਨਾ ਉਹ ਕਹਿੰਦਾ ਜੀ 20000 ਦੇਓ ਤੇ ਮੱਥਾ ਟੇਕ ਲਓ ਨਹੀਂ ਗੁਰੂ ਜੀ ਖੁਦ ਮੇਰੇ ਕੋਲ ਉੱਥੇ ਮੈਂ ਸੰਗਤ ਚ ਬੈਠਾ ਗੁਰੂ ਜੀ ਆਏ ਗੁਰੂ ਜੀ ਕਹਿੰਦੇ ਤੂੰ ਇਹ ਜਿਹੜਾ ਸਕੂਟਰ ਤੇ ਆਇਆ ਮੈਂ ਹੱਥ ਜੋੜੇ ਸੰਗਾਜੀ ਹੁਣ ਤਾਂ ਬੋਲ ਰਿਹਾ ਤਾਂ ਬੋਲ ਵੀ ਨਹੀਂ ਸੀ ਹੁੰਦਾ ਮੈਂ ਕਿਹਾ ਜੀ ਗੁਰੂ ਜੀ ਕਹਿੰਦੇ ਕੀ ਕੰਮ ਹੈ ਦੱਸ ਮੈਂ ਕਿਹਾ ਗੁਰੂ ਜੀ ਦਰਸ਼ਨ ਕਰਨ ਆਇਆ ਕਹਿੰਦੇ ਬਿਨਾ ਮਤਲਬ ਕੋਈ ਨਹੀਂ ਆਉਂਦਾ ਇੱਥੇ ਮੇਰ ਨਾਲ ਵਾਈਫ ਬੈਠੀ ਮੇਰੇ ਕੂਣੀਆਂ ਮਾਰੀਏ ਤੁਸੀਂ ਕੋ ਮੈਂ ਤੋ ਸਫਰ ਨਹੀਂ ਹੁੰਦਾ ਸਫਰ ਨਹੀਂ ਹੁੰਦਾ ਮੈਂ ਕੁਛ ਨਹੀਂ ਕਿਹਾ ਜੀ ਸੰਗਤ ਜੀ ਫਸਟ ਟਾਈਮ ਉਹ ਤੋਂ ਗੁਰੂ ਜੀ ਦੇ ਦਰਸ਼ਨ ਹੋਏ ਫਿਰ ਜਦੋਂ ਅਸੀਂ ਆਗਿਆ ਲਈ ਤੀ ਗੁਰੂ ਜੀ ਮੈਨ ਕਹਿੰਦੇ ਅਗਲੇ ਮਹੀਨੇ ਆ ਜੀ ਚਾਂਦੀ ਦਾ ਕੜਾ ਬਣਾ ਕੇ ਲਿਆਓ ਚਲੋ ਸੰਗਤ ਜੀ ਗੁਰੂ ਜੀ ਨੇ ਆਲਮੋਸਟ ਸਾਰੀ ਸੰਗਤ ਨੂੰ ਚਾਂਦੀ ਦਾ ਕੜਾ ਬles ਕਰਕੇ ਦੇਣਾ ਤੁਸੀਂ ਦੇਖੋਗੇ ਸਾਰਿਆਂ ਦੇ ਪਾਏ ਹੋਏ ਆ ਸੰਗਤ ਜੀ ਗੁਰੂ ਜੀ ਤਾਂ ਆਪਣੀ ਹਰ ਇੱਕ ਸੰਗਤ ਨੂੰ ਬਹੁਤ ਪਿਆਰ ਕਰਦੇ ਸੀ ਮੈਂ ਇੱਕੋ ਗੱਲ ਕਹਨਾ ਜੇ ਕੋਈ ਕਹਿੰਦਾ ਮੈਂ ਗੁਰੂ ਜੀ ਦੇ ਸਭ ਤੋਂ ਨੇੜੇ ਆ ਉਹ ਸਦਾ ਹੀ ਝੂਠ ਹੈ ਜੇ ਕੋਈ ਕਹਿੰਦਾ ਮੈਂ ਨੇੜੇ ਆ ਉਹ ਸਦਾ ਹੀ ਸੱਚ ਹੈ ਸੰਗਤ ਜੀ ਇਹ ਚੀਜ਼ਾਂ ਸਿਰਫ ਇਸ ਕਰਕੇ ਅੱਜ ਕਹਿੰਨੇ ਆ ਕਿਉਂਕਿ ਜਿਨ੍ਹਾਂ ਨੇ ਗੁਰੂ ਜੀ ਦੇ ਫਿਜ਼ੀਕਲ ਰੂਪ ਦੇ ਦਰਸ਼ਨ ਨਹੀਂ ਕੀਤੇ ਉਹ ਕਦੇ ਵੀ ਸਾਨੂੰ ਹੀ ਰੱਬ ਸਮਝ ਲੈਂਦੇ ਆ ਗੁਰੂ ਜੀ ਕਹਿੰਦੇ ਸੀ ਸੰਗਤ ਹੀ ਬੰਦੇ ਨੂੰ ਬਗੜਦੀ ਹੈ ਸੰਗਤ ਜੀ ਬੰਦੇ ਦੀ ਇੱਜ਼ਤ ਕਰੋ ਗੁਰੂ ਜੀ ਹਮੇਸ਼ਾ ਕਹਿੰਦੇ ਸੀ ਸੰਗਤ ਜੀ ਜਦੋਂ ਅਸੀਂ ਮਸੀਹ ਨਾਲ ਵਾਪਸ ਕੇ ਜਾ ਰਹੇ ਸੀ ਸਕੂਟਰ ਤੇ ਤੇ ਚਲੋ ਰਸਤੇ 'ਚ ਮੈਨੂੰ ਮਸੀਹ ਕਹਿਣ ਲੱਗੇ ਕਹਿੰਦੇ ਗੁਰੂ ਜੀ ਨਾ ਸੈਂਟ ਬੜੀ ਲਗਾਉਂਦੇ ਆ ਚਲੋ ਮੈਂ ਵੀ ਚੁੱਪ ਕਰ ਗਿਆ ਮੈਨੂੰ ਥੋੜਾ ਜਿਹਾ ਪਤਾ ਸੀ ਸੰਗਤ ਜੀ ਗੁਰੂ ਜੀ ਦੇ ਹਰ ਰੰਗ 'ਚੋਂ ਬਾਡੀ 'ਚੋਂ ਬਹੁਤ ਖੁਸ਼ਬੂ ਆਉਂਦੀ ਕਹਿੰਦੇ ਇਹ کئی ਹਜ਼ਾਰ ਸਾਲਾਂ ਤੋਂ ਬਾਅਦ ਜਦੋਂ ਪਰਮਾਤਮਾ ਖੁਦ ਇਸ ਧਰਤੀ 'ਤੇ ਆਉਂਦਾ ਉਹਨਾਂ ਦੇ ਵਿੱਚੋਂ ਮਹਾਂਪੁਰਸ਼ਾਂ 'ਚੋਂ ਪਰਮਾਤਮਾ 'ਚੋਂ ਪੂਲੇਨਾ 'ਚੋਂ ਇਹ ਖੁਸ਼ਬੂ ਆਉਂਦੀ ਹੈ ਚਲੋ ਸੰਗਤ ਜੀ ਮੈਂ ਵੀ ਗੱਲ ਸੁਣ ਲਈ ਤੇ ਅਸੀਂ ਸ਼ਾਮ ਨੂੰ ਆਪਣੇ ਘਰ ਪਹੁੰਚ ਗਏ ਜਦੋਂ ਅਸੀਂ ਘਰ ਪਹੁੰਚੇ ਅਗਲੇ ਦਿਨ ਸੰਗਤ ਜੀ ਸਾਡਾ ਪਿੱਛੇ ਇੱਕ ਸਟੋਰ ਬਣਾਇਆ ਸੀ ਮਿਸੇ ਮੈਨੂੰ ਕਹਿਣ ਲੱਗੇ ਕਹਿੰਦੇ ਸਾਡੇ ਨਾ ਸਟੋਰ 'ਚ ਕਿਸੇ ਨੇ ਕੁਝ ਰੱਖਤਾ ਬੜੀ ਖਸ਼ਬੂ ਆ ਰਹੀ ਹੈ ਮੈਨੂੰ ਥੋੜਾ ਜਿਹਾ ਆਈਡੀਆ ਸੀ ਜਦੋਂ ਮਿਸੇ ਸਟੋਰ ਦੇ ਅੰਦਰ ਪੈ ਰੱਖੇ ਐਨੀ ਖਸ਼ਬੂ ਐਨੀ ਖਸ਼ਬੂ ਜਦੋਂ ਬਾਹਰ ਪੈ ਰੱਖੇ ਤੇ ਖਤਮ ਹੋ ਜੇ ਫੇ ਮੈਂ ਇਹਨੂੰ ਦੱਸਿਆ ਵੀ ਗੁਰੂ ਮਹਾਰਾਜ ਸਾਡੇ ਨਾਲ ਹੈ ਸਾਡੇ ਘਰ ਆਏ ਹੈ ਸੰਗਤ ਜੀ ਮੈਂ ਦੇਖੋ ਇਹ ਸਰੂਪ ਦਰਸ਼ਨ ਵੀ ਇੱਕ ਦਰਸ਼ਨ ਹੈ ਸੰਗਤ ਜੀ ਕਈ ਵਾਰੀ ਕੋਈ ਕਹਿੰਦਾ ਵੀ ਜੇ ਮੇਰੇ ਨਾਲ ਹੋਵੇ ਸੋ ਸੰਗਤ ਜੀ ਜਦੋਂ ਵੀ ਤੁਹਾਨੂੰ ਗੁਰੂ ਜੀ ਦਾ ਕੋਈ ਵੀ ਸੁਪਨਾ ਆਵੇ ਉਹ ਸਦਾ ਹੀ ਸੱਚ ਹੈ ਇਹ ਨਾ ਸਮਝੋ ਕਿ ਇਹ ਕੋਈ ਆਮ ਸੁਪਨਾ ਹੈ ਗੁਰੂ ਜੀ ਕਿਆ ਕਰਦੇ ਸੀ ਕਿ ਮੇਰਾ ਕੋਈ ਸੁਪਨਾ ਲੈ ਕੇ ਦਿਖਾ ਦੇ ਸੰਗਤ ਜੀ ਗੁਰੂ ਮਹਾਰਾਜ ਅੱਜ ਵੀ ਪਲ-ਪਲ ਹਰੇਕ ਦੇ ਨਾਲ ਹੈ ਜਿਹੜਾ ਇੱਥੇ ਗੁਰੂ ਮਹਾਰਾਜ ਕੋਲ ਆਇਆ ਉਹਦਾ ਕਲਿਆਣ ਹੋਣਾ ਹੀ ਹੋਣਾ ਹੈ ਸੰਗਤ ਜੀ ਤੁਹਾਨੂੰ ਮੈਂ ਦਿੱਲੀ ਦੀ ਛੋਟੀ ਜੀ ਗੱਲ ਸੁਣਾਉਣਾ ਅੰਪਾਇਰ ਸਟੇਟ ਸੀ ਅਸੀਂ ਗੁਰੂ ਜੀ ਨਾ ਸ਼ਾਮ ਨੂੰ ਗੁਰੂ ਜੀ ਨੇ ਉੱਪਰ ਨਾ ਆ ਕੇ ਆਣਾ ਸਾਡੇ ਕੋਲ ਤਿੰਨ ਸਾਧੂ ਆਏ ਜੀ ਉੱਥੇ ਤੇ ਅਸੀਂ ਉਹਨਾਂ ਨੂੰ ਜਿਵੇਂ ਕੁਝ ਰੁਟੀਨ ਚ ਕੋਈ ਆਂਦਾ ਸੀ ਦੇ ਦੇਈਦਾ ਸੀ ਗੁਰੂ ਜੀ ਜਦੋਂ ਆਏ ਗੁਰੂ ਜੀ ਥੋੜੀ ਦੇਰ ਬਾਅਦ ਆ ਕੇ ਗੁਰੂ ਜੀ ਕਹਿੰਦੇ ਅਸੀਂ ਕਿਹਾ ਗੁਰੂ ਜੀ ਤਿੰਨ ਸਾਧੂ ਆਏ ਸੀ ਕਹਿੰਦੇ ਉਹ ਸਾਧੂ ਨਹੀਂ ਉਹ ਵਿਸ਼ਨੂੰ ਬ੍ਰਹਮਾ ਮਹੇਸ਼ੀ ਸੰਗਤ ਜੀ ਅਸੀਂ ਜਾ ਕੇ ਬਾਹਰ ਦੇਖਿਆ ਅੰਪਾਇਰ ਸ਼ੈਡ ਕੋਈ ਨਹੀਂ ਸੀ ਇਹ ਸੁਦਾ ਅੰਟੀ ਛੋਟੂ ਮਤਲਬ ਸਾਰਿਆਂ ਨੂੰ ਪਤਾ ਹੈ ਸੰਗਤ ਜੀ ਗੁਰੂ ਜੀ ਨੇ ਤੇ ਦੇਖੋ ਡਵਾਈਨ ਪ੍ਰਸ਼ਾਦ ਵੀ ਦਿੱਤਾ ਹੈ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਸੁਣਾਉਣਾ ਗੁਰੂ ਜੀ ਅਸੀਂ ਕਈ ਵਾਰੀ ਸੰਗਤ ਚ ਨਾ ਬੰਦੇ ਨਰਾਜ ਹੋ ਜਾਂਦੇ ਆ ਸਾਨੂੰ ਸੇਵਾ ਨਹੀਂ ਦਿੰਦੇ ਸੰਗਤ ਜੀ ਗੁਰੂ ਜੀ ਕਿਆ ਕਰਦੇ ਸੇਵਾ ਕਦੇ ਮੰਗ ਕੇ ਨਹੀਂ ਲਈਦੀ ਤੁਸੀਂ ਬਾਹਰ ਸਫਾਈ ਦੀ ਸੇਵਾ ਲੈ ਲਓ ਮੈਂ ਤਾਂ ਇਹ ਕਹਿੰਦਾ ਹਾਂ ਕਰੋਨਾ ਦੇ ਵਿੱਚ ਕੈਸਰਬੇਦੀ ਤੁਸੀਂ ਵੋਟਰ ਲੋ 50 ਬੰਦਿਆਂ ਦੀ ਸੇਵਾ ਕਰੋ ਕੋਈ ਤੁਹਾਨੂੰ ਮਨਾ ਨਹੀਂ ਕਰੇਗਾ ਸੰਗਤ ਜੀ ਮੈਂ ਆਪਣੇ ਮਨ ਦੇ ਵਿੱਚ ਮਹਾਰਾਜ ਨੂੰ ਅਰਦਾਸ ਕਰਨੀ ਗੁਰੂ ਜੀ ਮੈਂ ਇੱਕ ਹਫਤਾ ਰਹਿਣਾ ਤੁਹਾਡੇ ਕੋਲ ਮੈਂ ਜਦੋਂ ਇੱਕ ਸ਼ਿਵਰਾਤਰੀ ਦਾ ਦਿਨ ਸੀ ਸੰਗਤ ਜੀ ਸਾਡੇ ਚੰਮ ਸਾਹਿਬ ਸੀ ਪੀਐਸ ਸਾਹਿਬ ਤਾਮੀ ਸਾਹਿਬ ਸਾਡੇ ਸਾਰੇ ਗੁਰੂ ਜੀ ਦੇ ਭਗਤ ਸੀ ਸਾਡੇ ਕੋ ਕਿਸੇ ਮਨਿਸਟਰ ਨੇ ਆਣਾ ਸੀ ਮੀਟਿੰਗ ਸੀ ਤੇ ਉਸ ਦਿਨ ਸ਼ਿਵਰਾਤਰੀ ਦਾ ਪ੍ਰੋਗਰਾਮ ਸੀ ਜਦੋਂ ਮੈਂ ਅਈ ਕੋ ਜੇ ਮੈਂ ਕਹਾ ਜੀ ਮੈਂ ਤਾਂ ਜਲੰਧਰ ਚੱਲਿਆ ਮੈਨੂੰ ਚਾਂਸਾ ਕਹਿੰਦੇ ਨਹੀਂ ਰੁਕ ਜਾ ਮੈਂ ਕਹਾ ਨਹੀਂ ਜੀ ਮੈਂ ਜਾਣਾ ਮੈਨੂੰ ਪਤਾ ਲੱਗਿਆ ਸੀ ਕਿ ਗੁਰੂ ਮਹਾਰਾਜ ਕਿਸੇ ਨੂੰ ਨਹੀਂ ਆਪਣੇ ਕੋ ਰੱਖਦੇ ਜੀ ਮੈਂ ਮਹਾਰਾਜ ਨੂੰ ਇੱਕ ਹਫ਼ਤਾ ਅਰਦਾਸ ਕੀਤੀ ਗੁਰੂ ਜੀ ਮੈਂ ਤੁਹਾਡੇ ਕੋਲ ਇੱਕ ਹਫ਼ਤਾ ਰਹਿਣਾ ਸੰਗਤ ਜੀ ਮੈਂ ਆਪਣਾ ਸਕੂਟਰ ਚੱਕਿਆ ਸ਼ਾਮ ਨੂੰ ਪਹੁੰਚ ਗਿਆ ਜਦੋਂ 7:00 ਵਜੇ ਨਾ ਜੀ ਸੰਗਤ ਜੀ ਗੁਰੂ ਜੀ ਨਾ ਬਾਕੀ ਆਵੰਗੂ ਨਹੀਂ ਸੀ ਗੁਰੂ ਜੀ ਨੇ ਇੱਕ ਢੇੜਾ ਲਗਾਣਾ ਹਰ ਚੀਜ਼ ਆਪ ਚੈੱਕ ਕਰਦੇ ਸੀ ਗੁਰੂ ਜੀ ਨੇ ਆ ਕੇ ਦੇਖਿਆ ਜਿਲੰਦਰ ਦੇ ਵਿੱਚ ਲੜੀਆਂ ਲੱਗੀਆਂ ਲਾਈਟਾਂ ਲੱਗੀਆਂ ਹੋਈਆਂ ਸੀ ਬਿਲਡਿੰਗ ਤੇ ਇੱਕ ਪੋਰਸ਼ਨ ਦਾ ਲਾਈਟ ਦਾ ਬੰਦ ਹੋ ਗਿਆ ਗੁਰੂ ਜੀ ਕਹਿੰਦੇ ਬਲਾਓ ਚੰਡੀਗੜਾ ਲੈਣੋ ਗੁਰੂ ਜੀ ਉਹਦਾ ਮੈਨੂੰ ਨੈਟਵਰਕ ਕਹਿੰਦੇ ਹੁੰਦੇ ਸੀ ਸੰਗਤ ਜੀ ਗੁਰੂ ਜੀ ਕਹਿੰਦੇ ਬਲਾਓ ਚੰਡੀਗੜਾ ਦਾ ਨੈਟਵਰਕ ਨੂੰ ਸੰਗਤ ਜੀ ਮੈਂ ਗਿਆ ਉਹਨਾਂ ਦੀ ਇੰਨੀ ਮੇਰ ਸਿੰਗਲ ਫੇਸ ਲਾਈਨ ਔਰ ਮੈਂ ਚਲਦੀ ਲਾਈਨ ਦੇ ਵਿੱਚ ਗੁਰੂ ਮਹਾਰਾਜ ਦੀ ਉਹ ਲਾਈਟ ਚਾਲੂ ਹੋ ਗਈ ਤੇ ਜਦੋਂ ਸ਼ਿਵਰਾਤਰੀ ਦੀ ਰਾਤ ਸੀ ਫੰਕਸ਼ਨ ਖਤਮ ਹੋਇਆ ਤੇ ਮੈਂ ਸ਼ਗਨ ਅੰਕਲ ਜੋ ਡਰਾਈਵਰ ਸੀ ਏ 95 ਦੀ 95 6 ਦੀ ਗੱਲ ਹੈ ਦੇਖੋ ਯਾਦ ਰੱਖੀ ਜਾਨੀ ਐਗਜ਼ੈਕਟ ਮੈਨੂੰ ਉਹਨਾਂ ਦਾ ਬੇਟਾ ਰਵੀ ਵੀ ਰਹਿੰਦਾ ਸੀ ਰਵੀ ਮੈਨੂੰ ਕਹਿੰਦਾ ਨਟਰਾ ਜੀ ਗੁਰੂ ਜੀ ਗੁੱਸਾ ਕਰਾਂਗੇ ਤੁਸੀਂ ਇੱਥੇ ਰੋ ਮੈਂ ਕਿਹਾ ਜੀ ਮੈਂ ਨਹੀਂ ਕਹਿੰਦਾ ਮੈਨੂੰ ਪਤਾ ਲੱਗਿਆ ਵੀ ਗੁਰੂ ਜੀ ਰੱਖਦੇ ਨਹੀਂ ਹੈ ਕਿਸੇ ਨੂੰ ਚਲੋ ਜੀ ਉਹਨੇ ਮੈਨੂੰ ਨਾ ਬੜਾ ਕਹਿੰਦਾ ਨਹੀਂ ਗੁਰੂ ਜੀ ਗੁੱਸਾ ਕਰਾਂਗੇ ਗੁਰੂ ਜੀ ਦਾ ਹੁਕਮ ਹੋਇਆ ਗਿਆ ਆਪਣੀ ਮਰਜ਼ੀ ਨਾਲ ਤਾਂ ਕਹਿ ਨਹੀਂ ਸਕਦਾ ਉਹ ਮੈਨੂੰ ਕਹਿੰਦਾ ਨਵਰਾਜ ਜੀ ਇੱਥੇ ਕਹਿੰਦਾ शिवरात्रि वाले दिन गुरु जी दे बर्थडे ना पके ना स्पेशल गुरु जी के ब्लेसिंग्स है केंदे ਤੁਸੀਂ ਦੇਖੋ ਵੀ ਇੱਥੇ ਸਾਰੇ ਦੇਵੀ ਦੇਵਤੇ ਹਾਜ਼ਰ ਹੁੰਦੇ ਆ ਕਹਿੰਦਾ ਤੁਸੀਂ ਜਾਣਾ ਨਹੀਂ ਐ ਚਲੋ ਜੀ ਉਹਦੀ ਕਹਿਣਾ ਮੰਨ ਕੇ ਤੇ ਮੈਂ ਉੱਥੇ ਰਿਹਾ ਸੰਗਤ ਜੀ ਅਗਲੇ ਦਿਨ ਗੁਰੂ ਜੀ ਕੋਈ ਹਾਰਪੁਰ ਵਿਆਹ ਤੇ ਗਏ ਹੋਣੇ ਉੱਥੇ ਗੁਰੂ ਜੀ ਦੀ ਜਿਹੜੀ ਡੀਐਲਪੀ ਇੱਕ ਨੰਬਰ ਕੰਟੈਸਾ ਗੁਰੂ ਜੀ ਨੇ ਮੈਨੂੰ ਉਹਦੇ ਚਿੱਕ ਤੇ ਵੀਰਿ ਲੈ ਕੇ ਜਾਣਾ ਮੈਂ ਕਿਹਾ ਗੁਰੂ ਜੀ ਪੇਟ ਖਰਾਬ ਹੋ ਗਿਆ ਚਲੋ ਵਾਪਸ ਚੱਲੀਏ ਸੋ ਗੁਰੂ ਜੀ ਦੀ ਉਹ ਕੰਟੈਸਾ ਦੇ ਉੱਤੇ ਨਾ ਗੈਂਦੇ ਦੇ ਫੁੱਲਾਂ ਦੇ ਦਾਗ ਸੀ ਜੀ ਤੇ ਗੁਰਜੀ ਮੈਂ ਕਹਿੰਦੇ ਚੱਲ ਐਂ ਘਰ ਤੂੰ ਪ੍ਰੀਤੀ ਸੋਹੰਦੀ ਆਂਟੀ ਐ ਜੀਤੂ ਉਹਨਾਂ ਦੇ ਹਸਬੰਡ ਉਹਨਾਂ ਨੇ ਬੜੀ ਸੇਵਾ ਕੀਤੀ ਗੁਰੂ ਜੀ ਦੀ ਜਲੰਧਰ ਮੈਨੂੰ ਕਹਿੰਦੇ ਪ੍ਰੀਤੀ ਆਂਟੀ ਸੋਹੰਦੀ ਦੇ ਘਰ ਚੱਲ ਜਾ ਫੁੱਲਾਂ ਦੇ ਦਾਗ ਨਾ ਉਹ ਸਾਫ਼ ਕਰੋ ਸ਼ਗਨ ਅੰਕਲ ਮੇਰੇ ਨਾਲ ਚੱਲ ਗਿਆ ਗੁਰੂ ਜੀ ਦੇ ਡਰਾਈਵਰ ਸੀ ਜੋ ਲੁਧਿਆਣਿਆਂ ਨੇ ਜਦੋਂ ਅਸੀਂ ਉੱਥੇ ਗਏ ਸੰਗਤ ਜੀ ਅਸ ਤੱਕ ਕਦੇ ਗੱਡੀ ਸਾਫ਼ ਨਹੀਂ ਕੀਤੀ ਕਿਉਂਕਿ ਗੁਰੂ ਜੀ ਦੀ ਗੱਡੀ ਪ੍ਰੀਤੀ ਸੋਹੰਦੀ ਆਂਟੀ ਦੇ ਘਰ ਹੀ ਉੱਥੇ ਹੁੰਦੀ ਸੀ ਮੰਦਰ ਦੇ ਵਿੱਚ ਗੁਰੂ ਜੀ ਨੇ ਕਦੇ ਕੋਈ ਮੋਬਾਈਲ ਇਹਨ ਦੇਖੋ ਗੁਰੂਜੀ ਕੋਲ ਤੇ ਏਸੀ ਵੀ ਨਹੀਂ ਹੈਨੀ ਸਿਰਫ ਇੱਕ ਕੂਲਰ ਚੱਲਦਾ ਸੀ ਕੋਈ ਗਰਮੀ ਨਹੀਂ ਕੁਛ ਨਹੀਂ ਚਲੋ ਜੀ ਮੈਂ ਤੇ ਸ਼ਗਨ ਅੰਕਲ ਸੰਗਤ ਜੀ ਉੱਥੇ ਚਲੇਗੇ ਤੇ ਉਹਨਾਂ ਦਾ ਡਰਾਈਵਰ ਸੀ ਮੈਂ ਉਹਨੂੰ ਪੁੱਛਿਆ ਮੈਨੂੰ ਕਹਿੰਦਾ ਨਵਰਾਜ ਜੀ ਇਹਦਾ ਨਾ ਇੱਕ ਇੱਕ ਪੀਸ ਕਰੋ ਮੈਨੂੰ ਹਲ ਤੱਕ ਯਾਦ ਹੈ ਮੈਂ ਕਿਹਾ ਪੀਸ ਕੀ ਹੁੰਦਾ ਉਹਦਾ ਮਲੇ ਪਹਿਲੇ ਬੋਨਟ ਕਰੋ ਫਿਰ ਇੱਕ ਦਰਵਾਜ਼ਾ ਕਰੋ ਵਾਰੀ ਵਾਰੀ ਕਿਉਂਕਿ ਫੁੱਲਾਂ ਦੇ ਦਾਗ ਸੀ ਅੱਗੇ ਜੀ ਚਲੋ ਜੀ ਪ੍ਰੀਤੀ ਆਂਟੀ ਦੇ ਮਮਿਨੇ ਸਾਨੂੰ ਲੰਗਰ ਚਕਾਤਾ ਜੀ ਸ਼ਗਨ ਅੰਕਲ ਤੇ ਇੰਨੀ ਸੁਸਤੀ ਪਈ ਤੁਸੀਂ ਪਤਾ ਨਹੀਂ ਮਹਾਰਾਜ ਕੀ ਪ੍ਰੀਖਿਆ ਲੈ ਰਿਆ ਜੀ ਬੈਠ ਨਹੀਂ ਸੀ ਹੋ ਰਿਆ ਜੀ ਇੰਨੀ ਸੁਸਤੀ ਆ ਗਈ ਨੀਂਦ ਆ ਗਈ ਸ਼ਗਨ ਅੰਕਲ ਤੇ ਚਲੋ ਆਪਣਾ ਰੈਸਟ ਕਰਨ ਲੱਗੇ ਸੰਗਾ ਜੀ ਜਦੋਂ ਉਹਨੇ ਮੈਨੂੰ ਡਰਾਈਵਰ ਨੇ ਮੇਰੇ ਨਾਲ ਕੰਮ ਕੀਤਾ ਤੁਸੀਂ ਬਲੀਵ ਕਰੋ ਜਦੋਂ ਅਸੀਂ ਬਰਾਸੋ ਜੇ ਨਾਲੋਂ ਫੁੱਲਾਂ ਦੇ ਦਾਗ ਉਤਰਦੇ ਆ ਗੁਲਾਬ ਦੇ ਮਤਲਬ ਗੈਂਦੇ ਦੇ ਫੁੱਲ ਦੇ ਸੀ ਜੋញੋ ਸੰਗਤ ਜੀ ਮੈਂ ਸਾਫ ਕਰ ਰਿਹਾ ਮੇਰੇ ਵਿੱਚ ਜਾਨ ਆਈ ਜਾ ਰਹੀ ਹੈ ਤਾਕਤ ਆ ਰਹੀ ਹੈ ਸੋ ਸੰਗਤ ਜੀ ਇਹ ਮਹਾਰਾ ਹੀ ਦੀ ਕਿਰਪਾ ਵੈ ਦੇਖੋ ਜਿਹੜਾ ਜਿੰਨਾ ਨਸਦੀਕ ਹੁੰਦਾ ਮੈਂ ਤੁਹਾਨੂੰ ਅੱਜ ਵੀ ਕਹਿੰਨਾ ਜੋ ਤੁਹਾਡੇ ਦੇ ਵਿੱਚ ਸ਼ਰਧਾ ਭਾਵਨਾ ਵੈ ਉਹ ਸਾਡੇ ਚ ਨਹੀਂ ਹੈ ਉਹਦਾ ਕਾਰਨ ਕੀ ਹੈ ਕਿ ਗੁਰੂ ਜੀ ਨੇ ਪਿਆਰ ਇੰਨਾ ਕੀਤਾ ਵੈ ਅਸੀਂ ਉਹਨਾਂ ਨੂੰ ਮਾਂ ਬਾਪ ਤੇ ਭਰਾ ਸਮਝਦੇ ਹਾਂ ਸੋ ਇਹ ਕੋਈ ਨਵੀਂ ਪੁਰਾਣੀ ਨਹੀਂ ਹੈ ਜੀ ਗੁਰੂ ਜੀ ਕਹਿੰਦੇ ਸੀ ਜਿਸ ਭਾਵਨਾ ਨਾਲ ਮੈਨੂੰ ਯਾਦ ਕਰੋਗੇ ਉਸੇ ਰੂਪ ਚ ਦਰਸ਼ਨ ਹੋਣਗੇ ਅੱਜ ਵੀ ਦੇਖੋ ਤੁਸੀਂ ਗੁਰੂ ਮਹਾਰਾਜ ਦੇ ਸਾક્ષાਤ ਦਰਸ਼ਨ ਹੋ ਰਿਹਾ ਸੋ ਸੰਗਤ ਜੀ ਅਸੀਂ ਚਲੇ ਗਏ ਹਫਤੇ ਬਾਅਦ ਮੰਨੋਗੇ ਤੁਸੀਂ ਪੂਰੇ ਹਫਤੇ ਬਾਅਦ ਜਿੱਥੇ ਫਿਸ਼ ਪੋਟ ਹਾਂ ਫਿਸ਼ ਪੋਟ ਵਾਲਾ ਕਮਰਾ ਜਿੰਦਾਂ ਤੁਸੀਂ ਗੇਟ ਤੋਂ ਸਾਹਮਣੇ ਜਾਓ ਗੁਰੂ ਜੀ ਨਾ ਖੜੇ ਹੋਏ ਜਿਹੇ ਦਰਵਾਜ਼ੇ 'ਚ ਤੇ ਮੈਂ ਆਇਆ ਮੈਨੂੰ ਗੁਰੂ ਜੀ ਨੇ ਹੱਥ ਜੋੜ ਤੇ ਵੀ ਤੁਸੀਂ ਹੁਣ ਜਾਓ ਹਫਤਾ ਹੋ ਗਿਆ ਮੈਂ ਕਿਹਾ ਗੁਰੂ ਜੀ ਮੈਂ ਨਹੀਂ ਜਾਣਾ ਮੈਂ ਕਿਹਾ ਸੋ ਸੰਗਤ ਜੀ ਤੁਸੀਂ ਗੁਰੂ ਮਹਾਰਾਜ ਦੇਖੋ ਮੈਂ ਇੱਕ ਹਫਤਾ ਕਹਿੰਦਾ ਸੀ ਤੇ ਇੱਕ ਹਫਤਾ ਹੀ ਗੁਰੂ ਮਹਾਰਾਜ ਨੇ ਸਾਨੂੰ ਦਿੱਤਾ ਵਾ ਫਿਰ ਉਸ ਤੋਂ ਬਾਅਦ ਦੇਖੋ ਗੁਰੂ ਜੀ ਦੀ ਕਿਰਪਾ ਹੋਈ ਮੈਂ ਜਾਣਾ ਗੁਰੂ ਜੀ ਨੇ ਮੈਨੂੰ 6-6 ਮਹੀਨੇ ਰੱਖਣਾ ਮੈਂ ਕਹਿੰਨਾ ਗੁਰੂ ਜੀ ਬੜੇ ਦਿਨ ਹੋ ਗਏ ਹੈ ਮੇਰੀ ਆਫਿਸ ਹੈ ਮੇਰੀ ਗਵਰਨਮੈਂਟ ਜੌਬ ਹੈ ਗੁਰੂ ਜੀ ਕਹਿੰਦੇ ਮਹਾਪੁਰਸ਼ਾਂ ਦੀ ਸੇਵਾ ਰੋਜ਼-ਰੋਜ਼ ਨਹੀਂ ਮਿਲਦੀ ਸੰਗਤ ਜੀ ਫਿਰ ਮੈਂ ਜਦੋਂ ਜਲੰਧਰ ਜਾਣਾ ਮੈਂ ਕੈਸੇ ਇਕੱਠੀਆਂ ਕਰਨੀਆਂ ਸਭ ਨੂੰ ਬਤਾ ਵੀ ਚੰਡੀਗੜ੍ਹ ਉਦੋਂ ਮੈਂ ਹੀ ਸ਼ਬਦ ਲਗਾਣੇ ਜੋ ਵੀ ਗੁਰੂ ਜੀ ਦਾ ਹੁਕਮ ਹੁੰਦਾ ਸੀ ਮੈਂ ਤੇ ਕੌਣ ਆ ਜੀ ਲਗਾਉਣ ਵਾਲਾ ਸੋ ਮੈਂ ਨਾ ਜਲੰਧਰ ਜਦੋਂ ਜਾਣਾ ਮੈਂ ਨਵੀਆਂ-ਨਵੀਆਂ ਕੈਸਟ ਇਕੱਠੀਆਂ ਕਰਨੀਆਂ ਵੀ ਗੁਰੂ ਮਹਾਰਾਜ ਨੇ ਸ਼ਬਦ ਸੁਣਨੇ ਫਿਰ ਅਸੀਂ ਲਗਾਣੇ ਸੰਗਤ ਜੀ ਗੁਰੂ ਜੀ ਨੂੰ ਗਾਣੇ ਸੁਣਨ ਦਾ ਵੀ ਬੜਾ ਸ਼ੌਂਕ ਸੀ ਫਿਰ ਗੁਰੂ ਜੀ ਨੇ ਦੇਖੋ ਸਭ ਨੂੰ ਪਤਾ ਸੰਗਤ ਦੇ ਵਿੱਚ ਪੰਜਾਬੀ ਗਾਣੇ ਲਵਾਦੇ ਨੇ ਅੱਜ ਅਸੀਂ ਸਮਝਦੇ ਆ ਸੰਗਤ ਜੀ ਮਹਾਰਾਜ ਦਾ ਸਾਨੂੰ ਭਲੇਖਿਆ ਚ ਰੱਖ ਰੇ ਸੀ ਸੰਗਤ ਜੀ ਤੁਸੀਂ ਦੇਖੋ ਮੈਂ ਜਦੋਂ ਗੁਰੂ ਜੀ ਨੂੰ ਜੇ ਰੰਦਰਾ ਮੈਨੂੰ ਗੁਰਜੀ ਨੇ ਹੱਥ ਜੋੜ ਤੇ ਮੈਨੂੰ ਕਹਿੰਦੇ ਅੱਛਾ ਨਟਵਰ ਐ ਘਰ ਕਹਿੰਦੇ ਮੈਂ ਨਾ ਹੁਜਾਂਟੀ ਦੇ ਘਰ ਆ ਰਿਆਂ ਘਰ ਆ ਰਿਆਂ ਪਚਕੂਲਾ 1 2 3 ਹਾਊਸ ਨੰਬਰ ਹੈ ਜੀ 2 ਸੈਕਟਰ ਪਚਕੂਲਾ ਮੈਨੂੰ ਕਹਿੰਦੇ ਤੂੰ ਐ ਕਰੀ ਮੈਂ ਪਾਠ ਤੇ ਆ ਕਿਸੇ ਨੂੰ ਨਹੀਂ ਦੱਸਣਾ ਸਿਰਫ ਤੂੰ ਆਣਾ ਸੰਗ ਜੀ ਦੇਖੋ ਮੈਂ ਅਗਲੇ ਦਿਨ ਗੁਰਜੀ ਕੋਲ ਗਿਆ ਤੇ ਮਾਮੀ ਜੀ ਸੀ ਜਰਨਲ ਮੋਹਨ ਸਿੰਘ ਦੀ ਵਾਈਫ ਉਹ ਮੇਰੇ ਸਕੂਟਰ ਨੂੰ ਲਮਰੇਟਾ ਕਹਿੰਦੇ ਹੁੰਦੇ ਸੀ ਤੇ ਮਾਮੀ ਜੀ ਬੜੇ ਆਨ ਵੀ ਕਿਸੇ ਨੂੰ ਬੁਲਾਇਆ ਨਹੀਂ ਸੰਗਤ ਜੀ ਉੱਥੇ ਗੁਰੂ ਜੀ 15 ਦਿਨ ਪਾਠ ਤੇ ਰਹੇ ਫੇਰ ਤੁਸੀਂ ਦੇਖੋ ਵੀ ਉਸ ਤੋਂ ਬਾਅਦ ਗੁਰੂ ਜੀ ਨੇ ਸੰਗਤ ਸ਼ੁਰੂ ਕੀਤੀ ਜਦੋਂ ਮੈਨੂੰ ਗੁਰੂ ਜੀ ਨੇ 6 ਵਜੇ ਆਗਿਆ ਦਿੱਤੀ ਕਹਿੰਦੇ ਨਵਰਾਜ ਤੂੰ ਐਦਾਂ ਕਰ ਤੂੰ ਜਾ ਮੈਂ ਸੰਗਤ ਜੀ ਰਾਤ ਨੂੰ ਸਕੂਟਰ ਨਹੀਂ ਚਲਾਉਂਦਾ ਮੈਂ ਬੜੀ ਤੇਜ਼ ਸਕੂਟਰ ਚਲਾਇਆ ਤੁਸੀਂ ਦੇਖੋ ਮੈਂ ਫਗਵਾੜੇ ਕੋਲ 30 40 ਮਿੰਟ ਚ ਪਹੁੰਚ ਗਿਆ ਹਨੇਰਾ ਪੈ ਗਿਆ ਸੰਗਾ ਜੀ ਗੁਰੂ ਮਹਾਰਾਜ ਦੀ ਕਿਰਪਾ ਦੇਖੋ ਜਦੋਂ ਮੈਂ ਰਸਤੇ 'ਚ بارش ਬਲਾ ਚੋਰ ਦੇ ਕੋਲ ਅੱਗੇ ਇੱਕ ਪੇੜ ਟੁੱਟਾ ਹੋਇਆ ਸੀ ਅੱਜ ਸਾਨੂੰ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਆ ਰਿਹਾ ਸੀ ਪਤਾ ਨਹੀਂ ਮੈਨੂੰ ਨਹੀਂ ਪਤਾ ਕਾਰ ਸੀ ਬੱਸ ਸੀ ਇੰਨੀ ਤੇਜ਼ ਲਾਈਟ ਤੁਸੀਂ ਦੇਖੋ ਵੀ ਮੇਰੀਆਂ ਪਿੱਛੇ ਮੁੜ ਕੇ ਮੈਂ ਜੇ ਮੈਂ ਸਲੋ ਹੁੰਦਾ ਸੀ ਵੀ ਕੋਈ ਗੱਡੀ ਹੋएगी ਨਿਕਲ ਜਾਏ ਉਹ ਵੀ ਸਲੋ ਹੋ ਜਾਂਦੀ ਸੀ ਜਿੱਦਾਂ ਆਪਾਂ ਰਾਤ ਨੂੰ ਆਨੇ ਤੁਸੀਂ ਦੇਖਿਆ ਨਾ ਪੇੜਾਂ ਦੇ ਵਿੱਚ ਲਾਈਟ ਪਿੱਛੋਂ ਬੇਹਦੀ ਇੱਕ ਸਰੰਗ ਟਾਈਪ ਲੱਗਦੀ ਹੈ ਮੈਂ ਦੋ ਦਿਨ ਵਾਰੀ ਟਰਾਈ ਕੀਤੀ ਵੀ ਸਲੋ ਕਰ ਲੋ ਸਕੂਟਰ ਵੀ ਪਿੱਛੋਂ ਕੋਈ ਲਾਈਟ ਕ੍ਰਾਸ ਹੋ ਜਾਏ ਸੰਗਤ ਜੀ ਉਹ ਵੀ ਲਾਈਟ ਵੀ ਐ ਸਲੋ ਹੋ ਜਾਵੇ ਸਾਨੂੰ ਉਦੋਂ ਨਹੀਂ ਮੇਰਾ ਬੜਾ ਮਨ ਭਰਿਆ ਮੈਂ ਕਿਹਾ ਗੁਰੂ ਜੀ ਇਹ ਦੇਖੋ ਤੁਹਾਡੇ ਕੋਈ ਸੰਗਤ ਹੈ ਜੋ ਮੈਨੂੰ ਮਤਲਬ ਰਸਤਾ ਦਿਖਾ ਰਹੀ ਹੈ ਸੰਗਤ ਜੀ ਬਲਾਚੋਰ ਦੇ ਟਾਬੇ ਦੀ ਇੱਕ ਲਾਈਟ ਆਈ ਤੇ ਮੈਂ ਇੱਕਦਮ ਲਾਈਟ ਬੰਦ ਹੋ ਗਈ ਮੈਂ ਪਿੱਛੇ ਮੁੜ ਕੇ ਦੇਖਿਆ ਨਾ ਕੋਈ ਕਾਰ ਨਾ ਬਸ ਨਾ ਇੱਧਰ ਕੋਈ ਰਸਤਾ ਨਾ ਉੱਧਰ ਸੋ ਸੰਗਾ ਜੀ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਜਦੋਂ ਮੈਂ ਅਗਲੇ ਦਿਨ ਤੁਹਾਨੂੰ ਦੱਸਿਆ ਵੀ ਉਹ ਜਾਂਟੀ ਦੇ ਘਰ ਪਹੁੰਚਿਆ ਤੇ ਮੈਂ ਗੁਰੂ ਜੀ ਨੂੰ ਮੱਥਾ ਟੇਕਿਆ ਕਹਿੰਦੇ ਕਿਉਂ ਨਟਵਰ ਕਿੰਨੇ ਵਜੇ ਪਹੁੰਚਿਆ ਮੈਂ ਕਿਹਾ ਗੁਰੂ ਜੀ ਮੈਂ ਰਾਤੀ 11:00 10:00 ਤੇ ਕਹਿੰਦੇ ਦੇਖ ਲੈ ਗੁਰੂ ਜੀ ਨਾਲ ਨਾਲ ਸੀ ਸੋ ਸੰਗਤ ਜੀ ਇਹੀ ਦਰਸ਼ਨ ਹੈ ਦੇਖੋ ਇਸ ਚੀਜ਼ ਦਾ ਮੈਨੂੰ ਨਹੀਂ ਗਿਆਨ ਸੀ ਅੱਛਾ ਅਸੀਂ ਉਦੋਂ ਵੀ ਧਿਆਨ ਨਹੀਂ ਦਿੱਤੇ ਗੁਰੂ ਮਹਾਰਾਜ ਨਾਲ ਚੰਡੀਗੜ੍ਹ ਜਲੰਧਰ ਤੇਜੇ ਮਹੀਨੇ ਜਦੋਂ ਨਾਲ ਹੀ ਸੋਨਾ ਨਾਲ ਰਹਿਣਾ ਇੱਕ ਦਿਨ ਦੇ ਗੱਲ ਸੁਣਾਉਣਾ ਤੁਹਾਨੂੰ ਸੰਗਤ ਜੀ ਮੈਂ ਨਾ ਜਿਵੇਂ ਅਖਰੀਕ ਨੂੰ ਹੁੰਦਾ ਵੀ ਜਦੋਂ ਗੁਰੂ ਜੀ ਨੇ ਨਾ ਮੇਰੀ ਨਾ ਬਾਹਰ ਸੜਕ ਸਾਫ ਕਰਨ ਤੇ ਮਤਲਬ ਸੇਵਾ ਲਗਾਈ ਸੀ ਮੈਨੂੰ ਗੁਰੂ ਜੀ ਕਹਿੰਦੇ ਤੂੰ ਐਂ ਕਰਿਆ ਕਰ ਨਾ ਸੜਕ ਸਾਫ ਕਰਿਆ ਕਰ ਜਿਹੜੀ ਜਲੰਧਰ ਮੰਦਰ ਦੇ ਬਾਹਰ ਮੇਨ ਰੋਡ ਹੈ ਲੋ ਜੀ ਇੱਕ ਦਿਨ ਸਭ ਨੂੰ ਪਤਾ ਗੁਰੂ ਜੀ ਨੇ ਦਵਾਈਨ ਪ੍ਰਸ਼ਾਦ ਦੇਣਾ ਕਈਆਂ ਨੂੰ ਬ੍ਰੇਸਲਟ ਵੀ ਦਿੱਤੇ ਅਸੀਂ ਆਪਣੀ ਅੱਖਾਂ ਨਾਲ ਦੇਖਿਆ ਇੱਕ ਬੰਦਾ ਮੇਰੇ ਕੋਲ ਆਇਆ ਕਹਿੰਦੇ ਨਵਰਾਜ ਜੀ ਨਵਰਾਜ ਜੀ ਤੁਸੀਂ ਨਾ ਗੁਰੂ ਮਹਾਰਾਜ ਦਾ ਡਿਵਾਈਨ ਪ੍ਰਸ਼ਾਦ ਜਦੋਂ ਸੰਗਤ ਜੀ ਗੁਰੂ ਜੀ ਡਿਵਾਈਨ ਪ੍ਰਸ਼ਾਦ ਪ੍ਰੋਡਿਊਸ ਕਰਦੇ ਸੀ ਸਭ ਨੂੰ ਥੋੜਾ ਥੋੜਾ ਦਿੰਦੇ ਸੀ ਕਿਉਂਕਿ ਸੰਗ ਬਹੁਤ ਜ਼ਿਆਦਾ ਨਹੀਂ ਸੀ ਹੁੰਦੀ ਉਸ ਤੋਂ ਬਾਅਦ ਜਿੰਨਾ ਬਚਣਾ ਜਿਹਦੇ ਵਾਸਤੇ ਕੱਢਿਆ ਗੁਰੂ ਜੀ ਨੇ ਉਹਨੂੰ ਦੇ ਦੇਣਾ ਸੰਗਤ ਜੀ ਮੈਂ ਨਹੀਂ ਲਾਈਨ 'ਚ ਲੱਗ ਗਿਆ ਮੈਂ ਬੈਠ ਕੇ ਗੁਰੂ ਜੀ ਦੇ ਅੱਗੇ ਹੱਥ ਕੀਤੇ ਗੁਰੂ ਜੀ ਨੇ ਮੈਨੂੰ ਨਹੀਂ ਦਿੱਤਾ ਮੇਰੇ ਉੱਤੋਂ ਦੀ ਹੱਥ ਕਰਕੇ ਕਿਸੇ ਹੋਰ ਨੂੰ ਦੇਤਾ ਸੰਗਤ ਜੀ ਬੜਾ ਮਹਿਸੂਸ ਹੋਇਆ ਮੈਂ ਬਾਹਰ ਚਲਾ ਗਿਆ ਥੋੜੀ देर ਬਾਅਦ ਗੁਰੂ ਜੀ ਦਾ ਮੈਸੇਜ ਆ ਕਹਿੰਦਾ ਜਾ ਉਹ ਨਟਵਰ ਨੂੰ ਬੁਲਾ ਮੈਨੂੰ ਬੁਲਾਇਆ ਮੈਨੂੰ ਪ੍ਰਸ਼ਾਦ ਵੀ ਦਿੱਤਾ ਸੰਗਤ ਜੀ ਕਹਿਣ ਤੋਂ ਪਾਵੇ ਹੈ ਅਸੀਂ ਜਦੋਂ ਇੱਕ ਸੇਵਾ ਕਰਦੇ ਹਾਂ ਨਾ ਸਾਨੂੰ ਆਪਣੀ ਸੇਵਾ ਛੱਡ ਕੇ ਨਹੀਂ ਆਣਾ ਚਾਹੀਦਾ ਅੱਜ ਅਸੀਂ ਸਮਝਦੇ ਹਾਂ ਦੇਖੋ ਗੁਰੂ ਮਹਾਰਾਜ ਨੂੰ ਤਾਂ ਸਬਦਾਂ ਤੇ ਆਣ ਹੈ ਉਹਨਾਂ ਨੂੰ ਮੇਰਾ ਵੀ ਧਿਆਨ ਸੀ ਸਬਦਾਂ ਤੇ ਆਣ ਸੀ ਸੋ ਮੈਂ ਹਰ ਸੇਵਾਦਾਰ ਨੂੰ ਸੰਗਤ ਨੂੰ ਇਹ ਕਹਿਣਾ ਕਿ ਸੇਵਾਦਾਰ ਦਾ ਕਦੇ ਵੀ ਕੋਈ ਤੁਸੀਂ ਗੁੱਸਾ ਨਾ ਕਰਿਆ ਕਰੋ ਉਹ ਆਪ ਨਹੀਂ ਗੁਰੂ ਮਹਾਰਾਜ ਦਾ ਹੁਕਮ ਹੁੰਦਾ ਤੁਹਾਨੂੰ ਮੈਂ ਚਲੋ ਇਸ ਗੱਲ ਤੋਂ ਯਾਦ ਆਈ ਕੋਈ ਇੱਕ ਪ੍ਰਾਈਮ ਮਿਨਿਸਟਰ ਦਾ ਪੀਐਸ ਇਹ ਮੈਂ ਨਾ ਨਹੀਂ ਲਵਾਵਾਂਗਾ ਇਹ ਅੰਪਾਇਰ ਸਟੇਟ ਦੀ ਗੱਲ ਹੈ ਜੀ 96 ਦੀ ਗੱਲ ਹੈ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਾਅਦ ਚੋਂ ਗੱਡੀਆਂ ਨਾ ਬਾਹਰ ਗੇਟ ਤੋਂ ਬਾਹਰ ਲੱਗਣ ਕੰਦੇ ਸੀ ਕੋਈ ਰਸ਼ ਬੜਾ ਹੁੰਦਾ ਉਹਨਾਂ ਨੂੰ ਤੰਗ ਜੀ ਜਦੋਂ ਮੇਰੇ ਥੋੜੀ देर में ਆਇਆ ਉਹਨਾਂ ਦੇ ਪੀਏ ਆਏ ਮੇਰੇ ਕੋਲ ਕਹਿੰਦੇ ਨਵਰਾਜੀ ਮੇਰੀ ਗੱਡੀ ਅੰਦਰ ਲਵਾ ਦਿਓ ਤੇ ਮੈਂ ਕਿਹਾ ਜੀ ਉਹ ਤਾਂ ਜੋ ਗੁਰੂ ਜੀ ਦਾ ਹੁਕਮ ਹੈ ਸਦਾਮ ਹੁੰਦਾ ਸੀ ਫਿਰ ਉਹਨਾਂ ਨੇ ਮੈਨੂੰ ਕੋਈ ਪ੍ਰੋਬਲਮ ਦੱਸੀ ਤੇ ਮੈਂ ਫਿਰ ਉਹਨੂੰ ਕਿਹਾ ਮੈਂ ਕਿਹਾ ਸਦਾਮ ਜੀ ਚਲੋ ਇਹਨਾਂ ਦੀ ਗੱਡੀ ਲੱਖਨ ਦਿਓ ਕਹਿਣ ਤੋਂ ਭਾਵ ਸੰਗਤ ਜੀ ਗੁਰੂ ਜੀ ਕੋਲ ਤੁਹਾਨੂੰ ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ ਦੁਨੀਆ ਦਾ ਹਰ ਵੀਆਪੀ ਹਰ ਪੜਿਆ ਲਿਖਿਆ ਬੰਦਾ ਗੁਰੂ ਜੀ ਕੋਲ ਆਉਂਦਾ ਸੀ ਤੁਸੀਂ ਦੇਖੋਗੇ ਗੁਰੂ ਜੀ ਵਲੇ ਕੋਈ ਵੀ ਬੰਦਾ ਨਹੀਂ ਸੀ ਬੋਲਦਾ ਤੁਹਾਨੂੰ ਮੈਂ ਜਲੰਧਰ ਦੀ ਗੱਲ ਦੱਸਦਾ ਹਾਂ ਜੀ ਇੱਕ ਵਾਰੀ ਸਾਡੇ ਕੋਲੋਂ ਹੁਸ਼ਿਆਰਪੁਰ ਤੋਂ ਚੌਧਰੀ ਸੀ ਉਹ ਡਾਕਟਰ ਸਾਹਿਬ ਆਏ ਗੁਰੂ ਜੀ ਦੀ ਨਾ ਮਰਜ਼ੀ ਹੁੰਦੀ ਸੀ ਜਿੰਨੂੰ ਮਰਜ਼ੀ ਆਪਣੇ ਕੋਲ ਰੱਖ ਲੈਣ ਹੁਣ ਸਾਨੂੰ ਤੇ ਇਹ ਨਹੀਂ ਨਾ ਪਤਾ ਕਹਿੰਦੇ ਨਾ ਨਜ਼ੀਕ ਜੋ ਹੋਣ ਖੁਦਾ ਦੇ ਤੇ ਇਹਦੇ ਨਾਲ ਦੇਵਨ ਕੋਈ ਹੁਣ ਮੈਨੂੰ ਗੁਰੂ ਜੀ ਨਾਲ ਨਵਰਾਜ ਤੂੰ ਜਾਣਾਂ ਨਹੀਂ ਤੁਹਾਨੂੰ ਕੋਣ ਪੁੱਛਦਾ ਹੈ ਡਾਕਟਰ ਨੂੰ ਉਹਨਾਂ ਨੇ ਗੁਰੂ ਜੀ ਨੇ ਦੋ ਤਿੰਨ ਵਾਰੀ ਕਿਹਾ ਵੀ ਤੁਸੀਂ ਮੇਰੇ ਕੋ ਰੁਕੋ ਚਲੋ ਉਹਨਾਂ ਦੀ ਕੋਈ ਮਜਬੂਰੀ ਹੋਏਗੀ ਤੇ ਉਹ ਨਹੀਂ ਰੁਕੇ ਜੀ ਉਹਨਾਂ ਦੀ ਵਾਈਫ ਜਦੋਂ ਆਂਦੀ ਸੀ ਲੁਧਿਆਣੇ ਤੋਂ ਤੇ ਗੁਰੂ ਜੀ ਨੇ ਸੇਵਾ ਕਰਾਣੀ ਦੇਖੋ ਹਰੇਕ ਨੂੰ ਤਾਂ ਗੁਰੂ ਜੀ ਰੋਕਦੇ ਨਹੀਂ ਸੀ ਉਹਨਾਂ ਨੂੰ ਰੋਕਣਾ ਅਸੀਂ ਕਹਿਣਾ ਵੀ ਅੱਜ ਤਾਂ ਇਹਨਾਂ ਦੀ ਬੜੀ ਮੋਹ ਲੱਗੀ ਗੁਰੂ ਮਹਾਰਾਜ ਦੀ ਸੇਵਾ ਕਰ ਰਏ ਸੰਗ ਜੀ ਹਫਤਾ ਕੁ ਨਹੀਂ ਬੀਤੇ ਆ ਜਦੋਂ ਗੁਰੂ ਜੀ ਨੇ ਸੰਗਤ ਜੀ ਕਹਿੰਦੇ ਸੀ ਸਾਰੀ ਕਿਚਨ ਸਾਫ ਹੋਣੀ ਚਾਹੀਦੀ ਹੈ ਝੂਠੇ ਭਾਂਡੇ ਨਹੀਂ ਹੋਣੇ ਚਾਹੀਦੇ ਗੁਰੂ ਜੀ ਨੇ ਦੇਖੋ ਸਾਨੂੰ ਇੱਕ ਮਾਂ-ਬਾਪ ਵਾਂਗੂ ਹਰ ਕਿਸੇ ਨੂੰ ਸਮਝਾਇਆ ਸੰਗਤ ਜੀ ਇੱਕ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਜੋ ਵੀ ਮੈਂ ਬੋਲ ਰਿਹਾ ਗੁਰੂ ਜੀ ਦੀਆਂ ਗੱਲਾਂ ਗੁਰੂ ਜੀ ਨੇ ਸੰਗਤ ਦੇ ਵਿੱਚ ਕਦੇ ਅਜੇ ਤੱਕ ਕੋਈ ਲੈਕਚਰ ਜਾਂ ਪ੍ਰਵਚਨ ਨਹੀਂ ਕੀਤਾ ਸੰਗਤ ਜੀ ਗੁਰੂ ਜੀ ਜਾਂ ਤੁਸੀਂ ਥੋੜੇ ਬੰਦੇ ਬੈਠੇ ਆ ਜਾਂ ਕਈ ਵਾਰੀ ਗੁਰੂ ਜੀ ਨੇ ਸਾਰੀ ਸੰਗਤ ਨੂੰ ਲੰਗਰ ਖਿਲਾ ਕੇ ਆਪ ਲੰਗਰ ਖਾਣਾ ਤੇ ਜੇ ਉਹਨਾਂ ਨੇ ਬਾਹਰ ਜਾਣਾ ਸੋਫੇ ਤੇ ਬਿਆਨਾ ਅੱਛਾ ਨਵਰਾਜ ਨੂੰ ਬੁਲਾਓ ਬੁਲਾਣਾ ਅਸੀਂ ਸ਼ੂਜ਼ ਕੱਸਦੇ ਨੇ ਜਾਂ ਫਿਰ ਜਦੋਂ ਥੋੜੇ ਬੰਦੇ ਰਹਿ ਜene ਨਾ ਜੀ ਤੇ ਉਦੋਂ ਗੁਰਜੀ ਇਹ ਗੱਲਾਂ ਕਰਦੇ ਹੁੰਦੇ ਸੀ ਸੰਗਤ ਜੀ ਜਦੋਂ ਡਾਕਟਰ ਸਾਹਿਬ ਦੀ ਵਾਈਫਾਈ ਕੋਈ ਸਾਨੂੰ ਕੀ ਪਤਾ ਮਹਾਰਾਜ ਦੀ ਲੀਲਾ ਕੀ ਹੈ ਥੋੜੇ ਦਿਨ ਬਾਅਦ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਸੀ ਵਿਚਨਾ ਬੜੀਆਂ ਗੱਲਾਂ ਯਾਦ ਆ ਜਾਂਦੀਆਂ ਜੀ ਇੱਕ ਗੱਲ ਤੋਂ ਮੇਰੀ ਕੋਸ਼ਿਸ਼ ਹੁੰਦੀ ਪਹਿਲੇ ਭਾਈ ਇੱਕ ਗੱਲ ਕੰਪਲੀਟ ਕਰ ਲਈਏ ਕਦੇ ਵੀ ਸਕਿਪ ਕਰ ਜਾਂਦੀ ਹੈ ਸੰਗਤ ਜੀ ਰਾਤ ਨੂੰ ਜਨਰਲ ਹੁਜਾ ਆਂਟੀ ਜਿਨ੍ਹਾਂ ਦੇ ਘਰ ਗੁਰੂ ਜੀ ਆਏ ਸੀ ਜਲੰਧਰੋਂ ਆਂਟੀ ਆਪਣੇ ਗੈਸਟ ਹਾਊਸ 'ਚ ਰੁਕੇ ਸੀ ਅੱਛਾ ਮੈਨੂੰ ਨਹੀਂ ਪਤਾ ਕਿ ਗੁਰੂ ਮਹਾਰਾਜ ਕਿਧੋਂ ਚਲ ਗਏ ਤੇ ਉਹਨਾਂ ਨੇ ਆਪਣੇ ਡਰਾਈਵਰ ਨੂੰ ਠਾਇਆ ਤੇ ਗੁਰੂ ਜੀ ਉਹਨਾਂ ਨਾਲ ਕਹਿੰਦੇ ਮੇਰੀ ਤਬੀਅਤ ਠੀਕ ਨਹੀਂ ਹੈ ਕੰਗਾ ਜੀ ਗੁਰੂ ਜੀ ਕਦੇ ਡਾਕਟਰ ਕੋਲ ਜਾ ਰਹੇ ਸਵੇਰ ਦੇ 3:30 ਦਾ ਟਾਈਮ ਹੈ ਹਸਪੀਟਲਾਂ 'ਚ ਜਾ ਰਹੇ ਆ ਹੁਜਾ ਆਂਟੀ ਜੋ ਅੱਜ ਇਸ ਦੁਨੀਆ 'ਚ ਨਹੀਂ ਜਨਰਲ ਹੁਜਾ ਆਂਟੀ ਆਰਮੀ ਦੇ ਡਾਕਟਰ ਸੀ ਉਹਨਾਂ ਨੂੰ ਵੀ ਕੋਟੀ ਕੋਟੀ ਪ੍ਰਣਾਮ ਆਂਟੀ ਨੂੰ ਉਹ ਵੀ ਸੁਣ ਰਹੇ ਹੋਣਗੇ ਗੁਰੂ ਮਹਾਰਾਜ ਦਾ ਸਤਸੰਗ ਸੰਗਤ ਜੀ ਆਂਟੀ ਨੇ ਉਹ ਗੁਰੂ ਜੀ ਕਹਿੰਦੇ ਵੀ ਚੌਧਰੀਆਂ ਦੇ ਘਰ ਫੋਨ ਕਰੋ ਆਂਟੀ ਨੇ ਜੋ ਮੈਨੂੰ ਦੱਸਿਆ ਕਿ ਤੇ ਕਹਿੰਦੇ ਜੀ ਉਹਨਾਂ ਉਦੋਂ ਨਾ ਲੈਂਡਲਾਈਨ ਹੁੰਦੀ ਸੀ ਉਹਨਾਂ ਨੇ ਚੱਕ ਕੇ ਪਰਲੇ ਕਮਰੇ ਚ ਰੱਖਤਾ ਸੰਗਤ ਜੀ ਤੂੰ ਉਹਨਾਂ ਨੇ ਲੈਂਡਲਾਈਨ ਨਹੀਂ ਚੱਕਿਆ ਗੁਰੂ ਜੀ ਨੇ ਬੜੀ ਕੋਸ਼ਿਸ਼ ਕੀਤੀ ਕਹੇ ਹਸਪੀਟਲਾਂ ਚ ਜਾ ਰਹੇ ਆ ਮੇਰੀ ਤबीयत ਬੜੀ ਖਰਾਬ ਹੈ ਸਵੇਰੇ 6 ਵਜੇ ਨਾ ਗੁਰੂ ਜੀ ਵਾਪਸ ਆ ਗਏ ਜਦੋਂ ਕੁੰਡਾ ਖੜਕਿਆ ਨਹੀਂ ਜਲੰਧਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੁੰਡਾ ਖੜਕਾਣਾ ਪੈਂਦਾ ਸੋ ਗੁਰੂ ਜੀ ਆਏ ਅੰਦਰ ਮੈਨੂੰ ਕਹਿਣ ਲੱਗੇ ਨਟਵਰ ਕਹਿੰਦੇ ਜੋ ਕੋਈ ਆਵੇ ਬੋਲੋ ਹਫਤੇ ਲਈ ਬੰਦ ਹੈ ਮੰਦਰ ਕਿਸੇ ਨੂੰ ਨਹੀਂ ਅਲਾਓ ਕਹਿ ਦੋ ਗੁਰੂ ਜੀ ਹੈ ਹੀ ਨਹੀਂ ਸੰਗਤ ਜੀ ਹੁਣੇ ਗੁਰੂ ਮਹਾਰਾਜ ਦੀ ਸਾਨੂੰ ਤਾਂ ਕਿਸੇ ਗੱਲ ਦਾ ਨਹੀਂ ਨਾ ਪਤਾ ਤੁਸੀਂ ਮੰਨੋਗੇ 9:00 ਵਜੇ ਡਾਕਟਰ ਸਾਹਿਬ ਦੇ ਬ੍ਰਦਰ ਇਨ ਲਾਅ ਉਹ ਚਾਰਿਆਂ ਦੇ ਅੱਖਾਂ 'ਚ ਅੰਤੂ ਤੇ ਮੈਂ ਪੁੱਛਿਆ ਕੀ ਹੋਇਆ ਉਹ ਕਹਿੰਦੇ ਜੀ ਡਾਕਟਰ ਸਾਹਿਬ ਦਾ ਰਾਤੀ ਐਕਸੀਡੈਂਟ ਹੋ ਗਿਆ ਔਰ ਡਾਕਟਰ ਸਾਹਿਬ 6 ਵਜੇ ਉਹਨਾਂ ਦੀ ਹਸਪਤਾਲ 'ਚ ਡੈਥ ਹੋ ਗਈ ਸੰਗਜੀ ਦੇਖੋ ਗੁਰੂ ਜੀ ਨੇ ਬੜੀ ਕੋਸ਼ਿਸ਼ ਕੀਤੀ ਗੁਰੂ ਮਹਾਰਾਜ ਕਹਿੰਦੇ ਨਾ ਵੀ ਤੁੰ ਦੱਸਿਆ ਵੀ ਮਹਾਪੁਰਸ਼ਾਂ ਦੇ ਤਿੰਨ ਬੱਚੇ ਹੁੰਦੇ ਆ ਫਿਰ ਉਸ ਤੋਂ ਬਾਅਦ ਉਹਨਾਂ ਦੇ ਘਰ ਫੋਨ ਕੀਤੇ ਉਹ ਕਹਿੰਦੇ ਅਸੀਂ ਉਦੋਂ ਲੈਂਡਲਾਈਨ ਚੱਕ ਕੇ ਦੂਜੇ ਪਾਸੇ ਰੱਖਤਾ ਸੀ ਸੋ ਸੰਗਾਜੀ ਗੁਰੂ ਮਹਾਰਾਜ ਤੇ ਸਾਡੇ ਅੰਗ ਸੰਗ ਹੈ ਸਾਡੇ ਨਾਲ ਹੈ ਕਦੇ ਮਨਝ ਇਹ ਨਹੀਂ ਲਿਆਣਾ ਕਿ ਉਹ ਮਹਾਰਾਜ ਦੇ ਨੇੜੇ ਆ ਕੋਈ ਨੇੜੇ ਨਹੀਂ ਸੰਗਾਜੀ ਗੁਰੂ ਜੀ ਨੂੰ ਛੱਲੀਆਂ ਖਾਣ ਦਾ ਵੀ ਬੜਾ ਸ਼ੌਂਕ ਸੀ ਜਦੋਂ ਗੁਰੂ ਜੀ ਨੇ ਛੇਪ ਕਰਨ ਜਾਣਾ ਮੈਂ ਤੁਹਾਨੂੰ ਦੱਸ ਦੱਸਦਾ ਪੈਦਲ ਹੀ ਅਸੀਂ ਚਲੇ ਜਾਣਾ ਅੰਪਾਇਰ ਸੈਟ ਦੇ ਪਿੱਛੇ ਸੀ ਮੈਂ ਤੇ ਗੁਰੂ ਜੀ ਅਸੀਂ ਜਾ ਰਹੇ ਉੱਥੇ ਇੱਕ ਲੜਕਾ ਆਇਆ ਉਹਨੇ ਗੁਰੂ ਮਹਾਰਾਜ ਨੂੰ ਤੁਹਾਨੂੰ ਪਤਾ ਪਰਮਾਤਮਾ ਇੰਨਾ ਸੋਹਣਾ ਇੰਨੀ ਉਹਨਾਂ ਦੇ ਚਿਹਰੇ ਤੇ ਨੂਰ ਹੋਣੇ ਆ ਕੇ ਮੱਥਾ ਟੇਕਿਆ ਅੱਛਾ ਸੰਗਤ ਜੀ ਗੁਰੂ ਜੀ ਨਾ ਹਰੇਕ ਨਾ ਗੱਲ ਕਰਦੇ ਸੀ ਕਿਸੇ ਮਤਲਬ ਰੇਡੀ ਵਾਲੇ ਨੂੰ ਕਹਿਣਾ ਤੇਰੇ ਭਰਾ ਦਾ ਕੀ ਹਾਲ ਹੈ ਜਿੱਥੇ ਜਾਣਾ ਹਰ ਕਿਸੇ ਨੂੰ ਪਿਆਰ ਕਰਨਾ ਜੀ ਉਹਨੇ ਗੁਰੂ ਜੀ ਨੇ ਜਦੋਂ ਮੱਥਾ ਟੇਕਿਆ ਗੁਰੂ ਜੀ ਨੇ ਉਹਦੇ ਬਾਰੇ ਪੁੱਛਿਆ ਕਹਿੰਦਾ ਜੀ ਮੈਂ ਇੱਕ ਸੰਸਥਾ ਨਾਲ ਜੁੜਿਆ ਵਾਂ ਮੈਂ ਆਪਣੀ ਹੋਲ ਲਾਈਫ ਉਸ ਸੰਸਥਾ ਨੂੰ ਡਿਵੋਟ ਕਰਤੀ ਹੈ ਕਿ ਮੈਂ ਜੋ ਵੀ ਹੋਏਗਾ ਤੁਹਾਡੇ ਨਾਲ ਮਤਲਬ ਆਪਣੀ ਲਾਈਫ ਤੁਹਾਨੂੰ ਮਤਲਬ ਦੇਤੀ ਆ ਗੁਰਜੀ ਨੇ ਉਹਨਾਂ ਗੱਲ ਕੀਤੀ ਉਹਨੇ ਕਹਿੰਦਾ ਗੁਰਜੀ ਨੂੰ ਪੁੱਛਦਾ ਕਿੱਥੇ ਆ ਅਸੀਂ ਫਿਰ ਨਾਲ ਹੀ ਜਿੱਥੋਂ ਗੁਰਜੀ ਸ਼ੇਪ ਕਰਾਉਂਦੇ ਸੀ ਪਿੱਛੇ ਅੰਬਾਇਸ ਸਟੇਡ ਦੇ ਤੇ ਗੁਰੂ ਜੀ ਸ਼ੇਪ ਕਰਾ ਰਹੇ ਆ ਤੇ ਮੈਨੂੰ ਗੁਰੂ ਜੀ ਕਹਿੰਦੇ ਆ ਜੀ ਫਿਰ ਸ਼ਾਮ ਨੂੰ ਦੇਖੇ ਉੱਥੇ ਰੌਣਕਾਂ ਅੰਬਾਇਸ ਸਟੇਡ ਤੇ ਮੈਨੂੰ ਕਹਿੰਦਾ ਕਹਿੰਦਾ ਜੀ ਆਪਣਾ ਕਾਰਡ ਦੇ ਦਿਓ ਮੈਂ ਕਿਹਾ ਕਾਰਡ ਤੂੰ ਕੀ ਕਰਨਾ ਕਾਰਡ ਮੈਂ ਕਿਹਾ ਮੇਰੇ ਕੋਲ ਤਾਂ ਕਾਰ ਨਹੀਂ ਆ ਗੁਰੂ ਜੀ ਉਹਨੂੰ ਤਾਂ ਸੇਵ ਕਰਾਂਦੇ ਕਰਾਂਦੇ ਬੋਲੇ ਕਹਿੰਦੇ ਓਏ ਕਮਲਿਆ ਅਸੀਂ ਉਹ ਬਾਬੇ ਨਹੀਂ ਜਿਨ੍ਹਾਂ ਨੇ ਗਨਮੈਨ ਰੱਖੇ ਆ ਕਹਿੰਦਾ ਸਾਡੇ ਨਾਲ ਤਾਂ ਸਿੱਧੇ ਆਓ ਕਹਿੰਦੇ ਅਸੀਂ ਗਨਮੈਨ ਥੋੜਾ ਉੱਥੇ ਰੱਖਨੇ ਹੋਏ ਕਹਿੰਦੇ ਆ ਕੇ ਦੇਖਣੇ ਜਾ ਰਹੇ ਸੋ ਸੰਗਤ ਜੀ ਕਹਿਣ ਤੋਂ ਪਾਵੇ ਆ ਕਿ ਗੁਰੂ ਜੀ ਅੱਜ ਵੀ ਤੁਹਾਡੇ ਨਾਲ ਹੈ ਹਮੇਸ਼ਾ ਤੁਹਾਡੇ ਨਾਲ ਹੈ ਮੈਂ ਤੁਹਾਨੂੰ ਫਿਰ ਸੰਗਤ ਜੀ ਮੈਂ ਸੋਚਿਆ ਤਾਂ ਕੁਝ ਹੋਰ ਬੋਲਣ ਜੋ ਬੋਲਦੇ ਆਂ ਤਾਂ ਗੱਲਾਂ ਕਹੀ ਯਾਦ ਆਂਦੀਆਂ ਗੁਰੂ ਜੀ ਕੀ ਕਰਦੇ ਸਨ ਕਿ ਮਹਾਪੁਰਸ਼ਾਂ ਲਈ ਕੋਈ ਛੋਟਾ ਵੱਡਾ ਕੁਝ ਨਹੀਂ ਹੈ ਕਹਿੰਦੇ ਮੈਂ ਤੁਹਾਡੇ ਕਰਮ ਦੇਖਦਾ ਮੈਂ ਇੱਕ ਦਿਨ ਨਾ ਗੁਰੂ ਜੀ ਨੂੰ ਗੁਰੂ ਜੀ ਬੈਠੇ ਸੀ ਦੁਪਹਿਰ ਨੂੰ ਮਤਲਬ ਤੇ ਮੈਂ ਕਿਹਾ ਗੁਰੂ ਜੀ ਤੁਹਾਨੂੰ ਕਿੱਦਾਂ ਪਤਾ ਲੱਗ ਜਾਂਦਾ ਵੀ ਜਦੋਂ ਗੁਰੂ ਜੀ ਕਹਿੰਦੇ ਵੀ ਜਦੋਂ ਤੁਸੀਂ ਸਾਡੇ ਕੋਲ ਆਨੇ ਹੋ ਉਸ ਦਾ ਥੋੜਾ ਪਿਛਲਾ ਸਾਰਾ ਜਨਮਾਂ ਜਨਮਾਂ ਦਾ ਦੇਖ ਲੈਣੇ ਤੇ ਮੈਂ ਗੁਰੂ ਜੀ ਨੂੰ ਸੰਗਤ ਜੀ ਬੈਸੀ ਪੁੱਛਿਆ ਮੈਂ ਕਿਹਾ ਗੁਰੂ ਜੀ ਤੁਹਾਨੂੰ ਕਿੱਦਾਂ ਪਤਾ ਲੱਗ ਜਾਂਦਾ ਮੈਨੂੰ ਕਹਿੰਦੇ ਤੂੰ ਨਾ ਗੁਰੂ ਬਣ ਜਾਂਦਾ ਸੰਗਤ ਜੀ ਮਹਾਰਾਏ ਦੀ ਕਿਰਪਾ ਦੇਖੋ ਸਾਦਗੀ ਦੇਖੋ ਮੈਂ ਕਹਿੰਨਾ ਆਪਣਾ ਭੈਣ ਭਰਾ ਮਾਪੇ ਆਪਣੀ ਇੰਨਾ ਪਿਆਰ ਕਰਦੇ ਜੋ ਮਹਾਰਾ ਹੀ ਸਾਨੂੰ ਅੱਜ ਵੀ ਕਰ ਰਹੇ ਆ ਹਮੇਸ਼ਾ ਕਰਦੇ ਰਹਿਣਗੇ ਗੁਰੂ ਜੀ ਨੇ ਮੈਨੂੰ ਕਹਿਣਾ ਨਵਰਾਜ ਮੈਂ ਕਿਹਾ ਗੁਰੂ ਜੀ ਮੈਨੂੰ 6 ਮਹੀਨੇ ਹੋ ਗਏ ਆ ਮੇਰੀ ਮਤਲਬ ਆਫਿਸ ਦੀ ਗਵਰਨਮੈਂਟ ਜੋਬ ਹੈ ਮੈਨੂੰ ਗੁਰੂ ਜੀ ਨੇ ਕਹਿਣਾ ਤੈਨੂੰ ਕੌਣ ਪੁੱਛਦਾ ਤੈਨੂੰ ਨੱਠਣ ਦੀ ਪਈ ਹੈ ਬੜੀ ਵਾਰੀ ਗੁਰੂ ਜੀ ਨੇ ਕਹਿਣਾ ਗੁਰੂ ਜੀ ਕਹਿੰਦੇ ਜਨਾਨੀ ਮੰਗੇ ਪੇੜੇ ਉਹਨੂੰ ਦੇਣ ਵਾਲੇ ਬਥੇਰੇ ਆਦਮੀ ਮੰਗੇ ਆਟਾ ਉਹਨੂੰ ਉਹਦਾ ਵੀ ਘਟਾ ਮੈਨੂੰ ਕਹਿੰਦੇ ਤੈਨੂੰ ਕੌਣ ਪੁੱਛਦਾ ਉੱਥੇ ਸੋ ਸੰਗਤ ਜੀ ਮਾਰਾਈ ਨੇ ਇੰਨਾ ਨੇੜੇ ਲਾਇਆ ਅਸੀਂ ਕਦੇ ਸੋਚਿਆ ਹੀ ਨਹੀਂ ਸੀ ਭੋਲੇਨਾਥ ਹੈ ਸੰਗਤ ਜੀ ਤੁਸੀਂ ਦੇਖੋ ਇੱਕ ਵਾਰੀ ਸਾਊ ਮਾਸੜ ਜੀ ਸੀ ਕੋਈ ਆਈਐਸ ਅਫਸਰ ਸੈਕਟਰੀ ਕੋਈ ਰੈਂਕ ਦੇ ਬੰਦੇ ਸੀ ਮਤਲਬ ਕਾਫੀ ਜੋ ਸੰਗਤ ਚਲੀ ਗਈ ਤੇ ਮੈਨੂੰ ਗੁਰੂ ਜੀ ਕਹਿੰਦੇ ਬੈਠੇ ਨਾ ਨਾਲ ਸੰਗਤ ਜੀ ਮੈਂ ਤਾਂ ਕਿ ਕਲਰਕ ਲਗਾਉਆ ਸੀ ਕੋਈ ਮੇਰਾ ਆਇਆ ਨੇ ਤੇ ਮੈਂ ਜਦੋਂ ਉਹਨਾਂ ਕੋਲ ਬੈਠ ਕੇ ਗੱਲ ਕਰ ਰਹੀ ਸੀ ਤੇ ਉਹਨਾਂ ਨੇ ਸੋਚਿਆ ਮੈਂ ਵੀ ਉਹਨਾਂ ਵਰਗਾ ਹੋਵਾਂਗਾ ਕੋਈ ਆਈਐਸ ਅਫਸਰ ਮੈਨੂੰ ਕਹਿਣ ਲੱਗਿਆ ਜੀ ਤੁਸੀਂ ਚੰਡੀਗੜ੍ਹੋਂ ਮੈਂ ਕਿਹਾ ਹਾਂ ਜੀ ਕਹਿੰਦੇ ਤੁਸੀਂ ਕਿੱਥੇ ਬੈਠਦੇ ਹੋ ਮੈਂ ਕਿਹਾ ਜੀ ਸਾਡੀ ਆਪਣੀ ਬਿਲਡਿੰਗ ਹੈ ਮੈਂ ਦੱਸਿਆ ਐਡਰੈਸ ਤੇ ਕਹਿੰਦੇ ਤੁਸੀਂ ਸੈਕਟਰੀ ਨਹੀਂ ਮੈਂਦੇ ਤੇ ਮੈਂ ਕਿਹਾ ਨਹੀਂ ਜੀ ਸਾਡੀ ਆਪਣੀ ਬਿਲਡਿੰਗ ਹੈ ਮੈਂ ਉੱਥੇ ਬੈਠਦਾ ਫੇਰ ਗੱਲ ਕਰਦੇ ਕਰਦੇ ਪਤਾ ਲੱਗਿਆ ਕਹਿੰਦੇ ਤੁਸੀਂ ਆਈਐਸ ਆਫੀਸਰ ਨਹੀਂ ਮੈਂ ਕਿਹਾ ਸਰ ਮੈਂ ਤਾਂ ਇੱਕ ਛੋਟਾ ਜਿਹਾ ਕਲਰਕ ਲੱਗਾ ਸੋ ਸੰਗਤ ਜੀ ਗੁਰੂ ਮਹਾਰਾਜ ਦਾ ਕਿਰਪਾ ਦੇਖੋ ਅਸੀਂ ਜਿਨ੍ਹਾਂ ਦੇ ਘਰ ਮੈਂ ਕਹਿੰਨਾ ਵੱਢ ਨਹੀਂ ਸਕਦੇ ਅੱਜ ਉਹ ਵੀ ਗੁਰੂ ਮਹਾਰਾਜ ਦੇ ਕਰਕੇ ਇੰਨੀ ਸਾਰੀ ਸੰਗਤ ਦੀ ਇੱਜ਼ਤ ਕਰਦੇ ਆ ਸੰਗਤ ਜੀ ਜਸਸ ਗਿੱਲ ਅੰਕਲ ਦਾ ਤੁਸੀਂ ਨਾਮ ਸੁਣਿਆ ਹੋਣਾ ਗੁਰੂ ਜੀ ਇੱਕ ਵਾਰੀ 33 ਸੈਕਟਰ ਸੀ ਉਹਨਾਂ ਦੀ ਬੇਟੀ ਅਨਮੋਲ ਗੁਰੂ ਜੀ ਆਪਣੇ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਜੀ ਹਰੇਕ ਨੂੰ ਆਪਣੇ ਹੱਥ ਦੇ ਨਾਲ ਪ੍ਰਸ਼ਾਦ ਦਿੰਦੇ ਸੀ ਕਦੇ ਗੁਰੂ ਜੀ ਨੇ ਤੁਹਾਨੂੰ ਮੈਂ ਦੱਸਾਂ ਸੰਗਤ ਜੀ ਜਦੋਂ ਗੁਰੂ ਜੀ 96 ਦੇ ਵਿੱਚ ਦਿੱਲੀ ਆਏ ਨਾ ਜੀ ਲਗੂਨਾ ਦੇ ਵਿੱਚ ਪਹਿਲਾ ਫੰਕਸ਼ਨ ਰੱਖਿਆ ਬੜਾ ਵੱਡਾ ਫੰਕਸ਼ਨ ਸੀ ਬੱਬਰ ਅੰਕਲ ਸੀ ਉਹ ਵੀ ਗੁਰੂ ਜੀ ਦੀ ਸੇਵਾ ਚ ਬਹੁਤ ਮਲਕ ਕਰਦੇ ਸੀ ਮਹਾਰਾਜ ਜਿਹਨੂੰ ਅੱਪੇ ਕਿਰਪਾ ਕਰਦੇ ਸੀ ਉਹਨੇ ਹੁਕਮ ਹੁੰਦਾ ਸੀ ਸੰਗਾ ਜੀ ਤੁਸੀਂ ਦੇਖੋ ਵੀ ਸਵੇਰੇ ਗੁਰੂ ਜੀ ਆਏ ਸਾਰੀ ਸੰਗਤ ਨੂੰ ਖੁਦ ਆਪਣੇ ਹੱਥ ਨਾਲ ਪ੍ਰਸ਼ਾਦ ਦਿੱਤਾ ਉਦੋਂ ਗੁਰੂ ਜੀ ਨੇ ਰੈੱਡ ਡ्रेस ਪਾਈ ਹੋਈ ਸੀ ਦੇਖੋ ਲੱਖਾਂ ਹੀ ਦੁਨੀਆ ਸੀ ਉਸ ਫੰਕਸ਼ਨ ਦੇ ਵਿੱਚ ਦੁਪਹਿਰ ਤੋਂ ਬਾਅਦ ਗੁਰੂ ਜੀ ਨੇ ਗ੍ਰੀਨ ਡਰੈਸ ਪਾਈ ਦਿੱਲੀ ਦੀ ਗੱਲ ਹੈ ਜਦੋਂ ਸੁਦਾ ਆਂਟੀ ਦੇ ਘਰ ਆਏ ਉਦੋਂ ਗ੍ਰੀਨ ਡਰੈਸ ਪਾਈ ਕਹਿਣ ਤੋਂ ਪਾਵੇ ਹੈ ਸੰਗਤ ਜੀ ਪੋਲੇਨਾਥ ਮਹਾਰਾਜ ਨੇ ਸਾਨੂੰ ਹਰ ਕਿਸੇ ਨੂੰ ਆਪਣੇ ਹੱਥ ਨਾਲ ਪ੍ਰਸ਼ਾਦ ਦਿੱਤਾ ਹੈ ਇਹ ਨਹੀਂ ਕਿ ਆ ਕਿ ਮੈਂ ਖਾ ਗਿਆ ਤੁਸੀਂ ਦੇ ਦਿਓ ਕਿੰਡੀ ਵੱਡੀ ਗੱਲ ਹੈ ਸੰਗਤ ਜੀ ਗੁਰੂ ਜੀ ਸੋਦੇ ਨਹੀਂ ਸੀ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਆਏਗਾ ਵੀ ਇਹ ਤਾਂ ਕਦੇ ਹੋ ਨਹੀਂ ਸਕਦਾ ਵੀ ਨਾ ਸੋਣ ਦੇਖੋ ਉਸ ਟਾਈਮ ਅੱਜ ਅਸੀਂ ਕਹਿੰਨੇ ਆ ਸਾਖਸ਼ਾਤ ਪਰਮਾਤਮਾ ਸੀ ਸੀਗੀ ਅੱਜ ਵੀ ਸਾਡੇ ਨਾਲ ਹੈ ਮੈਨੂੰ ਕਿਸੇ ਨੇ ਕਿਹਾ ਕਿ ਜਦੋਂ ਤੁਸੀਂ ਸ਼ਿਪਰਾਨ ਪੜੋ ਉਹਦੇ ਵਿੱਚ ਤਿੰਨ ਅਵਤਾਰ ਲਿਖਿਆ ਕਿ ਅਗਿਆਨ ਵਾਲੇ ਸਮੇ ਚਾਣਗੇ ਜਿਹਦੇ ਵਿੱਚ ਨਿਰਮਲ ਵੀ ਆਏਗਾ ਸੰਗਤ ਜੀ ਮੈਂ ਨਹੀਂ ਪੜਿਆ ਮੈਨੂੰ ਲੋਕਾਂ ਨੇ ਦੱਸਿਆ ਤੁਸੀਂ ਇਹ ਦੇਖੋ ਵੀ ਗੁਰੂ ਮਹਾਰਾਜ ਨੇ ਉਦੋਂ ਇਹ ਕਿਹਾ 2003 ਚ ਕਿ ਤੁਸੀਂ ਸ਼ਿਪਰਾਨ ਪੜਿਆ ਕਰੋ ਨਹੀਂ ਤਾਂ ਗੁਰੂ ਜੀ ਨੇ ਕਿਸੇ ਨੂੰ ਨਾਮ ਨਹੀਂ ਦਿੱਤਾ ਕੋਈ ਤੁਹਾਨੂੰ ਕਹੇਗਾ ਮੈਨੂੰ ਨਾਮ ਦਿੱਤਾ ਸੀ ਸੰਗਤ ਜੀ ਜਦੋਂ ਤੁਹਾਡੇ ਮਨ ਦੇ ਵਿੱਚ ਜੋ ਵੀ ਹੈ ਗੁਰੂ ਮਹਾਰਾਜ ਤਾਂ ਸਭ ਕੁਝ ਜਾਣਦੇ ਆ ਉਹ ਤੁਹਾਡੇ ਮਨ ਦੇ ਪੜ ਕੇ ਜਿਵੇਂ ਤੁਹਾਡੀ ਇੱਛਾ ਤੁਹਾਨੂੰ ਕਹਿ ਦਨਗੇ ਅੱਛਾ ਐਂ ਕਰੋ ਤੁਸੀਂ ਇਹ ਵਾਲਾ ਪਾਠ ਕਰ ਲਓ ਥਿਰ ਕੇ ਬੈਸੋ ਜੋ ਵੀ ਗੁਰੂ ਜੀ ਨੇ ਕਹਿਣਾ ਵਾ ਸੰਗਤ ਜੀ ਉਹ ਸੰਗਤ ਲੈਣੀ ਸੀ ਗੁਰੂ ਮਹਾਰਾਜ ਨੇ ਕੋਈ ਨਾਮ ਦੇਣ ਦਾ ਕਲਚਰ ਨਹੀਂ ਸੀ ਕੋਈ ਪੈਸਾ ਨਹੀਂ ਸੀ ਕੁਛ ਨਹੀਂ ਚੜਦਾ ਦੇਖੋ ਕਈਆਂ ਨੇ ਸਾਨੂੰ ਪੁੱਛਣਾ ਜੀ ਇਹ ਪੈਸੇ ਮੀਂ ਜੇ ਗੁਰੂ ਮਹਾਰਾਜ ਲੈ ਆਂਦੇ ਨਹੀਂ ਸੰਗਤ ਜੀ ਇੱਕ ਵਾਰੀ ਦੀ ਗੱਲ ਤੁਹਾਨੂੰ ਜਲੰਧਰ ਦੀ ਸੁਣਾਣਾ ਮੈਂ ਨਾਮ ਨਹੀਂ ਲਾਵਾਂਗਾ ਉਹ ਨਾ ਪੰਜੀ ਆਪਣਾ ਕੜਾ ਪ੍ਰਸ਼ਾਦ ਜੇ ਨੂੰ ਦੇਗ ਕਹਿੰਦੇ ਆ ਗੁਰਦੁਆਰੇ ਦੀ ਉਹ ਲੈ ਕੇ ਆਏ ਗੁਰੂ ਜੀ ਦਾ ਸਾਨੂੰ ਹੁਕਮ ਸੀ ਕਿ ਕੋਈ ਵੀ ਪ੍ਰਸ਼ਾਦ ਆਵੇ ਤੁਸੀਂ ਅੰਦਰ ਨਹੀਂ ਉਹਨਾਂ ਨੂੰ ਕੋ ਜੀ ਪ੍ਰਸ਼ਾਦ ਬਣ ਗਿਆ ਵਾਪਸ ਲੈ ਜਾਓ ਚਲੋ ਗੁਰੂ ਮਹਾਰਾਜ ਦੀ ਤਾਂ ਸਾਰੀ ਲਾਡਲੀ ਸੰਗਤ ਹੈ ਅੱਜ ਵੀ ਹੈ ਪਹਿਲੇ ਵੀ ਸੀ ਮੈਂ ਗੁਰੂ ਜੀ ਤੇ ਉਹ ਪੰਜੀ ਖੜੇ ਸੀ ਮੈਂ ਗੁਰਜੀ ਨੂੰ ਮੈਂ ਕਿਹਾ ਗੁਰਜੀ ਇੱਕ ਖੜਾ ਪ੍ਰਸ਼ਾਦ ਲੈ ਕੇ ਆਏ ਦੀ ਗੁਰਜੀ ਕਹਿੰਦੇ ਭਾਂਜੀ ਪ੍ਰਸ਼ਾਦ ਬਣ ਗਿਆ ਕਰ ਲੈ ਜਾ ਨਹੀਂ ਨਹੀਂ ਗੁਰਜੀ ਦੇਖੋ ਮੈਂ ਤੁਹਾਨੂੰ ਪਹਿਲੇ ਕਿਹਾ ਵੀ ਗੁਰੂ ਜੀ ਹਰ ਕਿਸੇ ਨਾਲ ਗੱਲ ਕਰਦੇ ਸੀ ਔਰ ਗੁਰੂ ਜੀ ਦੇ ਹਰ ਕੋਈ ਨੇੜੇ ਸੀ ਅੱਜ ਵੀ ਔਰ ਰਹੇਗਾ ਗੁਰੂ ਜੀ ਨੇ ਦੋ ਤਿੰਨ ਵਾਰ ਹੀ ਕਿਹਾ ਮੈਂ ਨਾਲ ਖੜਾ ਸੀ ਗੁਰੂ ਜੀ ਕਹਿੰਦੇ ਭਾਂਜੀ ਅੱਜ ਤੇਰੇ ਘਰ ਵਾਲੇ ਦੀ ਵਰਤੀ ਹੈ ਉਹ ਹੱਥ ਜੋੜ ਕੇ ਖੜੇ ਹੋਗੇ ਗੁਰੂ ਜੀ ਕਹਿੰਦੇ ਕਮਲੀਆ ਕਹਿੰਦੇ ਕਿਤੇ ਹੋਰ ਦੇ ਦਿੰਦੀ ਦੇਖੋ ਗੁਰੂ ਜੀ ਦੇ ਵਡਸੀ ਵੀ ਕੋਈ ਮੰਦਰ ਗੁਰਦਾਰੇ ਕਿਤੇ ਦੇ ਦੋ ਕਹਿੰਦੇ ਫਿਰ ਤੈਨੂੰ 80 ਲੱਭੇ ਸੀ ਮਹਾਂਪੁਰਸ਼ ਸੋ ਸੰਗਤ ਜੀ ਤੁਸੀਂ ਦੇਖੋ ਮੈਨੂੰ ਬਾਅਦ ਚੋ ਗੁਰੂ ਜੀ ਕਹਿੰਦੇ ਨਵਰਾਜ ਮੇਰੇ ਪੁੱਛੇ ਬਗਿਆਰ ਕੁਝ ਨਾ ਖਾਇਆ ਕਰੋ ਸੋ ਸੰਗਤ ਜੀ ਗੁਰੂ ਮਹਾਰਾਏ ਨੇ ਤਾਂ ਹਰੇਕ ਦਾ ਕਲਿਆਣ ਕੀਤਾ ਹੈ ਕਈ ਵਾਰੀ ਗੁਰੂ ਜੀ ਨੇ ਜੇ ਕਿਸੇ ਨੂੰ ਡਾਂਟਣਾ ਨਾ ਅਸੀਂ ਕਈਆਂ ਨੇ ਕਹਿਣਾ ਦੇਖੋ ਜੀ ਡਾਂਟ ਪੈ ਗਈ ਆ ਵੀ ਅਗਲੇ ਨੂੰ ਵੀ ਮਹਿਸੂਸ ਹੁੰਦਾ ਤੇ ਗੁਰੂ ਜੀ ਕਿਆ ਕਰਦੇ ਸੀ ਮੈਂ ਤੁਹਾਨੂੰ ਨਹੀਂ ਤੁਹਾਡੇ ਘਰਾਂਵਾਂ ਨੂੰ ਡਾਂਟਦਾ ਸੰਗਜੀ ਤੁਸੀਂ ਗੁਰੂ ਜੀ ਕਿਆ ਕਰਦੇ ਸੀ ਦੇਖੋ ਵੀ ਇਹੀ ਮੇਰੇ ਮਾਪੇ ਸੰਗਤ ਹੀ ਮੇਰੀ ਹੈ ਕਹਿੰਦੇ ਕੋਈ ਨਵੀਂ ਪੁਰਾਣੀ ਨਹੀਂ ਹੈ ਕਹਿੰਦੇ ਕਿਸੇ ਦਾ ਟਾਈਮ ਆਉਂਦਾ ਸਮਾਂ ਲੱਗ ਲੱਗਿਆ ਫਿਰ ਗੁਰੂ ਜੀ ਨੇ ਦੇਖੋ ਤੁਹਾਨੂੰ ਮੈਂ ਦੱਸਿਆ ਵੀ ਇਹ ਸਾਰੀਆਂ ਜੋ ਮੈਂ ਬੋਲ ਰਿਹਾ ਹਾਂ ਗੁਰੂ ਜੀ ਦੇ ਵਰਡ ਹੈ ਇਹ ਮੇਰੇ ਨਹੀਂ ਹੈ ਗੁਰੂ ਜੀ ਕਿਆ ਕਰਦੇ ਸੀ ਕਹਿੰਦੇ ਇੱਕ ਦਿਨ ਬੈਠੇ ਕਹਿੰਦੇ ਦੇਖ ਨੌਰਾਜ ਕਹਿੰਦੇ ਜਦੋਂ ਕੋਈ ਸੰਗਤ ਚ ਆਂਦਾ ਉਹਨਾਂ ਸਾਡੇ ਪੂਨਮ ਭੈਣ ਜੀ ਫਰਜ਼ ਕਰ ਉਹ ਸੰਗਤ ਚ ਆ ਗਏ ਉਹਨਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਸੰਗਤ ਬੈਠੀ ਆ ਗੁਰੂ ਜੀ ਸੰਗਤ ਦੇ ਵਿੱਚ ਆਪਣਾ ਕੋਈ ਆਇਆ ਪਰ ਬਚਨ ਤੇ ਕੁਝ ਨਹੀਂ ਬੋਲਿਆ ਉਹਨਾਂ ਨੇ ਸਿਰਫ ਤੁਹਾਡਾ ਨਾਂ ਲੈ ਕੇ ਕਿਹਾ ਜਿਵੇਂ ਪੂਨਮ ਭੈਣ ਜੀ ਸਪੋਸ ਆਏ ਆ ਭੈਣ ਜੀ ਇਹ ਮੇਰਾ ਪਰਿਵਾਰ ਹੈ ਇਹ ਕਹਿੰਦੇ ਕਨੇਡਾ ਦੇ ਮਾਲਕ ਹੈ ਸੋ ਗੁਰੂ ਜੀ ਕਹਿੰਦੇ ਜਦੋਂ ਅਸੀਂ ਇੰਨੀ ਖੁਸ਼ੀ ਨਾਲ ਅਗਲੇ ਬੰਦੇ ਨੂੰ ਮਿਲਦੀ ਹੈ ਜਦ ਅਸੀਂ ਕਹਿੰਦੇ ਪੂਨਾ ਪੰਜੀ ਇਹ ਸਾਰਾ ਬੈਂਕੂ ਵਰ ਸਾਰੀ ਸ੍ਰਿਸ਼ਟੀ ਮੇਰਾ ਪਰਿਵਾਰ ਹੈ ਕਹਿੰਦੇ ਜਿੰਨੀ ਖੁਸ਼ੀ ਅੰਦਰੋਂ ਪੈਦਾ ਹੁੰਦੀ ਹੈ ਅੱਧਾ ਬੰਦਾ ਤਾਂ ਵੈਸੇ ਠੀਕ ਹੋ ਜਾਂਦਾ ਸੋ ਸੰਗਤ ਜੀ ਗੁਰੂ ਜੀ ਕੋਲ ਇਹ ਜ਼ਿਆਦਾਤਰ ਲੋਕਾਂ ਨੂੰ ਭਾਵਨਾ ਹੈ ਕਿ ਗੁਰੂ ਜੀ ਬਿਮਾਰੀਆਂ ਠੀਕ ਕਰਦੇ ਦੇਖੋ ਅੱਜ ਵੀ ਕੋਈ ਵੀ ਬੰਦਾ ਜੁੜਦਾ ਹੈ ਕੋਈ ਕਹਿੰਦਾ ਜੀ ਦੇਖੋ ਅਸੀਂ ਐਵੇਂ ਕਹੀਏ ਕੋਈ ਥੋੜਾ ਕੋਈ ਜ਼ਿਆਦਾ ਹਰ ਅਸੀਂ ਸੈਲਫਿਸ਼ ਸੰਗਤ ਜੀ ਗੁਰੂ ਮਹਾਰਾਜ ਨੇ ਤੇ ਦੇਖੋ ਕੋਈ ਤੁਹਾਨੂੰ ਕਦੇ ਦਵਾਈ ਨਹੀਂ ਦਿੱਤੀ ਨਾ ਉਹਨੂੰ ਦੇਣ ਦੀ ਲੋੜ ਹੈ ਗੁਰੂ ਜੀ ਕਹਿੰਦੇ ਜਦੋਂ ਤੁਸੀਂ ਸੰਗਤ ਚ ਜ ਆਨੇਓ ਅੱਜ ਵੀ ਅਸੀਂ ਸੰਗਤ ਅਟੈਂਡ ਕਰਦੇ ਆਂ ਸਾਨੂੰ ਨਹੀਂ ਪਤਾ ਸਾਨੂੰ ਕੀ ਕੀ ਮਿਲ ਰਿਹਾ ਕਿਉਂਕਿ ਤੁਸੀਂ ਦੇਖੋਗੇ ਕਿ ਤੁਹਾਡੇ ਚ ਚੇਂਜ ਕਿੰਨੀ ਆਉਂਦੀ ਹੈ ਸੰਗਤ ਜੀ ਸੋਚਣਾ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਦਾ ਮੈਂ ਕਿਹਾ ਗੁਰੂ ਜੀ ਮੈਨੂੰ 6 ਮਹੀਨੇ ਹੋ ਗਏ ਹੈ ਮੇਰੀ ਕੁੜੀ ਵੱਡੀ ਮੈਂ ਜਾਣਾ ਇੱਕ ਦਿਨ ਮੈਨੂੰ ਗੁਰੂ ਜੀ ਕਹਿੰਦੇ ਕਮਲਿਆ ਤੈਨੂੰ ਕੀ ਪਤਾ ਮੈਂ ਤੈਨੂੰ ਕਿੱਥੋਂ-ਕਿੱਥੋਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਬਚਾਇਆ ਸੋ ਸੰਗਤ ਜੀ ਗੁਰੂ ਜੀ ਦੀ ਅਸੀਂ ਵੀ ਉਦੋਂ ਦੇਖੋ ਅਸੀਂ ਮੈਂ ਪਹਿਲੇ ਕਿਹਾ ਕਿ ਜਿਹੜਾ ਨੇੜੇ ਹੁੰਦਾ ਹਾਂ ਉਹ ਅੰਦਰੋਂ ਨਹੀਂ ਗੱਲ ਹੁੰਦੀ ਹੁਣ ਸਾਨੂੰ ਲੋਕੀ ਜੋ ਮਰਜ਼ੀ ਕਹੀ ਜਾਣ ਕਿਉਂਕਿ ਅਸੀਂ ਗਰੰਟੀਡ ਜੀ ਲੈਣੇ ਆ ਕਿਉਂਕਿ ਅੰਦਰ ਮੇਰੇ ਕੀ ਤੁਸੀਂ ਨਹੀਂ ਦੇਖ ਸਕਦੇ ਸੋ ਗੁਰੂ ਜੀ ਨੇ ਤੇ ਹਮੇਸ਼ਾ ਸਾਨੂੰ ਬਚਾਇਆ ਮੈਨੂੰ ਕਹਿੰਦੇ ਕਮਲਿਆ ਤੈਨੂੰ ਤੇਰੇ ਪਰਿਵਾਰ ਨੂੰ ਮੈਂ ਕਿੱਥੋਂ-ਕਿੱਥੋਂ ਬਚਾਇਆ ਤੈਨੂੰ ਕੀ ਬਦਾ ਤੈਨੂੰ ਘਰ ਨੱਟਣ ਦੀ ਪਈ ਆ ਸੰਗਾ ਜੀ ਇੱਕ ਵਾਰੀ ਚੰਡੀਗੜ੍ਹ ਦੀ ਗੱਲ ਹੈ ਮੌਂਟਿ ਗਰੇਵਾਲੋਂ ਉਹਨਾਂ ਦੇ ਘਰ ਸੀ ਗੁਰੂ ਜੀ ਉਦੋਂ ਤੁਹਾਡੇ ਸ਼ਬੀਨਾ ਜੀ ਜੋ ਦਿੱਲੀ ਵਾਲੇ ਤੁਸੀਂ ਸਤਸੰਗ ਸੁਣਦੇ ਹੋ ਸ਼ਬੀਨਾ ਜੀ ਨੂੰ 30 ਜੂਨ ਨੂੰ ਗੁਰੂ ਜੀ ਨੇ ਜਲੰਧਰ ਦੇ ਵਿੱਚ ਅਡਵੈਨ ਪ੍ਰਸ਼ਾਦ ਦਿੱਤਾ ਸੀ ਮੈਂ ਉੱਥੇ ਸੀ ਸ਼ਾਇਦ ਉਹਨਾਂ ਨੂੰ ਯਾਦ ਹੀ ਹੋਏਗਾ ਵੈਸੇ ਭੈਣ ਜੀ ਨੂੰ ਉਦੋਂ ਉਹ ਵੀ ਆਏ ਹੋਏ ਸੀ ਡਾਕਟਰ ਡਾਕਟਰ ਐਮ ਪੀ ਸਿੰਘ ਚੰਡੀਗੜ੍ਹ ਦਾ ਤੁਸੀਂ ਸਤਸੰਗ ਸੁਣਿਆ ਹੋਏਗਾ ਸੋ ਸੰਗਾ ਜੀ ਉਸ ਦਿਨ ਕੀ ਹੋਇਆ ਮੈਂ ਗੁਰੂ ਜੀ ਨੂੰ ਨਾ ਮੱਥਾ ਟੇਕਿਆ ਸਾਰੀ ਸੰਗਤ ਲਗੀ ਸੰਗਤ ਜੀ ਮੈਂ ਕੈਸਟ ਵੀ ਲਗਾਨੀ ਸ਼ਬਦ ਕੀਰਤਨ ਵੀ ਲਗਾਣੇ ਸਰਵ ਵੀ ਕਰਨੇ ਮੈਨੂੰ ਗੁਰੂ ਜੀ ਦਾ ਹੁਕਮ ਸੀ ਕਿ ਜੋ ਬਾਗਨਮੈਂਡ ਡਰਾਈਵਰ ਹੈ ਸਭ ਤੋਂ ਪਹਿਲੇ ਉਹਨਾਂ ਨੂੰ ਦੇ ਕਹਿੰਦੇ ਅੰਦਰ ਦੇ ਤੁਸੀਂ ਨੂੰ ਮਿਲੀ ਜਾਣਾ ਸੰਗਤ ਜੀ ਗੁਰੂ ਜੀ ਨੇ ਤੇ ਸਭ ਦਾ ਬਹੁਤ ਧਿਆਨ ਰੱਖਿਆ ਚਲੋ ਜੀ ਮੈਂ ਗੁਰੂ ਜੀ ਨੂੰ ਮੱਥਾ ਟੇਕਿਆ ਗੁਰੂ ਕਹਿੰਦੇ ਨਾ ਚੰਡੀਗੜਾ ਆ ਕੇ ਮੈਂ ਨਵਰਾਇ ਕਹਿਣ ਲੱਗ ਪਈ ਸੀ ਤੇ ਗੁਰੂ ਜੀ ਨੇ ਆਵਾਜ਼ ਮਾਰੀ ਮੈਂ ਮੂੰਹ ਤੇ ਹੱਥ ਰੱਖ ਕੇ ਕੋਲ ਗਿਆ ਮੈਂ ਮੈਂ ਕਿਹਾ ਗੁਰਜੀ ਨੇ ਕੋ ਕੰਮ ਕਿਹਾ ਨਾ ਨਾਲ ਆਈ ਸਭ ਤੋਂ ਸਾਰੇ ਜੋ ਵੀ ਬੈਠੇ ਆਂਦੇ ਹੀ ਕਹਿੰਦੇ ਤੂੰ ਇੱਥੇ ਸੌਂ ਨਾ ਮੈਂ ਤੇਰੀ ਛੁੱਟੀ ਕਰ ਦੇਣੀ ਆ ਇੰਨੀ ਉੱਚੀ ਮੈਨੂੰ ਬੜਾ ਮਹਿਸੂਸ ਹੋਇਆ ਮੈਂ ਕਿਹਾ ਗੁਰਜੀ ਮੈਂ ਤਾਂ ਸੌਂਦਾ ਨਹੀਂ ਮੈਂ ਹੋਰ ਨਾ ਨਹੀਂ ਲੈਂਦਾ ਦੇਖੋ ਗੁਰਜੀ ਨੇ ਬੜੀ ਮौज ਕਰਾਈ ਆ ਅੰਕਲ ਨੇ ਆਸਣਾ ਲਾਣਾ ਸਵੇਰ ਹੋਈ ਨਹੀਂ ਉਹਨਾਂ ਨੇ ਘਰਾੜੇ ਮਾਰਨੇ ਗੁਰਜੀ ਨੇ ਕਦੇ ਨਹੀਂ ਰੋਕਿਆ ਮੈਂ ਬੜਾ ਪਰੇਸ਼ਾਨ ਚਲੋ ਜੀ ਸ਼ਬਦ ਸੰਗਤ ਜੀ ਮੈਂ ਹੀ ਲਾਣੇ ਸੀ ਮੈਂ ਫਿਰ ਉਦੋਂ ਸ਼ਬਦ ਲਾਇਆ ਤੂੰ ਵਿਸਰੇ ਮੈਂ ਮਰ ਜਾਵਾਂ ਸੋ ਤੁਸੀਂ ਦੇਖੋ ਕਈ ਵਾਰੀ ਕੀ ਹੋਣਾ ਕਿ ਮੈਂ ਜਿੱਦਾਂ ਕਿਸੇ ਭੈਣ ਜੀ ਨੇ ਕਹਿਣਾ ਮੈਂ ਟ੍ਰੇ ਲੈ ਕੇ ਜਾਣੀ ਅੱਧੀ ਕਰ ਦੋ ਸੰਗਤ ਜੀ ਕਦੇ ਅੱਧੀ ਨਹੀਂ ਕਰਦੀ ਇੱਥੇ ਇੱਕ ਗੱਲ ਯਾਦ ਹੋਰ ਆਈ ਗੁਰੂ ਜੀ ਕਹਿੰਦੇ ਹੁੰਦੇ ਸੀ ਅੱਧੀ ਰੋਟੀ ਕਦੇ ਨਹੀਂ ਖਾਈ ਤੀ ਗੁਰੂ ਜੀ ਗੁਰੂ ਜੀ ਨਾ ਗਿਣ ਕੇ ਨਹੀਂ ਦਿੰਦੇ ਸੀ ਅਦਾ ਸਾਈਜ਼ ਕਰਕੇ ਦਿੰਦੇ ਸੀ ਚਬਾਤੀਆਂ ਚਲੋ ਜੀ ਉਸ ਦਿਨ ਕੀ ਹੋਇਆ ਜੀ ਗੁਰੂ ਜੀ ਨੇ ਡਾਂਟਿਆ ਗੁਰੂ ਜੀ ਦੇ ਕੋਲ ਅੰਦਰ ਡਾਕਟਰ ਐਮ ਪੀ ਤੇ ਸ਼ਵਿਨਾ ਭੈਣ ਜੀ ਵੀ ਸੀ ਮੈਂ ਹੋਲੀ ਇਹ ਸ਼ਵਲ ਲਗਾਏ ਮੈਂ ਉਹ ਤੋਂ ਐਮਪੀ ਸਿੰਘ ਆਏ ਦੇਖੋ ਨਵਰਾਜ ਸੋਤੇ ਨਹੀਂ ਗਿਆ ਮੈਂ ਤੁਮਾਜ ਗੁਰਜੀ ਮੇਰੇ ਨਾਲ ਇਦਾਂ ਕਿਉਂ ਕਰ ਰਹੇ ਸ਼ਬੀਨਾ ਵਾਂਜ ਨੂੰ ਭੇਜਿਆ ਦੇਖੋ ਨਵਰਾਜ ਸੋਤੇ ਨਹੀਂ ਗਿਆ ਸੰਗ ਜੀ ਸਵੇਰ ਦੇ 4 ਵਜੇ ਮੈਂ 3:00 ਵਜੇ ਨਾ ਮੈਨੂੰ ਨੀਂਦ ਜੀ ਚੜੀ ਮੈਂ ਚਾਹ ਪੀਤੀ ਮੈਂ 33 ਸੈਕਟਰ ਦੇ ਵਿੱਚ ਮੌਂਟੀ ਗਰਾਂਡ ਦੇ ਸਾਹਮਣੇ ਪਾਰਕ ਸੀ ਪਾਰਕ ਦੇ ਵਿੱਚ ਤੁਸੀਂ ਦੇਖਿਆ ਨਾ ਇੱਕ ਸੜਕ ਬਣੀ ਹੁੰਦੀ ਹੈ ਰੋੜੀ ਮਤਲਬ ਲੁੱਕ ਦੀ ਮੈਂ ਉੱਥੇ ਗਿਆ ਮੈਨੂੰ ਨੀਂਦ ਆ ਰਹੀ ਸੀ ਗੁਰਜੀ ਦੋ ਮਿੰਟ ਦੇਖੋ ਨਵਰਾਜ ਸੋਦੇ ਨਹੀਂ ਗਿਆ ਮੈਂ ਛੁੱਟੀ ਕਰ ਦੇਣੀ ਹੈ ਮਹਾਰਾਜ ਦੀ ਲੀਲਾ ਹੁਣ ਸਾਨੂੰ ਥੋੜਾ ਪਤਾ ਜੀ ਦੇਖੋ ਸਾਨੂੰ ਤਾਂ ਕੋਈ ਸੇਵਾਦਾਰ ਕਹਦੇ ਅਸੀਂ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹਾਂ ਹਿਊਮਨ ਬੀਇੰਗ ਆ ਨਾ ਜੀ ਸੰਗਾ ਜੀ ਮੈਂ ਉਦੋਂ ਪਾਰਕ ਦੇ ਵਿੱਚ ਗਿਆ ਮੈਂ ਗੇੜੇ ਲਾਏ ਸਾਹਮਣੇ ਨਾ ਮਸਜਿਦ ਐ 33 ਸੱਕਰ ਉਰ ਇੱਕ ਮੈਂ ਦੇਖਿਆ ਲੇਡੀ ਕਗੜਾ ਪਾਇਆ ਬਾਲ ਖੁੱਲੇ ਜੀ ਉਹਦੇ ਮੈਨੂੰ ਕੁਝ ਨਹੀਂ ਪਤਾ ਮੈਂ ਤਾਂ ਆਪਣੀ ਟੈਨਸ਼ਨ ਚਾ ਉਹਨਾਂ ਪੀੜ ਦੇ ਆਲੇ ਦੁਆਲੇ ਨਾ ਜੀ ਅਦਾ ਅਦਾ ਗੇੜੇ ਘੱਟ ਰਚੇ ਮੇਰੇ ਮਨ ਚ ਆਇਆ ਮੈਂ ਕਿ ਕੀ ਜਨਨੀਆਂ ਸਵੇਰੇ ਸਵੇਰੇ ਕੋ ਟੂਨੇ ਕਰਨੀਆਂ ਹੋਣੀਆਂ ਹੋਆ ਸੋ ਸੰਗਤ ਜੀ ਉਹ ਮੈਨੂੰ ਦੇਖ ਕੇ ਨਾ ਪਾਰਕ ਦੇ ਕੋਨੇ ਚ ਗਈ ਤੇ ਚਲੀ ਗਈ ਚਲੋ ਜੀ ਮੈਂ ਆਇਆ ਤੇ ਸਵੇਰੇ ਜਦੋਂ ਸੰਗਤ ਸਾਰੀ ਚਲੀ ਗਈ ਗੁਰੂ ਜੀ ਕਵਰੀ ਲੇਟ ਹੋਰ ਬਿਠਾ ਲੈਂਦੇ ਸੀ ਮਰਜ਼ੀ ਹੁੰਦੀ ਸੀ ਗੁਰੂ ਜੀ ਦੀ ਮੈਂ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਮੈਂ ਗੁਰੂ ਜੀ ਨੂੰ ਦੱਸਿਆ ਮੈਂ ਕਿਹਾ ਗੁਰੂ ਜੀ ਅੱਦੇ-ਅੱਦਾ ਉਹ ਲੇਡੀ ਗੁਰੂ ਜੀ ਕਹਿੰਦੇ ਕਮਲਿਆ ਉਹ ਡਾਂਸ ਸੀ ਕਹਿੰਦੇ ਕਹਿੰਦੇ ਜੇ ਤੂੰ ਰਾਤੀ ਸੋ ਜਾਂਦਾ ਤੇਰੇ ਪਰਵਾਰ ਨਾਲ ਕੀ ਹੁੰਦਾ ਤੈਨੂੰ ਕੀ ਪਤਾ ਮੈਂ ਤੈਨੂੰ ਕਿੱਥੋਂ-ਕਿੱਥੋਂ ਬਚਾਇਆ ਸੰਗਤ ਜੀ ਇੰਨਾ ਰੋਣਾ ਆਇਆ ਦੇਖੋ ਮਹਾਰਾਜ ਜੀ ਵੀ ਤਾਂ ਸਾਰੀ ਰਾਤ ਦੇਖੋ ਨਵਰਾਜ ਸੁੱਤਾ ਤਾਂ ਨਹੀਂ ਸੁੱਤਾ ਤੈਨੂੰ ਸੋ ਸੰਗਤ ਜੀ ਰੱਬ ਮਾਂ ਬਾਪ ਕਦੇ ਆਪਣੇ ਬੱਚਿਆਂ ਦਾ ਬੁਰਾ ਨਹੀਂ ਕਰਦੇ ਦੇਖੋ ਅਸੀਂ ਕਹਿ ਦਿੰਨੇ ਆ ਕਿ ਉਹਨੇ ਮੈਨੂੰ ਐਂਗਾ ਕਿਹਾ ਸੋ ਸੰਗਾਜੀ ਉਸ ਤੋਂ ਬਾਅਦ ਗੁਰੂ ਜੀ ਦੇਖੋ ਸਵੇਰੇ ਗਏ ਤੇ ਫਾਟ ਤੇ ਗਏ ਚਲੋ ਡਾਕਟਰ ਐਮਪੀ ਸਿੰਘ ਜੀ ਤੁਸੀਂ ਸਾਰਿਆਂ ਨੂੰ ਸ਼ਾਇਦ ਪਤਾ ਹੋਵੇਗਾ ਡਾਕਟਰ ਐਮਪੀ ਸਿੰਘ ਨੂੰ ਇੱਕ ਦਿਨ ਗੁਰੂ ਜੀ ਨੇ ਕਿਹਾ ਤੁਸੀਂ ਸੇਵਾ ਕਰੋ ਡਾਕਟਰ ਐਮਪੀ ਸਿੰਘ ਜੀ ਪਚਕੂਲੇ ਮੈਨੂੰ ਕਫਤਾ ਵੀ ਸੁਣਾਣੀਆਂ ਉਹਨਾਂ ਨੇ ਅਸੀਂ ਕਿਹਾ ਵੀ ਡਾਕਟਰ ਸਾਹਿਬ ਦੀ ਅੱਜ ਤਾਂ ਮੋਢ ਲੱਗ ਗਈ ਸੋ ਸੰਗਤ ਜੀ ਥੋੜੀ ਥੋੜੀ ਬਾਰਿਸ਼ ਹੋ ਰਹੀ ਸੀ ਸਭ ਨੂੰ ਪਤਾ ਮੈਂ ਕਾਰ 'ਚ ਅੱਜ ਵੀ ਨਹੀਂ ਬਹਿੰਦਾ ਗੁਰੂ ਮਹਾਰਾਜ ਮੈਨੂੰ ਆਪਣੀ ਕੰਟੈਸਰ ਬਿਠਾ ਕੇ ਲੈ ਜਾਣਾ ਮੈਂ ਕਿਹਾ ਗੁਰਜੀ ਵਾਪਸ ਚੱਲੋ ਸੰਗਤ ਜੀ ਐਮ ਡਾਕਟਰ ਐਮ ਪੀ ਸਿੰਘ ਉਹਦਾ ਨਾ 11 ਦੀ ਡਿਸਪੈਂਸਰੀ ਰਹਿੰਦੇ ਸੀ 33 ਸੈਕਟਰੋਂ ਨਾ ਕੋਈ ਲੜਕਾ ਸੀ ਨਾਲੋਂ ਮੇਰੇ ਬੈਠਾ ਹੋ ਆਪਣਾ ਕੀ ਕਹਿੰਦੇ ਨਾਲ ਖਾਰਚ ਮੈਨੂੰ ਗੁਰੂ ਜੀ ਕਹਿੰਦੇ ਇਹਨੂੰ ਛੱਡ ਕੇ ਆ ਚਲੋ ਜੀ ਅਸੀਂ ਉਹਨੂੰ ਘਰ ਛੱਡਿਆ ਥੋੜੀ ਥੋੜੀ ਜੀ ਕਿਨਮਿੰਨ ਜੀ ਹੋ ਰਹੀ ਸੀ ਸਾਨੂੰ ਇਸ ਗੱਲ ਦਾ ਕੁਝ ਨਹੀਂ ਵੀ ਕੀ ਆ ਕੀ ਨਹੀਂ ਆ ਦੇਖੋ ਗੁਰੂ ਜੀ ਨੇ ਉਹਨਾਂ ਤੋਂ ਸੇਵਾ ਕਰਾ ਕੇ ਭੇਜਿਆ ਜਦੋਂ ਡਾਕਟਰ ਸਾਹਿਬ ਅਗਲੇ ਦਿਨ ਆਏ ਤੇ ਗੁਰੂ ਜੀ ਨੂੰ ਮੱਥਾ ਟੇਕਿਆ ਸਾਰੀ ਸੰਗਤ ਬੈਠੀ ਜੀ ਗੁਰੂ ਜੀ ਕਹਿੰਦੇ ਕਿਉਂ ਐਮਪੀ ਸਿੰਘ ਦੇਖ ਲਿਆ ਕਹਿੰਦਾ ਮਹਾਰਾਜ ਤੁਸੀਂ ਮੈਨੂੰ ਬਚਾਇਆ ਕਹਿੰਦਾ ਰਾਤੀ ਮੈਨੂੰ ਜੰਮ ਲੈਣ ਆ ਗਏ ਸੀ ਕਹਿੰਦਾ ਗੁਰੂ ਜਦੋਂ ਨੇ ਸੰਗਤ 'ਚ ਗੱਲ ਸੁਣਾਈ ਨਾ ਕਹਿੰਦੇ ਗੁਰੂ ਜੀ ਕਹਿੰਦੇ ਚ ਸੁਣਾ ਅੱਛਾ ਸੰਗੇ ਜੀ ਤੁਹਾਨੂੰ ਪਤਾ ਨਾ ਗੁਰੂ ਜੀ ਵੀ ਕਹਿੰਦੇ ਹੁੰਦੇ ਸੀ ਵੀ ਸਤਸੰਗ ਸੁਣਾਓ ਪਰ ਸ਼ਾਰਟ 'ਚ ਸੁਣਾਓ ਡਾਕਟਰ ਸਾਹਿਬ ਨੇ ਜਦੋਂ ਗੱਲ ਸੁਣਾਈ ਹੁਣ ਸਾਨੂੰ ਤੇ ਨਹੀਂ ਸੀ ਪਤਾ ਉਹ ਕਹਿੰਦੇ ਵੀ ਰਾਤੀ ਜਦੋਂ ਮੈਂ ਸੁੱਤਾ ਸੀ ਮੈਂ ਜਾਗਦੇ ਇਹ ਕੋਈ ਸੁਪਨਾ ਨਹੀਂ ਸੁਣਾ ਰਹੇ ਜੀ ਕਹਿੰਦੇ ਮੈਨੂੰ ਜਮ ਲੈਣ ਆ ਗਏ ਉਹ ਕਹਿੰਦੇ ਵੀ ਚਲੋ ਕਹਿੰਦੇ ਗੁਰੂ ਜੀ ਵਿੱਚ ਆਏ ਗੁਰੂ ਦੀ ਅੱਜ ਤਲਵਾਰ ਸੀ ਗੁਰੂ ਜੀ ਕਹਿੰਦੇ ਇਹ ਮੇਰਾ ਭਗਤ ਹੈ ਗੁਰੂ ਜੀ ਨੇ ਉਹਨਾਂ ਨੂੰ ਜਮ ਤੋਂ ਬਚਾਇਆ ਫਿਰ ਗੁਰੂ ਜੀ ਨੇ ਪਤਾ ਕੀ ਕਿਹਾ ਜੀ ਗੁਰੂ ਜੀ ਕਹਿੰਦੇ ਡਾਕਟਰ ਸਾਹਿਬ ਆਪਣਾ ਟੇਵਾ ਚੈੱਕ ਕਰਾ ਲਾ ਕਿੰਨੀ ਉਮਰ ਹੈ ਸੰਗਤ ਜੀ ਜਦੋਂ ਅਸੀਂ ਪੂਰਨ ਗੁਰੂ ਪੂਰਨ ਗੁਰੂ ਦੇ ਕੋਲ ਆਨੇ ਆ ਕਸ਼ਟ ਦਾ ਅਸੀਂ ਭੋਗ ਨਹੀਂ ਭੋਗਨੇ ਆ ਸਾਡਾ ਜਿਹੜਾ ਕਸ਼ਟ ਹੈ 100% ਦੀ ਜਗ੍ਹਾ 1% ਦੇ ਨਿਕਲ ਜਾਂਦਾ ਸੂਏ ਤੋਂ ਸੂਲੀ 'ਚ ਨਿਕਲ ਜਾਂਦਾ ਗੁਰੂ ਜੀ ਕੀ ਕਹੇ ਅਗਰ ਹੁੰਦੇ ਸੀ ਕਹਿੰਦੇ ਕੌਣ ਕਹਿੰਦਾ ਰੱਬ ਨਹੀਂ ਆ ਕਹਿੰਦੇ ਸਾਡੇ ਕੋਲ ਆਓ ਅਸੀਂ ਦਿਖਾਣੇ ਆ ਗੁਰੂ ਜੀ ਤਾਂ ਇਹ ਵੀ ਵੱਡ ਦੇ ਕਹਿੰਦੇ ਹੁੰਦੇ ਸੀ ਆਪਣਾ ਮੈਂ ਤਾਂ ਛੱਡ ਕੇ ਕਹਿ ਰਾਂ ਗੁਰੂ ਤਾਂ ਹੋਰ ਵੀ ਕੁਝ ਕਹਿੰਦੇ ਕਹਿੰਦੇ ਸਾਡੇ ਕੋਲ ਆਓ ਕੌਣ ਕਹਿੰਦਾ ਰੱਬ ਸੰਗ ਜੀ ਗੁਰੂ ਮਾਰਾ ਇਤੇ ਪੋਲੇ ਸ਼ੰਕਰ ਦੇਖੋ ਗਰੇਗ ਨੂੰ ਜਨਮ ਦਿੱਤਾ ਅਸੀਂ ਨਹੀਂ ਸਮਝਦੇ ਅੱਜ ਵੀ ਅਸੀਂ ਉਦਾਂ ਦੇ ਹੀ ਆ ਚਲੋ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਜ ਮਤਲਬ ਜਿੱਦਾਂ ਗੁਰੂ ਜੀ ਐਵੇਂ ਸਾਰੀਆਂ ਗੁਰੂ ਜੀ ਦੀਆਂ ਗੱਲਾਂ ਹੀ ਸੁਣਾਵਾਗਾ ਤੁਹਾਨੂੰ ਗੁਰੂ ਜੀ ਦਾ ਹੀ ਵਰਡ ਹੈ ਤੁਹਾਨੂੰ ਪਤਾ ਗੌਰਵ ਨੂੰ ਗੁਰੂ ਜੀ ਬਹੁਤ ਪਿਆਰ ਕਰਦੇ ਅੱਜ ਵੀ ਕਰਦੇ ਆ ਇਹ ਜਦੋਂ 9ਵੀਂ 10ਵੀਂ ਚ ਸੀ ਚਲੋ ਪਹਿਲੇ ਤੁਹਾਨੂੰ ਗੌਰਵ ਦੀ ਗੱਲ ਸੁਣਾਨਾ ਜੀ ਇਹ ਬੜਾ ਮਜ਼ੇਦਾਰ ਹੈ ਬੱਚਾ ਬੜਾ ਦੇਖੋ ਮੈਂ ਨਾ ਗੁਰੂ ਜੀ ਕੋਲ ਪਿੰਡ ਹੁੰਦਾ ਮੈਂ ਪਿੰਡ ਜਾਣਾ ਸੰਘਜ ਜੀ ਤੋਂ ਨਾ ਨਵਾਂ ਨਵਾਂ ਮੋਬਾਈਲ ਚੱਲਿਆ ਸੀ ਤੇ ਮੈਂ ਮਲੇਰ ਕੋਟ ਲੈ ਗਿਆ ਉਦੋਂ ਗੁਰਜੀ ਮਲੇਰ ਕੋਟ ਰੇ ਨਾ ਜੀ ਤੇ ਉਹ ਰੂਪੀ ਹੈ ਦਾ ਰੂਪੀ ਮਤਲਬ ਹੈ ਗੁਰਜੀ ਦੇ ਬ੍ਰਦਰ ਗੌਰਵ ਦੇ ਡੈਡੀ ਤੇ ਗੌਰਵ ਦਾ ਸ਼ੁਰੂ ਮੈਨੂੰ ਬਹੁਤ ਪਿਆਰ ਹੈ ਮੈਂ ਗਿਆ ਤੇ ਮੇਰੇ ਕੋਲ ਨਹੀਂ ਕਿ ਪੈਨਾਸੋਨਿਕ ਦੀ ਇੰਨੀ ਕਿ ਡੰਡੀ ਹੁੰਦੀ ਸੀ ਜੀ ਮੋਬਾਈਲ ਤੇ ਮੇਰੇ ਕੋਲ ਤਾਂ ਉਹ ਸੀ ਲੋ ਜੀ ਮੇਰੇ ਨਾਲ ਗੌਰਵ ਬਾਹਰ ਖੜਾ ਤੇ ਇਹਦੇ ਨਾਲ ਕੋਈ ਦੋਸਤ ਆ ਗਏ ਉਹਨਾਂ ਕੋਲ ਬੜੇ ਮਹਿੰਗੇ ਮਹਿੰਗੇ ਫੋਨ ਕਿਉਂ ਕਿ ਮੈਨੂੰ ਕਹਿੰਦਾ ਡੈਡੀ ਲੁਕਾ ਲਓ ਕਹਿੰਦਾ ਕੀ ਕੋਲੈਸ ਰੱਖਿਆ ਆ ਕਹਿੰਦਾ ਮੇਰੇ ਦੋਸਤ ਆ ਰਹੇ ਮੇਰੀ ਬੇਇਜ਼ਤੀ ਹੋ ਜੇਗੀ ਸੋ ਸੰਗਤ ਜੀ ਦਾ ਇੰਨਾ ਪਿਆਰ ਦੇਖੋ ਫਿਰ ਮੈਂ ਤਾਂ ਗੁਰਜੀ ਮੈਨੂੰ ਕਹਿੰਦੇ ਸੀ ਨਵਰਾਜ ਤੂੰ ਇਹਨੂੰ ਸਮਝਾਇਆ ਕਰ ਇਹਦਾ ਧਿਆਨ ਰੱਖਿਆ ਕਰ ਸੰਗਤ ਜੀ ਕੀ ਪਤਾ ਸੀ ਕਿ ਗੌਰਵ ਜੀ ਨੇ ਅੱਜ ਐਡਾ ਵੱਡਾ ਅੰਪਾਇਰ ਸੰਭਲਿਆ ਦੇਖੋ ਉਸ ਬੱਚੇ ਦੇ ਬਾਰੇ ਕੋਈ ਇਹ ਨਹੀਂ ਕੋਈ ਮੈਨੂੰ ਕਹਿੰਦਾ ਜੀ ਨਵਰਾਜ ਇਨਵੈਸਟਰ ਹੈ ਜਾਂ ਕੁਝ ਵੀ ਹੈ ਸੰਗਤ ਜੀ ਮੈਂ ਇੱਕੋ ਗੱਲ ਕਹਿਣਾ ਬਾਣੀ 'ਚ ਵੀ ਲਿਖਿਆ ਹੋਂ ਗੁਰਬਾਨੇ ਜਉਨ ਤਿਨਾਂ ਤੇ ਲੈਨ ਜੋ ਤੇਰਾ ਨਾਮ ਸੋ ਪਰਮਾਤਮਾ ਗੁਰੂ ਨੂੰ ਉਹ ਕਹਿੰਦੇ ਆ ਕਿ ਜੋ ਤੁਹਾਡਾ ਨਾਮ ਲੈਂਦੇ ਮੈਂ ਤਾਂ ਉਹਨਾਂ ਦੇ ਵੀ ਵਾਰੀ ਵਾਰੀ ਜਾਵਾਂ ਚਰਨਾਂ ਦੀ ਧੂੜ ਮਿਲੇ ਸੰਗ ਜੀ ਤੁਸੀਂ ਦੱਸੋ ਮੈਂ ਇੱਕ ਵਾਰੀ ਪਹਿਲੇ ਵੀ ਕਿਹਾ ਇੱਕ ਵਾਰੀ ਦੀ ਗੱਲ ਹੈ ਗੁਰਨਾਨਕ ਦੇਵ ਜੀ ਨਾਲ ਕੋਈ ਬੜਾ ਵੱਡਾ ਵਿਦਵਾਨ ਸੀ ਜਿਹਨੂੰ ਈਗੋ ਸੀ ਮਹਾਰਾ ਇਹਨੂੰ ਕਹਿੰਦਾ ਗੁਰਨਾਨਕ ਦੇਵ ਜੀ ਤੁਸੀਂ ਮੇਰੇ ਨਾਲ ਗੋਸ਼ਟੀ ਕਰੋ ਮੀਨਸ ਡਿਸਕਸ਼ਨ ਕਰੋ ਮਹਾਰਾ ਇਹਨੇ ਕੁਝ ਨਹੀਂ ਕੀਤਾ ਇੱਕ ਅਨਪੜ੍ਹ ਆਦਮੀ ਉਹਦੇ ਉੱਤੇ ਆਪਣੀ ਸਟਿਕ ਲਈ ਤੇ ਉਹਨੂੰ ਬles ਕਰਤਾ ਕਹਿੰਦੇ ਤੂੰ ਇਹਦੇ ਨਾਲ ਕਰ ਲੈ ਸੰਗਤ ਜੀ ਉਹ ਐਡਾ ਵੱਡਾ ਵਿਦਵਾਨ ਉਸ ਤੋਂ ਵੀ ਹਾਰ ਗਿਆ ਸੀ ਸੋ ਮੈਂ ਹਮੇਸ਼ਾ ਕਹਿੰਨਾ ਗੌਰਵ ਤੇ ਗੁਰੂ ਮਹਾਰਾਜ ਦਾ ਹੱਥ ਹੈ ਉਹਦੀ ਆਪਣੀ ਕੋਈ ਸ਼ਕਤੀ ਕੋਈ ਉਹਦੀ ਆਪਣੀ ਹਿੰਮਤ ਨਹੀਂ ਹੈ ਗੁਰੂ ਮਹਾਰਾਜ ਦੀਆਂ ਫੁੱਲ ਬlesਸਿੰਗਸ ਆ ਹਮੇਸ਼ਾ ਰਹਿਣਾ ਸੰਗਤ ਜੀ ਦੇਖੋ ਐਡਾ ਵੱਡਾ ਅੰਪੈਰ ਸਾਹਮਣਾ ਕੋਈ ਸੌਖੀ ਗੱਲ ਹੈ ਵੱਡਾ ਮੰਦਰ ਪਿੰਡ ਵੀ ਸਾਰਾ ਉਹ ਬੱਚਾ ਦੇਖ ਰਿਹਾ ਔਰ ਮੈਂ ਜਨਕਪੂਰ ਅੰਕਲ ਨੂੰ ਕੋਟੀ ਕੋਟੀ ਪ੍ਰਣਾਮ ਅੱਜ ਨਹੀਂ ਹੈ ਸਾਡੇ ਚ ਇੱਕ ਵਾਰੀ ਮੈਨੂੰ ਮਿਲੇ ਵੱਡੇ ਮੰਦਰ ਸੰਗਤ ਜੀ ਕਿਉਂਕਿ ਮੈਂ ਮਾਰਾ ਇਹਨਾਂ 6-6 ਮਹੀਨੇ ਰਿਆਣਾ ਉੱਥੇ ਹੀ ਸਾਰੀ ਸੰਗਤ ਦਾ ਪਿਆਰ ਮਿਲਿਆ ਮੈਂ ਕਪੂਰ ਅੰਕਲ ਨੂੰ ਇੱਕ ਦਿਨ ਕਿਹਾ ਮੈਂ ਕਿਹਾ ਅੰਕਲ ਜੀ ਅੱਜ ਗੁਰੂ ਜੀ ਹੁੰਦੇ ਸੰਗਤ ਜੀ ਗੁਰੂ ਜੀ ਨੇ ਜਦੋਂ ਫੰਕਸ਼ਨ ਹੋਣਾ ਨਾ ਦੇਖੋ ਮਾਰਾ ਕਿਦਾਂ ਭੁਲੇਖਿਆਂ ਚ ਬੰਦੇ ਮੈਨੂੰ ਕਹਿੰਦੇ ਨਵਰਾਜ ਜਿਹੜੀਆਂ ਬਾਹਰ ਹੈ ਨਾ ਗੱਡੀਆਂ ਲੱਗੀਆਂ ਇਹਨਾਂ ਦੀ ਵੀਡੀਓ ਬਣਾਓ ਅਜਾ ਤੁਹਾਨੂੰ ਲੱਗਦਾ ਸੀ ਮਹਾਰਾਜ ਨੂੰ ਪਤਾ ਨਹੀਂ ਗੱਡੀਆਂ ਤੋਂ ਕੀ ਮਤਲਬ ਖੁਸ਼ ਕਹਿੰਦੇ ਸਾਡੀ ਸੋਚ ਨੂੰ ਹੀ ਬਦਲ ਦਿੰਦੇ ਸੀ ਤੇ ਮੈਂ ਕਿਹਾ ਦੇਖੋ ਅੱਜ ਮਹਾਰਾਜ ਹੁੰਦੇ ਕਿੰਨੇ ਖੁਸ਼ ਹੁੰਦੇ ਸੰਗਤ ਜੀ ਮਹਾਰਾਜ ਨੇ ਜਿਹੜਾ ਵੱਡਾ ਮੰਦਿਰ ਬਣਾਇਆ ਉਦੋਂ ਗੁਰੂ ਜੀ ਚੰਡੀਗੜ੍ਹ ਸੀ ਉਹ ਜਾਂਟੀ ਦੇ ਘਰ ਸੈਟੀ ਬੈਂਬੀ ਤੁਸੀਂ ਸੁਣਿਆ ਨਾ ਜਿਨ੍ਹਾਂ ਦੇ ਅਪੋਲੋ ਟਾਇਰ ਵਾਲੇ ਇਹ ਬੈਂਬੀ ਦਾ ਫੋਨ ਆਣਾ ਸੈਟੀ ਦਾ ਨਵ ਰਾਜੀ ਗੁਰੂ ਜੀ ਨਾਲ ਗੱਲ ਖਰਾ ਦੋ ਗੁਰੂ ਜੀ ਨੇ ਚੰਡੀਗੜ੍ਹ ਬੈ ਕੇ ਕਹਣਾ ਇਹ ਮੂਰਤੀ ਇੱਥੇ ਲਾਓ ਇੱਧਰ ਕਰੋ ਮਹਾਰਾਜ ਜੀ ਨੂੰ ਕੀ ਲੀਲਾ ਸੀ ਉਦੋਂ ਵੀ ਨਹੀਂ ਸਮਝੇ ਮਹਾਰਾਜ ਨੇ ਤੁਹਾਡੇ ਨਾਲ ਚੁਟਕਲੇ ਸੁਣਨੇ ਸਭ ਕੁਝ ਕਰਨਾ ਤੁਸੀਂ ਦੇਖੋ ਵੀ ਇੰਨਾ ਖੁਸ਼ ਰਹਿਣਾ ਤੁਹਾਨੂੰ ਆਪਣੇ ਕੋਲ ਬਿਠਾਣਾ ਸੰਗਤ ਜੀ ਗੁਰੂ ਜੀ ਨੇ ਕੱਲੇ-ਕੱਲੇ ਕੋਲ ਜਾ ਕੇ ਗੱਲ ਕੀਤੀ ਮੈਂ ਇੱਕ ਹੋਰ ਤੁਹਾਨੂੰ ਗੱਲ ਇੱਥੇ ਦੱਸਣਾ ਜਾਵਾਂਗਾ ਮਹਾਰਾਜ ਜੀ ਕੋਈ ਬੰਦਾ ਕਹਦੇ ਕਿ ਗੁਰੂ ਜੀ ਨੇ ਅੱਜ ਤੱਕ ਮੈਂ ਗਿਆ ਮੇਰੇ ਨਾਲ ਗੱਲ ਨਹੀਂ ਕੀਤੀ ਨਹੀਂ ਹਰੇਕ ਨੂੰ ਪੁੱਛਿਆ ਜਿੱਦਾਂ ਮੈਨੂੰ ਪੁੱਛਿਆ ਸੀ ਕੀ ਕਮ ਆਏ ਹੋ ਮੈਂ ਕਿਹਾ ਗੁਰਜੀ ਦਰਸ਼ਨ ਕਰਨ ਕਹਿੰਦੇ ਬਗੈਰ ਮਤਲਬ ਕੋਈ ਨਹੀਂ ਹੁੰਦਾ ਸੰਗਤ ਜੀ ਮਹਾਰਾਜ ਦੀ ਲੀਲਾ ਦੇਖੋ ਕਦੇ ਉਹਨਾਂ ਨੇ ਇਹ ਨਹੀਂ ਕਿਹਾ ਮੈਂ ਥੱਕ ਗਿਆ ਸੰਗਤ ਜੀ ਅੱਜ ਤੁਹਾਨੂੰ ਮੈਂ ਦੱਸਦਾ ਉਸ ਗੌਰਵ ਦੀ ਗੱਲ ਸੁਣਾਣਾ ਛੋਟੀ ਜੀ ਸੰਗਤ ਜੀ ਇੱਕ ਵਾਰੀ ਨਾ ਮੈਂ ਜਦੋਂ ਇੱਥੇ ਸੀ ਜਲੰਧਰ ਦੇ ਵਿੱਚ ਗੌਰਵ ਨੇ ਜਾਂ ਦਿੱਲੀ ਵੀ ਆਣਾ ਜੋ ਛੁੱਟੀਆਂ ਹੋਣੀਆਂ ਮਹਾਰਾਜ ਨੇ ਉਹ ਆਪਣੇ ਕੋਲ ਰੱਖਣਾ ਕਈ 3-3 4-4 ਮਹੀਨੇ ਰੱਖ ਲੈਣਾ ਇਨੇ ਮੇਰੀਆਂ ਗੱਲਾਂ ਪੜਦਾ ਹੁੰਦਾ ਸੀ ਅੱਜ ਵੀ ਸੁਣਾਉਂਦਾ ਮਾਂ ਇੰਨਾ ਸੰਗ ਹੈ ਜੀ ਮੇਰਾ ਮੂੰਹ ਸੀ ਡੈਡੀ 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 ਮੈਂ ਉਹਨਾਂ ਪਿੱਛੇ ਕਰਨਾ ਅੱਛਾ ਗੁਰੂ ਜੀ ਨਾ ਬਹੁਤ ਪਿਆਰ ਕਰਦੇ ਹੁੰਦੇ ਸੀ ਇਹਨੂੰ ਕਿਉਂਕਿ ਗੁਰੂ ਜੀ ਨੂੰ ਪਤਾ ਸੀ ਕਿ ਗੁਰੂ ਇਹਨਾਂ ਦੇ ਪਿੱਛੋਂ ਇਹਨੇ ਸਾਰਾ ਗੁਰੂ ਜੀ ਦਾ ਸਾਹਮਣਾ ਜੀ ਕਿਉਂਕਿ ਦੇਖੋ ਸਭ ਨੂੰ ਪਤਾ ਕਿ ਗੁਰੂ ਦਾ ਕੋਈ ਉੱਤਰਾਧਿਕਾਰੀ ਨਹੀਂ ਹੈ ਕੋਈ ਕੁਝ ਨਹੀਂ ਹੈ ਜੀ ਸਮਾਦੀ ਆ ਗੁਰੂ ਜੀ ਦੀ ਸੰਗਤ ਜੀ ਇਹਨੇ ਮੇਰੀਆਂ ਗੱਲਾਂ ਪਟਨੀਆਂ ਮੈਂ ਇਹਨੂੰ ਪਿੱਛੇ ਕਰਨਾ ਇਹਨੇ ਹਟਣਾ ਨਹੀਂ ਮੈਂ ਇਹਨੂੰ ਡਾਂਟਣਾ ਵੀ ਮੇਰੇ ਉੱਤੇ ਮੈਨੂੰ ਢਾ ਲੈਣਾ ਨੀਚੇ ਸੁਧਨ ਪੀਦੇ ਉੱਥੇ ਡੈਡੀ ਡੈਡੀ ਸੰਗਤ ਜੀ ਜਦੋਂ ਗੁਰੂ ਜੀ ਜਲੰਧਰ ਆਏ ਨਾ ਜੀ ਤੇ ਮੈਂ ਇੱਕ ਦਿਨ ਬੈਠੇ ਮੈਂ ਗੁਰੂ ਜੀ ਨੂੰ ਕਿਹਾ ਮੈਂ ਕਿਹਾ ਗੁਰੂ ਜੀ ਮੇਰੀਆਂ ਗੱਲਾਂ ਪੜਦਾ ਮੈਂ ਕਿਹਾ ਮੇਰੀਆਂ ਗੱਲਾਂ ਲੰਮਕ ਜਾਣ ਗਈਆਂ ਕੁਝ ਨਹੀਂ ਕਿਹਾ ਗੁਰੂ ਜੀ ਨੇ ਇੱਕ ਦਿਨ ਗੁਰੂ ਜੀ ਜਲੰਧਰ ਇੱਥੋਂ ਨੂੰ ਪਤਾ ਹੀ ਤੁਹਾਨੂੰ ਦੱਸ ਬੜੀ ਘੱਟ ਸੰਗਤ ਹੁੰਦੀ ਸੀ ਗੁਰੂ ਜੀ ਆਪਣੀ ਗੱਦੀ ਤੇ ਰਾਜਮਾਨ ਸੀ ਤੇ ਦੁਪਹਿਰ ਦਾ ਵੇਲਾ ਸੀ ਗੌਰਵ ਮੈਂ ਤਾਂ ਗੁਰੂ ਜੀ ਨੂੰ ਮੁੱਕੀ ਮਾਰ ਰਹੇ ਤੁਹਾਨੂੰ ਪਤਾ ਸਮਲੂਗ ਸੇਵਾ ਕਰ ਰਹੇ ਸੀ ਤੇ ਮੈਨੂੰ ਗੁਰਜੀ ਕਹਿੰਦੇ ਨਵਰਾਜ ਏਦਾਂ ਕਰ ਤੂੰ ਨਾ ਚਾਹ ਬਣਾ ਕੇ ਲਿਆ ਮੈਂ ਸੰਗਤ ਦੀ ਵੀ ਤੁਹਾਨੂੰ ਪਤਾ ਸਾਰੀ ਸੰਗਤ ਨੂੰ ਚਾਹ ਬਣਾਣੀ ਸਭ ਕਰਨੀ ਮਹਾਰਾਜੀ ਮੈਂ ਚਾਹ ਬਣਾਣ ਚਲਾ ਗਿਆ ਪਿੱਛੋਂ ਮਹਾਰਾਜ ਨੇ ਇਹਨੂੰ ਇੰਨਾ ਡਾਂਟਿਆ ਮੈਨੂੰ ਇਹ ਆਪ ਅੱਛਾ ਹੁਣ ਵੀ ਸਭ ਨੂੰ ਦੱਸਦਾ ਮਹਾਰਾਜ ਨੇ ਕਹਿੰਦਾ ਮੈਨੂੰ ਗੁਰਜੀ ਕਹਿੰਦੇ ਕਮਲਿਆ ਤੁਹਾਨੂੰ ਪਤਾ ਨਹੀਂ ਕਿੱਡਾ ਵੱਡਾ ਹੈ ਤੂੰ ਉਹਦੇ ਨਾਲ ਕਿਉਂ ਕਰਦਾ ਸੰਗਤ ਜੀ ਮੇਰੇ ਉੱਤੇ ਲਿਟਣਾ ਇੱਕ ਗਾਣਾ ਸੀ ਨਾ ਤੂੰ ਕਿਤਨੇ ਬਰਸ ਕੀ ਇਹ ਅੱਧੀ ਉਮਰ ਦਾਜੀ ਮੈਂ ਤਾਂ ਇਹਨੇ ਅਸਨਾ ਮੈਂ ਮੈਂ 20 ਬਰਸ ਕਾ ਤੂੰ 40 ਬਰਸ ਕੀ ਸੋ ਬੜਾ ਲਾਡ ਕਰਦਾ ਸੀ ਤੇ ਹੁਣ ਸਾਰਿਆਂ ਨੂੰ ਸੁਣਾਉਂਦਾ ਕਹਿੰਦਾ ਡੈਡੀ ਤੁਸੀਂ ਮੇਰੀ ਗੁਰਜੀ ਕੋ ਸ਼ਿਕਾਇਤ ਲਾਈ ਸੀ ਸੰਗਤ ਜੀ ਇਹ ਇੱਕ ਪਰਿਵਾਰ ਹੈ ਸਾਰਾ ਸਾਡਾ ਪਰਿਵਾਰ ਹੈ ਦੁਨੀਆ ਦੇ ਵਿੱਚ ਇੱਕ ਗੱਲ ਇੱਥੇ ਮੈਂ ਕਵਾਂਗਾ ਹਰ ਬੰਦਾ ਕਹਿੰਦਾ ਗੁਰੂ ਪਰਿਵਾਰ ਹੈ ਬਿਲਕੁਲ ਠੀਕ ਹੈ ਪਰ ਗੁਰੂ ਜੀ ਇੱਕ ਗੱਲ ਕਹਿੰਦੇ ਸੀ ਸੈਲਫ ਰਿਸਪੈਕਟ ਔਰ ਡਿਸਟੈਂਸ ਬਹੁਤ ਜ਼ਰੂਰੀ ਹੈ ਸੰਗਤ ਜੀ ਕਿਉਂਕਿ ਦੇਖੋ ਕੀ ਪਤਾ ਕੌਣ ਕੀ ਹੈ ਆਪਾਂ ਨੂੰ ਪਰਿਵਾਰ ਪਰਿਵਾਰ ਕਰਕੇ ਸੋ ਸੈਲਫ ਰਿਸਪੈਕਟ ਬੜੀ ਜ਼ਰੂਰੀ ਆ ਗੁਰੂ ਜੀ ਹਮੇਸ਼ਾ ਕਹਿੰਦੇ ਸੀ ਨੰਬਰ 2 ਗੁਰੂ ਜੀ ਕਹਿੰਦੇ ਅਸੀਂ ਕਹਿੰਦੇ ਜਨਰਲ ਸਾਹਿਬ ਕਰਨਲ ਸਾਹਿਬ ਆਰਮੀ ਆਫਿਸਰ ਨੂੰ ਸਭ ਨੂੰ ਪਤਾ ਕਿ ਗੁਰੂ ਜੀ ਬਹੁਤ ਪਿਆਰ ਕਰਦੇ ਸੀ ਅਸੀਂ ਕੀ ਕਰਦੇ ਆ ਅਸੀਂ ਇੱਕ ਵਾਰੀ ਮਿਲਦੇ ਆ ਜਨਰਲ ਸਾਹਿਬ ਉਹ ਸਾਨੂੰ ਗੁਰੂ ਜੀ ਕਰਕੇ ਜਾਂ ਨੇੜੇ ਲਗਾਉਂਦੇ ਆ ਅਸੀਂ ਜੀ ਕੱਟ ਦਿੰਨੇ ਆ ਸੋ ਬੜੀਆਂ ਗੱਲਾਂ ਗੁਰੂ ਜੀ ਨੂੰ ਇਹ ਚੀਜ਼ਾਂ ਬਿਲਕੁਲ ਪਸੰਦ ਨਹੀਂ ਸੀ ਨਾ ਦੇਖੋ ਸੰਗਤ ਜੀ ਅੱਜ ਵੀ ਅਸੀਂ ਕਹਿੰਦੇ ਆ ਤੁਸੀਂ ਆਂਦੇ ਹੋ ਤੁਹਾਨੂੰ ਮੰਗਣ ਦੀ ਲੋੜ ਨਹੀਂ ਪਰ ਮੈਂ ਕਈ ਵਾਰੀ ਕਹਣਾ ਫਿਰ ਆਪਣੇ ਮਾਪੇ ਤੋਂ ਨਹੀਂ ਮੰਗੋਗੇ ਕਿਸ ਤੋਂ ਮੰਗੋਗੇ ਸੋ ਸੰਗਤ ਜੀ ਗੁਰੂ ਜੀ ਦੀ ਬਹੁਤ ਮੇਰ ਹੈ ਬੜੀ ਮੇਰ ਹੈ ਗੁਰੂ ਜੀ ਦੀ ਸੋ ਇਸ ਕਰਕੇ ਗੁਰੂ ਜੀ ਕਹਿੰਦੇ ਨੇ ਨਾ ਆਂਦੇ ਰਹੋ ਫਿਰ ਦੇਖੋ ਸੰਗਤ ਜੀ ਤੁਹਾਨੂੰ ਮੈਂ ਹੋਰ ਸੁਣਾਣਾ ਇੱਕ ਵਾਰੀ ਦਿੱਲੀ ਦੀ ਗੱਲ ਹੈ ਮੈਨੂੰ ਗੁਰੂ ਜੀ ਨੇ ਕਈ ਵਾਰੀ ਗੁਰੂ ਜੀ ਨੇ ਕਹਿਣਾ ਨਵਰਾਜ ਤੂੰ ਰੁਕ ਜਾ ਮੈਂ ਕਿਹਾ ਗੁਰੂ ਜੀ ਮੈਨੂੰ 6 ਮਹੀਨੇ ਹੋ ਗਏ ਆ ਮੇਰਾ ਗਵਰਨਮੈਂਟ ਜੌਬ ਹੈ ਤੇ ਵੀ ਮੈਂ ਜਾਣਾ ਵਾ ਫਿਰ ਜਿੱਦਾਂ ਗੁਰਜੀ ਨੇ ਕਿਸੇ ਨੂੰ ਕਿਹਾ DNA ਤੁਸੀਂ ਨਵਰਾਜ ਨੂੰ ਰੋਕੋ ਇੱਕ ਵਾਰੀ ਨਾ ਕੀ ਲੈਣਾ ਚਲੋ ਕਿਸੇ ਦਾ ਤੇ ਮੇਰੇ ਕੋਲ ਆਏ ਨਵਰਾਜ ਜੀ ਤੁਸੀਂ ਰੁਕ ਜੇ ਹੋ ਬੜੇ ਸੀਨੀਅਰ ਅਫਸਰ ਸੀ ਮੇਰੇ ਤੇ ਉਹਨਾਂ ਹੀ ਵਾਈਫ ਮੈਂ ਕਿਹਾ ਭੈਣ ਜੀ ਮੈਂ ਤਨਖਾਹ ਬਣਾਨੀ ਹੈ ਜਾ ਕੇ ਕਹਿੰਦੇ ਕਿਉਂ ਆਪਕੇ ਬਿਨਾ ਤਨਖਾਹ ਨਹੀਂ ਬਨੇਗੀ ਮੈਂ ਕਿਹਾ ਭੈਣ ਜੀ ਐਦਾਂ ਉਦੋਂ ਵਰਡ ਸਟਾਰ ਚੱਲਦਾ ਸੀ ਬੜੀ ਪੁਰਾਣੀ ਗੱਲ ਹੈ 96 7 ਤੋਂ ਵੀ ਬਾਅਦ ਦੀ 2000 ਦੀ ਗੱਲ ਹੋਏਗੀ ਕੁਝ ਮੈਨੂੰ ਉਹ ਕਹਿੰਦੇ ਤੂੰ ਲੰਬੀ ਛੁੱਟੀ ਚੱਲ ਜਾ ਉਹ ਅਸੀਂ ਕਿਸੇ ਹੋਰ ਨੂੰ ਟ੍ਰੇਨ ਕਰ ਦਾਂਗੇ ਉਹ ਵੀ ਮੇਰੀ ਗੱਲ ਮੰਨ ਗਏ ਵੀ ਚਲੋ ਜ਼ਰੂਰੀ ਹੈ ਸੰਗਤ ਜੀ ਜਦੋਂ ਮੈਂ ਅੰਦਰ ਗਿਆ ਦੇਖੋ ਗੁਰੂ ਜੀ ਨੇ ਜਦੋਂ ਆਣਾ ਗੁਰੂ ਜੀ ਨੇ ਕਹਿਣਾ ਚਲੋ ਸਟਾਫ ਚਲੋ ਗੌਰਮ ਹੋਏ ਜਾਂ ਜਿਹਨੂੰ ਰੋਕਣਾ ਸੀ ਗੁਰੂ ਜੀ ਦੇ ਨਾਲ ਹੀ ਸੋਣਾ ਸੰਗਤ ਜੀ ਗੁਰੂ ਜੀ ਲਾਸਟ 'ਚ ਜਾ ਕੇ ਮੰਜੇ ਨਹੀਂ ਤਾਂ ਗੁਰੂ ਜੀ ਨੀਚੇ ਹੀ ਬਿਸਤਰਾ 'ਪਿਛਾ ਕੇ ਸੌਂਦੇ ਸੀ ਗੁਰੂ ਜੀ ਨੇ ਫਿਰ ਕਹਿਣਾ ਵੀ ਚਲੋ ਮੈਂ ਆਇਆ ਤੇ ਤੁਸੀਂ ਬਿਸਤਰਾ ਅਸੀਂ ਉਹ ਕੀ ਕਹਿੰਦੇ ਹੁੰਦੇ ਨੂੰ ਵੈਕਿਊਮ ਕਲੀਨਰ ਨਹੀਂ ਕੀ ਹੀਟਰ ਲਾਕੇ ਨਾ ਜੀ ਤੇ ਅਸੀਂ ਉਹ ਲਗਾ ਕੇ ਗੁਰੂ ਦੀ ਰਜਾਈ ਚੱਕ ਕੇ ਗਰਮ ਕਰਨੀ ਬਿਸਤਰੇ ਵਿਛਾਣੇ ਸੋ ਸੰਗਤ ਜੀ ਗੁਰੂ ਜੀ ਨੇ ਹਰ ਕਿਸੇ ਨੂੰ ਬਹੁਤ ਪਿਆਰ ਕੀਤਾ ਵਾ ਫਿਰ ਤੁਹਾਨੂੰ ਮੈਂ ਇੱਕ ਚੰਡੀਗੜ੍ਹ ਦੀ ਗੱਲ ਸੁਣਾਉਣਾ ਚੰਡੀਗੜ੍ਹ ਦੇ ਵਿੱਚ ਗੁਰੂ ਜੀ ਬਹੁਤ ਦੇ ਰਹੇ ਆ ਪਹਿਲੇ ਜਨਰਲ ਹੁਜਾਂਟੀ ਦੇ ਘਰ ਸੇ ਇੱਕ ਦੋ ਤਿੰਨ ਪਚਕੁਲਾ ਦੋ ਸੈਕਟਰ ਉਸ ਤੋਂ ਬਾਅਦ ਗੁਰੂ ਜੀ ਫਿਰ ਇੱਥੇ ਆਏ ਆ ਜਦੋਂ ਜਲੰਧਰੋਂ ਆਏ ਨਾ ਮੈਨੂੰ ਰਸਤੇ 'ਚ ਜਦੋਂ ਗੁਰੂ ਜੀ ਨੇ ਦਰਸ਼ਨ ਕਰਾਏ ਆ ਉਦੋਂ ਗੁਰਜੀ ਆਏ ਸੀ 2096 ਦੇ ਵਿੱਚ ਗੁਰੂ ਜੀ ਉਦੋਂ ਮੌਨਟੇਰਾਂ ਦੇ ਘਰ ਸੀਗੇ ਤੇ ਇੱਕ ਦਿਨ ਨਾ ਸੰਗਤ ਜੀ ਗੁਰੂ ਜੀ ਨੇ ਬੜੀ ਮौज ਕਰਾਈ ਐ ਥੋੜੀ ਸੰਗਤ ਰਹਿ ਗਈ ਫਾਈਵ ਸਟਾਰ ਹੋਟਲਾਂ ਚ ਲੈ ਜਾਣਾ ਕਿਤੇ ਲੌਂਗ ਡਰਾਈਵ ਤੇ ਲੈ ਜਾਣਾ ਦਿਨ ਦਾ ਪਤਾ ਹੀ ਨਹੀਂ ਸੀ ਲੱਗਦਾ ਨੀਂਦ ਦਾ ਤਾਂ ਖੈ ਨਾਮ ਨਿਸ਼ਾਨ ਹੀ ਨਹੀਂ ਸੀ ਤੁਸੀਂ ਦੇਖੋ ਤੁਹਾਨੂੰ ਨੀਂਦ ਨਹੀਂ ਸੀ ਆਉਂਦੀ ਇੱਕ ਦਿਨ ਦੀ ਗੱਲ ਹੈ ਅਸੀਂ ਮੈਂ ਵੀ ਗੁਰੂ ਮਹਾਰਾਜ ਨਾਲ ਆਪਣਾ ਸਕੂਟਰ ਚੱਕਿਆ ਲੈ ਕੇ ਚਲੇ ਗਏ 4 ਵਜੇ ਦੇਖੋ ਗੁਰੂ ਮਹਾਰਾਜ ਕਿਆ ਪਰਮਾਤਮਾ ਅਰਸ਼ਾਂ ਤੋਂ ਉਤਰਿਆ ਗੁਰੂ ਜੀ ਇੰਨੀ ਤੇਜ਼ ਚੱਲਦੇ ਸੀ ਤੁਹਾਨੂੰ ਦੌੜਨਾ ਪੈਂਦਾ ਸੀ ਚਲੋ ਜੀ ਗੱਲ ਕੀ ਹੋਈ ਮੈਂ ਵੀ ਨਾਲ ਗਿਆ ਅਗਲੇ ਦਿਨ ਗੁਰੂ ਜੀ ਨੇ ਫੇ ਅੱਛਾ ਸੰਗਤ ਜੀ ਤੁਸੀਂ ਦੇਖੋ ਅਗਲੇ ਦਿਨ ਗੁਰੂ ਜੀ ਨੇ ਫੇ ਪ੍ਰੋਗਰਾਮ ਬਣਾਇਆ ਜਿਵੇਂ 20 25 ਬੰਦੇ ਰਹਿ ਗਏ ਸੰਗਤ ਜੀ ਗੁਰੂ ਜੀ ਇੱਕ ਸੈਕਿੰਡ ਚ ਦੇਖੋ ਪਰਮਾਤਮਾ ਦੇ ਰੰਗ ਤੁਹਾਨੂੰ ਕੁਛ ਨਾ ਪੈਂਦੀ ਤੁਸੀਂ ਕਿੱਦਾਂ ਤੁਸੀਂ ਕਿੱਦਾਂ ਇਹਦੇ ਨਾਲ ਇੱਕ ਸੈਕਿੰਡ ਚ ਅਡਜਸਟ ਕਰ ਦਿੰਦੇ ਸੀ ਇਹਦੀ ਗੱਡੀ ਗੱਜੇ ਫੇਰ ਕਹਿਣਾ ਵੀ ਤੁਸੀਂ ਬਾਹਰ ਬੈਠੋ ਮੈਂ ਆਇਆ ਫੇਰ ਬੁਲਾਣਾ ਜਿਵੇਂ ਮੈਂ ਤਾਂ ਮੈਨੂੰ ਜੇ ਕੋਈ ਹੋਰ ਹੈ ਉਹਨੂੰ ਬੁਲਾਣਾ ਮੈਨੂੰ ਕਹਣਾ ਨਵਰਾਜ ਕਹਿੰਦੇ ਵੀ ਤੁਸੀਂ ਐਦਾ ਕਰੋ ਪਿਛੋ ਸਫਾਈ ਸੂਈ ਕਰੋ ਤੇ ਮੈਂ ਨਾ ਬਾਹਰ ਜਾ ਕੇ ਸੰਗਤ ਜੀ ਆਪਣੇ ਬੂਟ ਪਾ ਰਿਹਾ ਸੀ ਤੇ ਗੁਰੂ ਜੀ ਮੇਰੇ ਕੋਲ ਆਏ ਮੈਨੂੰ ਕਹਿੰਦੇ ਨਟਵਰ ਕਹਿੰਦੇ ਤੂੰ ਐਂ ਕਰ ਕਹਿੰਦੇ ਮੈਂ ਹੁਣੇ ਆਇਆ ਤੁਸੀਂ ਨਾ ਝਾੜੂ ਨਾ ਤੀਲਾਂ ਵਾਲਾ ਸਭ ਨੂੰ ਪਤਾ ਵੀ ਜਿਲੰਦਰ ਜੀ ਤਿੰਨ ਤਿੰਨ ਚਾਰ ਚਾਰ ਵਾਰੀ ਝਾੜੂ ਵਈਦਾ ਸੀ ਐਨੇ ਸਫਾਈ ਪਸੰਦ ਸੀ ਕੋਈ ਦਾਗ ਨਹੀਂ ਸੀ ਹੁੰਦਾ ਦੀਵਾਰ ਤੇ ਮੈਂ ਕਿਹਾ ਗੁਰੂ ਜੀ ਮੈਂ ਵੀ ਚੱਲਦਾ ਲੈ ਕਹਿੰਦੇ ਤੈਨੂੰ ਕੀ ਲੋੜ ਆ ਤੂੰ ਤਾਂ ਫਿੱਟ ਐ ਤਨ ਤਾਂ ਮੈਂ ਫਿੱਟ ਕਰ ਦੇਣਾ ਜਾਨ ਲੱਗੇ ਮੈਨੂੰ ਫਿਰ ਕਹਿੰਦੇ ਐਦਾਂ ਕਰੋ ਸਫਾਈ ਕਰਕੇ ਨਾ ਕਹਿੰਦੇ ਨਵਰਾਜ ਤੂੰ ਨਾ ਮੇਰੇ ਨਾਲ ਸ਼ੂਜ਼ ਨਾ ਸਾਫ਼ ਕਰੀ ਸੰਗਤ ਜੀ ਗੁਰੂ ਜੀ ਦੇ ਸ਼ੂਜ਼ ਨੂੰ ਕਿਹੜਾ ਕੋਈ ਮਿੱਟੀ ਲੱਗਦੀ ਸੀ ਤੁਹਾਨੂੰ ਇਸ ਗੱਲ ਤੋਂ ਯਾਦ ਆਈ ਜਲੰਧਰ ਅਸੀਂ ਗੁਰੂ ਜੀ ਨੇ ਕੜਾ ਪਾਇਆ ਹੋਣਾ ਚਾਂਦੀ ਦਾ ਉਹਨੂੰ ਅਸੀਂ ਸਾਫ਼ ਕਰਨਾ ਕਦੇ ਕੋਲਗੈਡ ਨਾਲ ਜਾਂ ਬ੍ਰਾਸੋ ਨਾਲ ਚਾਂਦੀ ਦੇ ਕੜਾ ਫਿਰ ਗੁਰਜੀ ਦੀ ਘੜੀ ਨੂੰ ਅੱਧਾ ਦਾ ਘੰਟਾ ਸੀ ਸਾਫ਼ ਕਰਨਾ ਗੁਰਜੀ ਬਹੁਤ ਸਫਾਈਪਸਾਂ ਸੀ ਮੈਨੂੰ ਕਹਿੰਦੇ ਨਵਰਾਜ ਅੱਧਾ ਕਰੀ ਕਹਿੰਦੇ ਤੁਨਾ ਗੂੜ ਸਾਫ ਕਰੇਗਾ ਨਾ ਅੰਦਰੋਂ ਕੁੰਡੀ ਲਾਤੀ ਬਾਥਰੂਮ ਦੀ ਸੰਗਤ ਜੀ ਸਾਢੇ 3 ਵਜੇ ਦਾ ਟਾਈਮ ਹੁਣ ਤੁਸੀਂ ਦੇਖੋ ਵੀ ਗੁਰੂ ਜੀ ਨਾਲ ਅਸੀਂ ਰਹਿਣਾ ਅਸੀਂ ਵੀ ਕਿੰਨਾ ਕਿ ਸੌਂਦੇ ਸੀ 2-3 ਘੰਟੇ ਜਾਂ ਜੋ ਵੀ ਇਹ ਉਹਨਾਂ ਦੀ ਕਿਰਪਾ ਸੀ ਹੁਣ ਤਾਂ ਅਸੀਂ ਦੇਖੋ ਨੋ ਨੋ ਘੰਟੇ ਸੌਣੇ ਆ ਸੰਗਤ ਜੀ ਗੁਰੂ ਜੀ ਮੈਨੂੰ ਕਹਿ ਗਏ ਤੇ ਮੋਂਟਿਅਰ ਉਹਦੀ 33 ਚ ਕੋਠੀ ਸੀ 1401 ਨੰਬਰ ਜੀ ਅੱਛਾ ਜਦੋਂ ਫਰਸ਼ ਤੇ ਲਟਿਆ ਨਾ ਠੰਡਾ ਠੰਡਾ ਫਰਸ਼ ਲੱਗਾ ਸੰਗਤ ਜੀ ਮੈਨੂੰ ਪਤਾ ਨਹੀਂ ਲੱਗਿਆ ਨੀਂਦ ਆ ਗਈ ਮੈਨੂੰ ਨੀਂਦ ਆ ਜੇ ਫਿਰ ਮੈਨੂੰ ਪਤਾ ਨਹੀਂ ਲੱਗਦਾ ਕੁੰਡੀ ਮੈਂ ਅੰਦਰੋਂ ਲਾ ਲਈ ਜੀ ਸੰਗਤ ਜੀ ਮੈਂ ਤਾਂ ਸੋ ਗਿਆ ਉੱਥੇ ਜੀ ਜਦੋਂ ਗੁਰੂ ਜੀ ਵਕਤੋਂ ਵਾਪਸ ਆਏ ਸਾਰੀ ਸੰਗਤ ਨਾਲ ਸੁਖੀ ਆਂਟੀ ਵੀ ਸੀ ਬਿਮਲ ਕਪੂਰ ਹੁੰਦੇ ਸੀ ਪਹਿਲੇ ਗੁਰੂ ਜੀ ਕੋਲ ਹੋ ਤੇ ਹੋਰ ਵੀ 10-12 ਬੰਦੇ ਸੀ ਕਿਸੇ ਨੂੰ ਆਗਿਆ ਦੇਤੀ ਗੁਰੂ ਜੀ ਨੇ ਦਰਵਾਜ਼ਾ ਖੜਕਾਇਆ ਗੁਰੂ ਜੀ ਨੇ ਵਾਸ਼ਰੂਮ ਯੂਜ਼ ਕਰਨਾ ਸੀ ਮੈਂ ਤਾਂ ਨੀਂਦ ਆਈ ਹੋਈ ਮੈਂ ਕਿੱਥੇ ਉੱਠਦਾ ਜੀ ਗੁਰੂ ਜੀ ਵਿਮਲ ਨੂੰ ਸੁਖੀ ਆਂਟੀ ਨੂੰ ਬੁਲਾਇਆ ਜੋ ਸੁਖੀ ਆਂਟੀ ਬੋਰਾ ਜੋ ਚੰਡੀਗੜਾ ਦਾ ਲੈ ਆ ਗੁਰੂ ਜੀ ਕਹਿੰਦੇ ਭੈ ਜੀ ਦੇਖੋ ਮੇਰੇ ਬਾਥਰੂਮ ਚ ਕੋਣ ਵੜ ਗਿਆ ਲੋ ਜੀ ਇਹਨਾਂ ਨੇ ਝੋਰ-ਝੋਰ ਦੀ ਖੜਕਾਇਆ ਫੇ ਮੈਂ ਉੱਠਿਆ ਸੰਗ ਜੀ ਮੈਨੂੰ ਨੀਂਦ ਆ ਗਈ ਦੇਖੋ ਨਾ ਸਾਰੇ ਦਿਨ ਦਾ 4 ਵੇ ਦਾ ਟਾਈਮ ਸਵੇਰ ਦਾ ਸੰਗ ਜੀ ਗੁਰੂ ਜੀ ਇਹਨਾ ਹੱਸੇ ਤੁਸੀਂ ਮੰਨੋਗੇ ਦਿੱਲੀ ਜਦੋਂ ਮੈਂ ਗੁਰੂ ਜੀ ਕੋਲ ਰਿਆ ਜੋ ਹੈ ਭੈ ਜੀ ਤੁਹਾਨੂੰ ਪਤਾ ਨਵਰਾਜ ਮੇਰੇ ਬਾਥਰੂਮ ਚ ਸੋ ਗਿਆ ਸੀ ਸੁਖੀ ਆਂਟੀ ਨੇ ਇੱਕ ਦੋ ਵਾਰੀ ਇਹ Satsang ਵੀ ਕੀਤਾ ਸੋ ਮਹਾਰਾਜ ਦੀ ਲੀਲਾ ਦੇਖੋ ਉਹਨਾਂ ਨੇ ਇਹ ਤੇ ਨਹੀਂ ਕਿਹਾ ਵੀ ਕਿਉਂ ਸੰਗਤ ਜੀ ਗੁਰੂ ਜੀ ਤਾਂ ਇੰਨੇ ਮਿਰਬਾਨ ਸੀ ਮੈਂ ਤੁਹਾਨੂੰ ਉਹਨਾਂ ਦੀਆਂ ਗੱਲਾਂ ਕਿਉਂ ਦੱਸ ਰਿਹਾ ਇਹਦਾ ਕਾਰਨ ਕੀ ਹੈ ਸਾਡੇ ਆਪਸ ਦੇ ਵਿੱਚ ਕੋਈ ਡਿਫਰੈਂਸਸ ਹੋ ਸਕਦੇ ਆ ਗੁਰੂ ਜੀ ਕਹਿੰਦੇ ਮਹਾਂਪੁਰਸ਼ਾਂ ਲਈ ਸਬਰ ਰੱਬ ਲਈ ਕੀ ਹੈ ਰੱਬ ਲਈ ਸਾਰੇ ਬੱਚੇ ਆ ਜੀ ਕਹਿੰਦੇ ਤੁਸੀਂ ਆਪਣਾ ਦੇਖ ਦਿਓ ਮੈਂ ਕਰਮ ਦੇਖਦਾ ਤੁਸੀਂ ਦੇਖੋ ਸੰਗਤ ਜੀ ਜਦੋਂ ਇੱਕ ਵਾਰੀ ਦਿੱਲੀ ਦੀ ਗੱਲ ਹੈ ਤੇ ਗੁਰੂ ਜੀ ਨਾ ਮੈਨੂੰ ਸਵੇਰੇ ਸਵੇਰੇ ਨਾ ਮੈਂ ਤੇ ਗੁਰੂ ਜੀ ਅਸੀਂ ਨਾ ਅੰਪਾਇਰ ਸਟੇਟ ਤੋਂ ਅਸੀਂ ਦੋ ਤੇ ਨਿਕਲ ਚਾਰ ਦਿਨ ਗਏ ਆ ਸੈਰ ਕਰਨ ਸੰਗਤ ਜੀ ਜਦੋਂ ਗੁਰੂ ਜੀ ਸੈਰ ਕਰਨ ਜਾ ਰਹੇ ਸੀ ਤੇ ਰਸਤੇ 'ਚ ਮੱਖੀਆਂ ਬੜੀਆਂ ਸੀ ਮੱਛਰ ਸੀ ਰੋਡ ਦੇ ਉੱਤੇ ਤੁਹਾਨੂੰ ਪਤਾ ਕੂੜਾ ਜਿਆ ਪਿਆ ਹੁੰਦਾ ਵਾ ਤੇ ਉਸ ਟਾਈਮ ਗੁਰੂ ਜੀ ਨੇ ਨਿੱਤੇ ਕਿਸੇ ਦੇ ਸਾਹਮਣੇ ਕੁਝ ਨਹੀਂ ਬੋਲਦੇ ਜੀ ਕਦੇ ਨਹੀਂ ਗੁਰੂ ਜੀ ਬੋਲੇ ਉਸ ਟਾਈਮ ਗੁਰੂ ਜੀ ਨੇ ਮੈਂ ਤੇ ਗੁਰੂ ਜੀ ਸੀ ਗੁਰੂ ਜੀ ਨੇ ਉਦੋਂ ਕਿਹਾ ਓਮ ਨਮਾ ਸ਼ਿਵਾਏ ਸ਼ਿਵ ਜੀ ਜਿੱਦਾਂ ਮੈਨੂੰ ਸੁਣਾ ਰਹੇ ਮਤਲਬ ਮੇਰੇ ਲਈ ਸੀ ਉਹ ਜੋ ਸੰਗਤਜੀ ਜੋ ਗੁਰੂ ਜੀ ਸਦਾ ਸਹਾਇ ਤੇ ਇਹ ਬਾਤ ਚ ਜੁੜਿਆ ਉਦੋਂ ਮੰਤਰ ਜਾ ਵੀ ਨਹੀਂ ਸੀ ਹੁੰਦਾ ਆਰਤੀ ਸਿਰਫ ਵੱਡੇ ਫੰਕਸ਼ਨਾਂ ਤੇ ਹੁੰਦੀ ਸੀ ਗੁਰੂ ਜੀ ਦਾ ਬਰਥਡੇ ਦਿਵਾਲੀ ਗੁਰਨਾਨ ਦੇਵ ਜੀ ਦਾ ਜਾਂ ਫਿਰ ਆਪਣਾ ਨਵਾਂ ਸਾਲ ਸੰਗਤਜੀ ਜਦੋਂ ਅਸੀਂ ਜਾ ਰਹੇ ਸੀ ਤੁਸੀਂ ਇਹ ਦੇਖੋ ਇੰਨੇ ਮੱਛਰ ਇਹ ਗੁਰੂ ਜੀ ਕਹਿੰਦੇ ਨਵਰਾਜ ਇਹਨਾਂ ਦਾ ਪਾਠ ਪੜ੍ਹਦੀ ਹੈ ਅਸੀਂ ਜਦੋਂ ਅਗਲੇ ਦਿਨ ਗਏ ਨਾ ਜੀ ਤੁਸੀਂ ਮਹਾਰਾਜ ਦੀ ਕਿਰਪਾ ਦੇਖੋ ਮੈਂ ਤਾਂ ਗੁਰੂ ਜੀ ਜਾ ਰਹੇ ਆ ਅਗਲੇ ਦਿਨ ਕੋਈ ਮੱਖੀ ਮੱਛਰ ਨਹੀਂ ਗੁਰੂ ਜੀ ਕਹਿੰਦੇ ਦੇਖ ਲੈਣਾ ਇਹਨਾਂ ਦਾ ਪਾਠ ਪੜਾ ਸੋ ਅਸੀਂ ਉਦੋਂ ਮਹਾਰਾਜ ਇਥੇ ਸ੍ਰਿਸ਼ਟੀ ਦੇ ਮਾਲਕ ਸੀ ਜੋ ਮਰਜੀ ਕਰ ਸਕਦੇ ਸੀ ਸੰਗਤ ਜੀ ਇੱਕ ਛੋਟੀ ਜੀ ਗੱਲ ਦੱਸਦਾ ਤੁਹਾਨੂੰ ਗੁਰੂ ਜੀ ਦੇਖੋ ਇੱਕ ਦਿਨ ਚੰਡੀਗੜ੍ਹ ਦੀ ਗੱਲ ਹੈ ਤੁਸੀਂ ਵੀ ਬੜਾ ਹੈਰਾਨ ਹੋ ਗਏ ਮਹਾਰਾਜ ਦੀ ਲੀਲਾ ਦੇਖ ਕੇ ਚੰਡੀਗੜ੍ਹ ਇੱਕ ਦਿਨ ਮੈਨੂੰ ਕਹਿੰਦੇ ਗੁਰੂ ਜੀ ਨਵਰਾਜ ਮੈਂ ਤਾਂ ਨਜ਼ਰ ਲੱਗ ਗਈ ਤੁਸੀਂ ਸੋਚੋਗੇ ਮਹਾਰਾਜ ਤੇ ਕਹਿੰਦੇ ਔਰ ਡਾਇਮੰਡ ਔਰ ਸੌਰੀ ਕੋਈ ਸਟੋਨ ਨਹੀਂ ਪਾਨੇ ਮਤਲਬ ਉਹ ਵੀ ਗੱਲ ਦੱਸ ਮੈਂ ਤਾਂ ਆਪਣਾ ਜੋ ਲਿਖ ਕੇ ਲਿਆ ਸੀ ਮੈਂ ਤਾਂ ਦੇਖਿਆ ਹੀ ਨਹੀਂ ਮੈਂ ਤਾਂ ਪਤਾ ਹੀ ਨਹੀਂ ਕੀ ਲਿਖਿਆ ਮੈਂ ਤਾਂ ਪੁਆਇੰਟ ਲਿਖਿਆ ਸੀ ਜੀ ਸੋ ਸੰਗਤ ਜੀ ਮੈਨੂੰ ਕਹਿੰਦੇ ਨਵਰਾਜ ਮੈਨੂੰ ਨਾ ਨજર ਲੱਗੀ ਮੈਂ ਆਖਿਆ ਗੁਰੂ ਜੀ ਪੂਰੀ ਅੰਕਲ ਜੋ ਹੁਣ ਨਹੀਂ ਹੈ ਇਸ ਦੁਨੀਆ ਤੇ ਗੁਰੂ ਜੀ ਦੇ ਅਸੀਂ ਟ੍ਰੈਫਿਕ ਵਾਲੇ ਡੀਐਸਪੀ ਕਹਿੰਦੇ ਸੀ ਉਹਨਾਂ ਨੇ ਬੜੀ ਸੇਵਾ ਕੀਤੀ ਇੱਕ ਵਾਰੀ ਸੰਗਤ ਕਈ ਵਾਰੀ ਜ਼ਬਰਦਸਤੀ ਕਰਦੀ ਸੀ ਗੱਡੀ ਲਾਣ ਨੂੰ ਉਹ ਵਿਚਾਰੇ ਗੱਡੀ ਦੇ ਪਿੱਛੇ ਖਲੋ ਗਏ ਸੋ ਬੜੀ ਬਹੁਤ ਡੋਟੀ ਸੀ ਓ ਦੇਖੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਗੁਰੂ ਜੀ ਮੈਂ ਕਿਹਾ ਜੀ ਪੂਰੀ ਆਂਟੀ ਨਾ ਬੜੀ ਅੱਛੀ ਨਿਗਾਹ ਉਹ ਨਜ਼ਰ ਉਤਾਰਦੇ ਆ ਕਹਿੰਦੇ ਅੱਛਾ ਸੰਗੇ ਤੁਹਾਨੂੰ ਦੱਸਿਆ ਨਾ ਫਿਰ ਦੁਪਹਿਰ ਨੂੰ ਹੁੰਦਾ ਲੰਗਾ ਗੁਰੂ ਜੀ ਸਵੇਰੇ ਅਸੀਂ ਉਥੇ ਪਾਠ ਤੇ ਸੀ ਮੈਂ ਕਿਹਾ ਗੁਰੂ ਜੀ ਉਹ ਨਾ ਰਾਈ ਵਾਲੀ ਤੇ ਨਮਕ ਲੈ ਕੇ ਲਾਲ ਮਿਰਚਾਂ ਲੈ ਕੇ ਸਭ ਨੂੰ ਪਤਾ ਡੰਡੀਆਂ ਵਾਲੀਆਂ ਫਿਰ ਉਹ ਸੱਤ ਵਾਰੀ ਵਾਰ ਕੇ ਉਹਨੂੰ ਜਲਾਓ ਜੇ ਉਹਦੇ ਵਿੱਚੋਂ ਸਮੈਲ ਆ ਗਈ ਤੇ ਸਮਝੋ ਨਹੀਂ ਲੱਗੀ ਜੇ 스멜 ਨਹੀਂ ਆਈ ਤੇ ਸਮਝੋ ਨજર ਲੱਗੀ ਲਾਲ ਮਿਰਚਾਂ ਜੀ ਲੰਬੀਆਂ ਡੰਡੀ ਵਾਲੀਆਂ ਚਲੋ ਜੀ ਮੈਂ ਪੂਰੀ ਆਂਟੀ ਨੂੰ ਘਰੋਂ ਬੁਲਾਇਆ ਤੇ ਅਸੀਂ ਪਿਛਲੇ ਮਨ ਲਿਵਨ ਚੋ ਆਏ ਤੇ ਆਂਟੀ ਬੜਾ ਮਨ ਨੈਚੁਰਲੀ ਹੁੰਦਾ ਵੀ ਗੁਰਜੀਨ ਕੋਲ ਤੇ ਗੁਰੂ ਜੀ ਲੇਟੇ ਹੋਏ ਸੀ ਮੈਨੂੰ ਭੈਣ ਜੀ ਕਹਿੰਦੇ ਗੁਰੂ ਜੀ ਨੂੰ ਕੋ ਵੀ ਉਹਨਾਂ ਨੂੰ ਸ਼ਰਮ ਆਈ ਵੇ ਗੁਰੂ ਜੀ ਦੀ ਨਜ਼ਰ ਉਤਾਰ ਰਹੀਆਂ ਮੈਨੂੰ ਭੈਣ ਜੀ ਕਹਿੰਦੇ ਗੁਰੂ ਜੀ ਨੂੰ ਕੋ ਵੀ ਉੱਠ ਕੇ ਬੈਠਾ ਨਾ ਤੇ ਮੈਂ ਗੁਰਜੀ ਨੂੰ ਕਿਹਾ ਮੈਂ ਗੁਰਜੀ ਪੰਜੀ ਕਹਿੰਦੇ ਤੁਸੀਂ ਬੈਠ ਜਾਓ ਗੁਰਜੀ ਬੈਠ ਗਏ ਗੁਰਜੀ ਨੂੰ ਜੋ ਤੁਸੀਂ ਕਹਿੰਦੇ ਸੀ ਗੁਰਜੀ ਉਦਾਂ ਹੀ ਬੈਠ ਜਾਂਦੇ ਸੀ ਗੁਰਜੀ ਬੈਠ ਗਏ ਪੰਜੀ ਨੇ ਚਲੋ ਜੀ ਨਜ਼ਰ ਉਤਾਰੀ ਜੋ ਵੀ ਕੀਤਾ ਗੱਲ ਖਤਮ ਹੋ ਗਈ ਜੀ ਮੈਨੂੰ ਘੰਟੇ ਬਾਅਦ ਕਹਿੰਦੇ ਨਵਰਾਇ ਮੇਰੀ ਤਾਂ ਹਲੇ ਨਜ਼ਰ ਹੀ ਨਹੀਂ ਉਤਰੀ ਕਹਿੰਦੇ ਮੈਂ ਤਾਂ ਹਲੇ ਵੀ ਨਜ਼ਰ ਲੱਗੀ ਮਹਾਰਾਜ ਦੀ ਲੀਲਾ ਮੈਂ ਕਿਹਾ ਗੁਰਜੀ ਦੱਸੋ ਹੁਣ ਕਹਿੰਦੇ ਅੱਦਾਂ ਕਰ ਪੂਰੀ ਨੂੰ ਕਹਿ ਗਿਆ ਕਿ ਪਾਦਾ ਲੱਭ ਕੇ ਲਿਆ ਪਾਦਾ ਮੀਨਸ ਪੰਡਤ ਬਲਾ ਉਹ ਮੇਰੀ ਨਜ਼ਰ ਉਤਾਰੇਗਾ ਚਲੋ ਜੀ ਮੈਂ ਪੂਰੀ ਅੰਕਲ ਨੂੰ ਫੋਨ ਕੀਤਾ ਸਾਢੇ 4:00 ਵਜੇ ਪੋਣੇ 5 ਪੂਰੀ ਅੰਕਲ ਦਾ ਫੋਨ ਆ ਗਿਆ ਕਹਿੰਦੇ ਨਵਰਾਜੀ ਮੈਨੂੰ ਕੋਈ ਪੰਡਤ ਨਹੀਂ ਮਿਲ ਰਿਹਾ ਮੈਂ ਕਿਹਾ ਗੁਰੂ ਜੀ ਪੂਰੀ ਸਾਨੂੰ ਪੰਡਤ ਨਹੀਂ ਮਿਲਦਾ ਪਿਆ ਕਹਿੰਦੇ ਉਹਨੂੰ ਕਹਿ 20 ਸੈਕਟਰ ਜਾਵੇ ਉੱਥੋਂ ਉਹਨੂੰ ਮੰਦਰ ਦੇ ਸਾਹਮਣੇ ਪਾਦਾ ਪਾਦਾ ਮੀਨਸ ਪੰਡਤ ਮਿਲੇਗਾ ਜਿਹੜਾ ਨਜ਼ਰ ਪਾਰੇਗਾ ਸੰਗਤ ਜੀ ਚਲੋ ਜੀ ਮੈਂ ਤੁਹਾਨੂੰ ਸ਼ਾਰਟਕਟ ਦੱਸਾਂ ਉਹ ਪਾਦਾ ਲੈ ਆ ਸਾਢੇ 6:00 ਵਜੇ ਸੰਗਤ ਹੁੰਦੀ ਸੀ ਤੇ ਉਹ ਉਹਨੇ ਕਿਛੇ ਜਾਂ ਛੇ ਦਾ ਟਾਈਮ ਹੋ ਗਿਆ ਦੇਖੋ ਉਹਨਾਂ ਐਗਜ਼ੈਕਟ ਤਾਂ ਨਹੀਂ ਯਾਦ ਅਸੀਂ ਉਹ ਕਹਿੰਦਾ ਜੀ ਉਹ ਹੀ ਗੱਲ ਕਹਿੰਦਾ ਜੀ ਮਹਾਰਾਜ ਨੂੰ ਕੋ ਵੀ ਉੱਠ ਕੇ ਬੈਠੋ ਪੰਡਤ ਆ ਗਿਆ ਜੀ ਐਡਾ ਵੱਡਾ ਥਾਲਾ ਅਸੀਂ ਲੈ ਆਏ ਉਹਨੇ 12 13 ਦੀਵੇ ਲਾਏ ਜੀ ਉਹਦੇ ਵਿੱਚ ਉਹ ਜਲਾਏ ਫਿਰ ਗੁਰੂ ਜੀ ਦੀ ਨਜ਼ਰ ਉਤਾਰੀ ਕਹਿੰਦਾ ਜੀ ਐਦਾਂ ਕਰੋ ਹੁਣ ਤੁਸੀਂ ਇਹਨੂੰ ਨਾ ਸਾਹਮਣੇ ਜਿਹੜਾ ਗਰਾਊਂਡ ਹੈ ਜਿੱਥੇ ਮੈਨੂੰ ਡੈਨ ਮਿਲੀ ਸੀ ਮੈਂ ਦੱਸਿਆ ਨਾ ਉਹਦੇ 33 ਸੈਕਟਰ ਉੱਤੇ ਪਾਰਕ ਦੇ ਵਿੱਚ ਕਹਿੰਦਾ ਜੀ ਕਿਸੇ ਨਾ ਪੇੜ ਦੇ ਠਾਏ ਰੱਖਿਆ ਉਹ ਤੁਸੀਂ ਉੱਥੇ ਸੰਗਤ ਜੀ ਅਸੀਂ ਉਦਾਂ ਉਹ ਕੀਤਾ ਹੁਣ ਤੁਸੀਂ ਦੱਸੋ ਮਾਰਾ ਇਤੇ ਪਤਾ ਨਹੀਂ ਉਹਦਾ ਕੀ ਸਾਡਾ ਕੋਈ ਕਲਿਆਣ ਕਰ ਰਿਹਾ ਸੀ ਦੇਖੋ ਨਾ ਇਹ ਅਸੀਂ ਅੱਜ ਸਮਝਦੇ ਆ ਸੰਗਤ ਜੀ ਲੋਕਾਂ ਨੂੰ ਗੁਰੂ ਜੀ ਨੇ ਭਲੇਖਿਆਂ ਚ ਪਾਇਆ ਇੱਕ ਬੰਦਾ ਆਇਆ ਜੀ ਮੇਰਾ ਕੋਈ ਆਫੀਸਰ ਸੀ ਉਹਨਾਂ ਦੇ ਘਰ ਬਾਬਾ ਜੀ ਦੀ ਬੀੜ ਸੀ ਜਦੋਂ ਦੀ ਵਾਈਫਾਈ ਨਾ ਟਵਾਣਾ ਅੰਕਲ ਲੌਂਗ ਦਾ ਲਸ਼ਕਾਰਾ ਫਿਲਮੀ ਐਕਟਰ ਸਨ ਪਤਾ ਸਾਰੇ ਆਂਦੇ ਸੀ ਉਹ ਗੁਰੂ ਜੀ ਦੇ ਬਹੁਤ ਪੱਕੇ ਪੁਰਾਣੇ ਪਗਾ ਸੀ ਬੜੇ ਪੁਰਾਣੇ 75 76 ਦੇ ਜਦੋਂ ਉਹਨਾਂ ਨੇ ਆਣਾ ਗੁਰੂ ਜੀ ਨੇ ਮੈਨੂੰ ਬੁਲਾਣਾ ਮੈਂ ਕਿਹਾ ਹਾਂਜੀ ਮੈਂ ਏਦਾਂ ਕਰਕੇ ਲਗਾ ਫੇਰ ਪੰਜਾਬੀ ਗਾਣੇ ਜਦੋਂ ਉਹਨਾਂ ਨੇ ਆਣਾ ਉਹ ਕਮਲੀ ਯਾਰ ਦੀ ਕਮਲੀ ਗਲਾਬੋ ਮਾਸੀ ਨਿਰਮਲ ਰਿਸ਼ੀ ਜਿਹੋ ਆ ਤੁਸੀਂ ਪੰਜਾਬੀ ਫਿਲਮਾਂ ਚ ਦੇਖਦੇ ਹੋ ਉਹਨਾਂ ਨੇ ਆਣਾ ਉਹਨਾਂ ਨੇ ਸਕਿਟ ਕਰਨੇ ਭਾਈ ਉਹ ਬਾਬਾ ਸੀ ਉਹ ਗੁਰੂ ਜੀ ਬੜਾ ịchੜ-ਘਿੜ ਕੇ ਹੱਸਦੇ ਸੀ ਪੰਜਾਬੀ ਗਾਣੇ ਸੁਣ ਕੇ ਤੇ ਉਹਨਾਂ ਨੇ ਸਕਿਟ ਕਰਨੇ ਗੁਰਜੀ ਕਹਿੰਨਾ ਕਰੋ ਸੋ ਮਹਾਰਾਜ ਸਾਡੇ ਕਹਿੰਦੇ ਹੁੰਦੇ ਨਾ ਕਦੇ ਤੁਹਾਨੂੰ ਨਾਮ ਨਹੀਂ ਦਿੱਤਾ ਕੁਛ ਨਹੀਂ ਲੰਗਰ ਖਾਓ ਇਹਦੇ ਵਿੱਚ ਹੀ ਸਭ ਬਲੇਸਿੰਗਸ ਹੈ ਚਾਹ ਦੇ ਵਿੱਚ ਬਲੇਸਿੰਗਸ ਹੈ ਚਲੋ ਜੀ ਉਹਦੀ ਵਾਈਫ ਪਤਾ ਕੀ ਕਹਿੰਦੀ ਜੀ ਉਹ ਤਾਂ ਮਹਾਰਾਜ ਦੇ ਬਾਬਾ ਜੀ ਦੀ ਬੀੜ ਸੀ ਉਹਨਾਂ ਘਰ ਕਹਿੰਦੀ ਇਹ ਕੀ ਆ ਕਹਿੰਦੀ ਲੱਸੀ ਨਹੀਂ ਇੱਥੇ ਆਉਂਦੇ ਇੱਥੇ ਦਾ ਪੰਜਾਬੀ ਗਾਣੇ ਲੱਗਦੇ ਆ ਸੋ ਸੰਗਤ ਜੀ ਤੁਸੀਂ ਦੇਖੋ ਮਹਾਰਾਜ ਦੀ ਲੀਲਾ ਕੋਈ ਫਿਰ ਦਿੱਲੀ ਦੇ ਵਿੱਚ ਬੱਬਰ ਅੰਕਲ ਨੇ ਕਿਹਾ ਗੁਰੂ ਜੀ ਕੈਬਨਟ ਸੈਕਰੀ ਬੈਠੇ ਆ ਕੀ ਤੁਸੀਂ ਲਾਤਾ ਲੀੜੇ ਤੋਂ ਹੁੰਦੇ ਬਹਾਨੇ ਆ ਜਾ ਮਿੱਤਰਾਂ ਦੇ ਡਿਊਲ ਤੇ ਮੈਨੂੰ ਗੁਰੂ ਜੀ ਕਹਿੰਦੇ ਲੱਗਾ ਰਹਿਣ ਦੇ ਸੋ ਮਹਾਰਾਜ ਕਹਿੰਦੇ ਨਾ ਜੋ ਨਜ਼ੀਕ ਹੋਣ ਖੁਦਾ ਦੇ ਜੋ ਪ੍ਰਮਾਤਮਾ ਦੇ ਬੰਦੇ ਪ੍ਰਮਾਤਮਾ ਦੇ ਨੇੜੇ ਆ ਉਹ ਤੁਹਾਨੂੰ ਆਪਣਾ ਭੇਦ ਨਹੀਂ ਦਿੰਦੇ ਸੰਗ ਜੀ ਗੁਰੂ ਜੀ ਨੇ ਤੇ ਪਤਾ ਨਹੀਂ ਕੀ ਕੀ ਲੀਲਾ ਦਿਖਾਈ ਹੈ ਹੁਣ ਮੈਂ ਤੁਹਾਨੂੰ ਦੱਸਦਾ ਮੇਰੇ ਪੈਰਾਂ ਚੋਂ ਇੰਨੀ ਮਤਲਬ ਬਦਬੂ ਆਂਦੀ ਸੀ ਜਦ ਮੈਂ ਬੂਟ ਉਤਾਰਦਾ ਸੀ ਮੈਂ ਗੁਰੂ ਜੀ ਨੂੰ ਕਦੇ ਕੁਝ ਨਹੀਂ ਕਿਹਾ ਗੁਰੂ ਜੀ ਨੇ ਇੱਕ ਦਿਨ ਮੈਨੂੰ ਪਾਰ ਸੇਡ ਬੈਠੇ ਦਰਾਜ ਚੋਂ ਕੱਡੀਆਂ ਜਰਬਾ ਆਪਣੀਆਂ ਕਹਿੰਦੇ ਲੈ ਚੱਕ ਕਹਿੰਦੇ ਤੂੰ ਕਹਿੰਦੇ ਜਰਬਾ ਪਾਇਆਗਾ ਸੰਗਾਜੀ ਅੱਜ ਮਾ ਹਫਤਾ ਵੀ ਜਰਾ ਪਾਲਾਂ ਗਰਮੀ ਚ ਕਦੇ ਪਾਊਡਰ ਵਰਗੀ ਕਸ਼ੂ ਆਈ ਹੈ ਤੇ ਮਹਾਰਾਜ ਦੀ ਕਿਰਪਾ ਵੈ ਉਸ ਤੋਂ ਬਾਅਦ ਪਚਕੂਲਾ ਹੁਜਾ ਅੰਟੀ ਦੇ ਕਾਰਨ ਮੈਂ ਇੱਕ ਦਿਨ ਕਹਾ ਗੁਰੂ ਜੀ ਮੇਰੀ ਵੀ ਗੜਵੀ ਬles ਕਰ ਦੋ ਤਾਂਬੇ ਜੀ ਜਿਵੇਂ ਹਰੇਕ ਨੂੰ ਲਾਲਚ ਹੁੰਦਾ ਗੁਰੂ ਜੀ ਨੇ ਨਹੀਂ ਕੀਤੀ ਮੈਂ ਕਹਾ ਚਲੋ ਹੁਣ ਗੁਰੂ ਜੀ ਆਪੇ ਕਰ ਦੇਣਗੇ ਬਾਰ ਬਾਰ ਨਹੀਂ ਕਹਿਣਾ ਜਦੋਂ ਮੈਂ ਗੁਰੂ ਜੀ ਨਾਲ ਦਰਵਾਜ਼ੇ ਚ ਗੱਲ ਕਰ ਰਿਹਾ ਸੀ ਗੁਰੂ ਜੀ ਕਹਿੰਦੇ ਆਓ ਜੀ ਮਨਿਸਟਰ ਸਾਹਿਬ ਆਓ ਤਿੰਨ ਚਾਰ ਬੰਦੇ ਆਏ ਗੁਰਜੀ ਦਰਵਾਜੇ 'ਚ ਹੀ ਖੜੇ ਹੋਏ ਸੀ ਉਹ ਜਾਣੀ ਦੇ ਲੌਂਚ ਉਹ ਆਏ ਕਹਿੰਦੇ ਆਓ ਜੀ ਮਨਿਸਟਰ ਸਾਹਿਬ ਆਓ ਉਹ ਕਹਿੰਦਾ ਗੁਰਜੀ ਮੈਂ ਤਾਂ ਤੁਹਾਨੂੰ ਕਦੇ ਮਿਲਿਆ ਹੀ ਨਹੀਂ ਕਹਿੰਦੇ ਕਿਉਂ 16 ਸੈਕਟਰ ਚੀਫ ਮਨਿਸਟਰ ਦਰਵਾਰਾ ਸਿੰਘ ਦੇ ਘਰ ਵੀ ਅਸੀਂ ਮਿਲੇ ਆ ਕਹਿੰਦਾ ਅੱਛਾ ਗੁਰਜੀ ਤੁਸੀਂ ਸੀ ਸੋ ਸਾਨੂੰ ਯਾਦ ਨਹੀਂ ਮਹਾਰਾਜ ਨੂੰ ਈ ਕੀ ਗੱਲ ਯਾਦ ਹੈ ਸੰਗ ਜੀ ਸਾਰੇ ਚੀਫ ਮਨਿਸਟਰ ਦਰਵਾਰਾ ਸਿੰਘ ਦੇ ਸਾਰੇ ਮਹਾਰਾਏ ਪਜਨ ਲਾਲ ਦਾ ਮੁੰਡਾ ਜਮਲਾ ਹਰ ਦੁਨੀਆ ਦਾ ਹਰ ਦਿੱਲੀ ਦੇਖੋ ਹਰ ਮਨਿਸਟਰ ਤਦੋਂ ਅਰਣ ਸ਼ੋਰੀ ਜੀ ਦੀ ਵਾਈਫ ਦਾ ਸਭ ਨੇ ਸੁਣਿਆ ਹੀ ਹੋਣਾ ਕਿੰਨੀ ਕਿਰਪਾ ਕੀਤੀ ਐ 파ਰਕਨ ਡਾਕਟਰੀ ਜਿਹਦਾ ਦੁਨੀਆ ਚ ਇਲਾਜ ਨਹੀਂ ਸ਼ੋਰੀ ਸਾਹਿਬ ਅਰਣ ਸ਼ੋਰੀ ਜੀ ਆਂਦੇ ਸੀ ਕਦੇ ਉਹਨਾਂ ਨੇ ਗਨਮੈਨ ਨਹੀਂ ਲਿਆਂਦਾ ਚੁੱਪ ਚਾਪ ਸਾਈਡ ਤੇ ਬੈਠੇ ਹੁੰਦੇ ਸੀ ਕਦੇ ਉਹਨਾਂ ਨੇ ਸ਼ੋਅ ਨਹੀਂ ਕੀਤਾ ਸਾਰੀ ਮਿਨਿਸਟਰੀ ਸਾਰੇ ਕੁਝ ਆਂਦੇ ਸੀ ਇੱਕ ਦਿਨ ਸਾਡੇ ਕੋਲ ਮੈਂ ਨਾ ਨਹੀਂ ਲੰਗਾ ਗੁਰਜੀ ਮਿਨਿਸਟਰ ਸਾਹਿਬ ਸੀ ਜੀਵਨ ਗੁਰੂ ਦੀ ਗੱਡੀ ਗੁਰਜੀ ਨੇ ਹੁਣ ਆਗਿਆ ਦੇਤੀ ਜਿਵੇਂ ਕਹਿਣਾ ਚਲੋ ਚਲੋ ਬੁਲਾ ਗੁਰਜੀ ਕਹਿੰਦੇ ਅੰਕਲ ਅੱਜ ਦਾ ਕਲੱਬ ਖਤਮ ਚਲੋ ਕੱਲ ਮਿਲਾਂਗੇ ਸੋ ਸੰਗਤ ਜੀ ਗੁਰੂ ਮਹਾਰਾਜ ਨੇ ਤਾਂ ਇੰਨਾ ਪਿਆਰ ਇੰਨਾ ਤੁਹਾਨੂੰ ਦਿੱਤਾ ਕਿ ਤੁਹਾਨੂੰ ਪਤਾ ਹੀ ਨਹੀਂ ਸੀ ਲੱਗਦਾ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਉਹ ਕਹਿੰਦਾ ਜੀ ਗੁਰੂ ਜੀ ਅੱਛਾ ਉਹਦਾ ਜਿਹੜੇ ਨਾਲ ਸੀ ਬੰਦਾ ਉਹ ਕਹਿੰਦੇ ਤੂੰ ਕਿੱਥੇ ਕਿੱਥੇ ਕਹਿੰਦਾ ਗੁਰੂ ਜੀ ਮੈਂ ਤਾਂ ਤੁਹਾਨੂੰ ਕਦੇ ਵੀ ਨਹੀਂ ਮਿਲਿਆ ਜਿਹੜਾ ਮਿਨਿਸਟਰ ਦੇ ਨਾਲ ਸੀ ਕਹਿੰਦੇ ਕਿਉਂ ਤੂੰ ਫੋਰੈਸਟ ਡਿਪਾਰਟਮੈਂਟ 'ਚ ਨਹੀਂ ਕੰਮ ਕਰਦਾ ਉਹ ਹੱਥ ਜੋੜ ਲੇ ਕਹਿੰਦੇ ਤੂੰ ਇੱਕ ਫੋਰੈਸਟ ਡਿਪਾਰਟਮੈਂਟ 'ਚ ਇੱਕ ਸਾਧੂ ਨੂੰ ਦੋ ਕੇਲੇ ਨਹੀਂ ਦਿੱਤੇ ਸੀ ਕਹਿੰਦਾ ਗੁਰਜੀ ਉਹਦੀ ਤਾਂ ਇੰਨੀ ਨਹੀਂ ਲੰਬੀ ਦਾੜ੍ਹੀ ਸੀ ਕਹਿੰਦੇ ਫਿਰ ਮੈਂ ਹੀ ਤਾਂ ਸੀ ਸੰਗਤ ਜੀ ਮਹਾਰਾਜ ਦੀ ਲੀਲਾ ਦੇਖੋ ਗੁਰੂ ਜੀ ਨੇ ਗੁਰਜੀ ਕਹਿੰਦੇ ਹੁੰਦੇ ਸੀ ਗੁਰੂ ਜੀ ਨੇ ਖੂਦ ਦੇ ਵਿੱਚ ਇੱਕ ਲੱਤ ਤੇ ਖਲੋਕੇ ਵੀ ਭਗਤੀ ਕੀਤੀ ਹੈ ਮਹਾਰਾਜ ਨੇ ਕਦੇ ਦਿਖਾਇਆ ਹੀ ਨਹੀਂ ਤੁਹਾਡੇ ਨਾਲ ਪਰਿਵਾਰ ਦੀਆਂ ਗੱਲਾਂ ਕਰਨੀਆਂ ਤੁਸੀਂ ਆਗੇ ਤੁਹਾਡੇ ਦਫ਼ਤਰ ਦੀਆਂ ਗੱਲਾਂ ਕਰਨੀਆਂ ਤੁਹਾਨੂੰ ਨਹੀਂ ਪਤਾ ਮਹਾਰਾਜ ਤੁਹਾਨੂੰ ਗੱਲਾਂ-ਗੱਲਾਂ 'ਚ ਕੀ ਦੇ ਜਾਂਦੇ ਸੀ ਸੋ ਸੰਗਤ ਜੀ ਤੁਸੀਂ ਦੇਖੋ ਕਈ ਵਾਰੀ ਗੁਰੂ ਜੀ ਨੇ ਜਿਵੇਂ ਕਹਿਣਾ ਨਵਰਾਜ ਰੁਕ ਜਾ ਮੈਂ ਕਿਹਾ ਗੁਰਜੀ ਮੇਰਾ ਐਦਾਂ ਇੱਕ ਤੁਹਾਨੂੰ ਹੋਰ ਡੈਂਟਲ ਡਾਕਟਰ ਦੀ ਗੱਲ ਦੱਸਦਾ ਹਾਂ ਤੇ ਸੁਦਾ ਅੰਟੀ ਦੇ ਘਰ ਦੀ ਗੱਲ ਹੈ ਅੰਪਾਇਰ ਸਟੇਟ ਜਿੱਦਾਂ ਕਿਸੇ ਤੋਂ ਸੁਣਿਆ ਤੇ ਬੰਦਾ ਆ ਜਾਂਦਾ ਵਾ ਗੁਰੂ ਜੀ ਨੇ ਆਪਣੇ ਹੱਥ ਨਾਲ ਉਹਨੂੰ ਮੈਨੂੰ ਐਗਜ਼ੈਕਟ ਦੇਖੋ ਮੈਂ ਤੇ ਇਹ ਗੱਲ ਨਹੀਂ ਨਾ ਦੇਖੀ ਗੁਰੂ ਜੀ ਨਾ ਸੰਗਤ ਜੀ ਆਪਣੇ ਹੱਥ ਨਾਲ ਵੀ ਗੁਰੂ ਜੀ ਸੰਗਤ ਨੂੰ ਬੜੀ ਖੁਸ਼ੀ ਨਾਲ ਲੰਗਰ ਵੀ ਵਰਤਾਂਦੇ ਸੀ ਚਪਾਤੀਆਂ ਵਰਤਾਂਣੀਆਂ ਚੱਕ ਆਂਟੀ ਚੱਕ ਆਂਟੀ ਪਤਾ ਨਹੀਂ ਕੀ ਕਲਿਆਣ ਕਰ ਰਹੇ ਉਹ ਡੈਂਟਲ ਡਾਕਟਰ ਸੀ ਜਦੋਂ ਅਗਲੇ ਦਿਨ ਆਈ ਨਾ ਜੀ ਉਹ ਕਹਿੰਦੀ ਕਹਿੰਦੀ ਗੁਰੂ ਜੀ ਕਹਿੰਦੀ ਅੱਜ ਮੈਂ ਬਰਸ਼ ਕੀਤਾ ਸੀ ਉਹ ਡੈਂਟਲ ਡਾਕਟਰ ਸੀ ਉਹਦੇ ਬੜਾ ਖੂਨ ਆਂਦਾ ਸੀ ਕਹਿੰਦੀ ਗੁਰੂ ਜੀ ਮੈਂ ਡਰਦੇ ਡਰਦੇ ਕਿਹਾ ਥੋੜਾ ਜਿਹਾ ਖੂਨ ਆਇਆ ਗੁਰੂ ਜੀ ਸਾਰੀ ਸੰਗਤ 'ਚ ਕਹਿੰਦੇ ਆਂਟੀ ਜਿਹੜੀ ਇੱਕ ਚਬਾਤੀ ਲਗੋਗੇ ਲੈ ਗਈ ਸੀ ਉਹ ਵੀ ਖਾ ਲੰਦੀ ਤਾਂ ਪੂਰਾ ਨਾ ਠੀਕ ਹੋ ਜਾਂਦਾ ਬੜੀਆਂ ਗੱਲਾਂ ਜੀ ਗੁਰੂ ਜੀ ਦੀਆਂ ਸੋ ਤਾਂ ਹੀ ਕਹਿੰਦੇ ਨਾ ਗੁਰੂ ਜੀ ਸੰਗਤ 'ਚ ਖਾਓਗੇ ਤੇ ਦਵਾਈ ਆ ਘਰ ਲੈ ਜਾਓ ਮਠਾਈ ਸੰਗਤ ਜੀ ਅਸੀਂ ਵੀ ਲੈ ਜੰਨੇ ਹੁਣ ਐਵੇਂ ਝੂਠ ਬੋਲੀ ਐ ਦੇਖੋ ਮੈਂ ਤੁਹਾਨੂੰ ਕੀ ਕਿਹਾ ਕਿਉਂਕਿ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਰੱਬ ਸਮਝਦੇ ਗੁਰੂ ਜੀ ਕਹਿੰਦੇ ਸੀ ਨਵਰਾਜ ਜੀ ਆਹ ਨਾਲਾ ਸਮਾਂ ਇਦਾਂ ਦਾ ਹੋਏਗਾ ਤੁਸੀਂ ਤਰਸੋਗੇ ਕਹਿੰਦੇ ਚਾਰ ਚਾਰ ਘੰਟੇ ਲਾਈਨਾਂ ਲੱਗਣਗੀਆਂ ਗੁਰੂ ਜੀ ਦੇ ਦਰਸ਼ਨ ਨਹੀਂ ਹੋਣਗੇ ਅੱਜ ਤੁਹਾਨੂੰ ਨੱਟਣ ਦੀ ਭਈ ਕਹਿੰਦੇ ਦਿੱਲੀ ਦੀ ਸੰਗਤ ਨੂੰ ਅੱਜ ਮੈਂ ਬਲਾ ਬਲਾ ਕੇ ਕਲਿਆਣ ਕਰ ਰਿਆ ਵਾਂ ਕਹਿੰਦੇ ਦੱਸੋ ਦਿੱਲੀ ਕਿਹੜਾ ਮਹਾਪੁਰਸ਼ ਆਇਆ ਫੇਰ ਗੁਰੂ ਜੀ ਨੇ ਕਿਹਾ ਨਾ ਹਸਬੰਡ ਦਾ ਆਂਟੀ ਪਤਾ ਕੀ ਹੈ ਜਿਵੇਂ ਗੁਰਜੀ ਨੇ ਨਾ ਪਹਿਲੇ ਕਹਿੰਦੇ ਆਂਟੀ ਵਾਈਫ ਦਾ ਮੀਨਿੰਗ ਕੀ ਹੈ ਕਹਿੰਦਾ ਵਰੀਜ਼ ਇਨਵਾਈਟਿਡ ਫਾਰ ਐਵਰ ਗੁਰਜੀ ਬਡੇ ਡਾਇਲੋਗ ਮਾਰਦੇ ਸੀ ਕਹਿੰਦੇ ਫਿਰ ਉਹਨੂੰ ਹਸਬੰਡ ਦਾ ਵੀ ਸੁਣ ਲਓ ਜੇ ਵਾਈਫ ਦਾ ਸੁਣ ਲਿਆ ਹਸਬੰਡ ਦਾ ਕੀ ਐਬ੍ਰੀਵੀਏਸ਼ਨ ਹੈ ਹਾਰਸ ਅੰਡਰ ਸਵियर ਬਰਡਨ ਐਂਡ ਨੋ ਡਾਇਵਰਸ਼ਨ ਗੁਰਜੀ ਮਲੋ ਜੋ ਗੁਰੂ ਦੇ ਮਨ ਜਾਂਦਾ ਸੀ ਜਿਵੇਂ ਪੀ ਐਚ ਡੀ ਪਾਗਲ ਹੋਣੇ ਦਾ ਡਰ ਫੇਰ ਗੁਰੂ ਜੀ ਕਹਿੰਨਾ ਆਪਣਾ ਡੀਏਵੀ ਕਾਲਜ ਬੜਾ ਮਸ਼ਹੂਰ ਹੈ ਸਾਰੀ ਦੁਨੀਆ 'ਚ ਦੁਖੀ ਆਸ਼ਕੋਂ ਦਾ ਵਿਦਿਆਲੇ ਹੁਣ ਦੱਸੋ ਸਾਡੇ ਮਹਾਰਾਜ ਤੁਸੀਂ ਤਾਂ ਇਹ ਸੋਚਦੇ ਹੋ ਲੰਬਿਆ ਚੋਲਾ ਪਾਇਆ ਹੋਏਗਾ ਇੰਨੀ ਨੂੰ ਕਹਿਣਗੇ ਥਥਾਸਤੂ ਕਦੇ ਗੁਰੂ ਜੀ ਗੁਰੂ ਜੀ ਮੈਨੂੰ ਕਈ ਵਾਰੀ ਕਹਿਣਾ ਨਵਰਾਜ ਤੈਨੂੰ ਨੱਠਣ ਦੀ ਪਈ ਹੈ ਕਹਿੰਦੇ ਤੂੰ ਦੱਸ ਇਥੇ ਕਿਹੜਾ ਅਨਪੜਾ ਆਦਮੀ ਹੈ ਕਹਿੰਦੇ ਚਮਤਕਾਰ ਨੂੰ ਹੀ ਨਮਸਕਾਰ ਹੈ ਗੁਰੂ ਜੀ ਕਹਿੰਦਾ ਮੈਂ ਚਮਤਕਾਰ ਨੂੰ ਨਮਸਕਾਰ ਹੈ ਕਹਿੰਦੇ ਦੱਸ ਕਿਹੜਾ ਅਨਪੜਾ ਆਦਮੀ ਹੈ ਸੋ ਸੰਗਤ ਜੀ ਗੁਰੂ ਜੀ ਨੇ ਅਸੀਂ ਜਦੋਂ ਕਹਿੰਦੇ ਤੁਸੀਂ ਆਨੇ ਹੋ ਤੁਹਾਨੂੰ ਕੀ ਪਤਾ ਤੁਹਾਨੂੰ ਕੀ ਮਿਲਿਆ ਮੈਨੂੰ ਬੜੀ ਵਾਰੀ ਕਹਿੰਦੇ ਸੀ ਕਹਿੰਦੇ ਜੇ ਤੇਰੇ ਨਾਲ ਬੀਤ ਜਾਂਦੀ ਫਿਰ ਕੀ ਫਾਇਦਾ ਹੁਣ ਦੇਖੋ ਉਦੋਂ ਮੈਨੂੰ ਡੈਨ ਮਿਲੀ ਗੁਰੂ ਜੀ ਨੇ ਮੈਨੂੰ ਕਿਹਾ ਕਹਿੰਦੇ ਜੇ ਤੂੰ ਸੋ ਜਾਂਦਾ ਤੇਰੇ ਨਾਲ ਕੀ ਹੁੰਦਾ ਸੰਗਤ ਜੀ ਅਸੀਂ ਇਹ ਚੀਜ਼ਾਂ ਨਹੀਂ ਰਿਅਲਾਈਜ਼ ਕਰ ਸਕਦੇ ਕਿਉਂਕਿ ਗੁਰੂ ਜੀ ਉਹੀ ਤਾਂ ਗੱਲ ਕਹਿੰਦੇ ਜੇ ਤੁਹਾਡੇ ਨਾਲ ਬੀਤ ਗਈ ਤੁਹਾਨੂੰ ਕੀ ਪਤਾ ਤੁਹਾਨੂੰ ਸੰਗਤ ਚ ਆ ਕੇ ਕੀ ਕੀ ਮਿਲ ਰਿਹਾ ਵੈ ਸੰਗਤ ਜੀ ਤੁਹਾਨੂੰ ਮੈਂ ਦੱਸਦਾ ਦੇਖੋ ਗੁਰੂ ਜੀ ਹਮੇਸ਼ਾ ਕਹਿੰਦੇ ਸੀ ਕੀ ਕਰਦੇ ਭਾਂਡੇ ਕਿਚਨ ਹਮੇਸ਼ਾ ਸਾਫ਼ ਰੱਖੋ ਕਦੇ ਵੀ ਝੂਠੇ ਨਾ ਭਾਂਡੇ ਰੱਖੋ ਸੰਗਤ ਜੀ ਗੁਰੂ ਜੀ ਨੇ ਜਪਾੜ ਤੇ ਜਾਣਾ ਅਸੀਂ ਸਾਰੀ ਕਿਚਨ ਸਾਫ਼ ਕਰਕੇ ਚੰਗੀ ਤਰ੍ਹਾਂ ਕਰਕੇ ਅਸੀਂ ਸੌਂਦੇ ਸੀ ਠੀਕ ਹੈ ਨਹੀਂ ਹਰ ਸਫਾਈ ਕਰਨੀ ਪੂਰੀ ਮਤਲਬ ਤਾਂ ਗੁਰੂ ਜੀ ਫਿਰ ਗੁਰੂ ਜੀ ਕਹਿੰਦੇ ਸੀ ਔਰਤ ਆਪਣੇ ਘਰ ਵਾਲੇ ਦੀ ਸੇਵਾ ਕਰੇ ਤੁਹਾਨੂੰ ਮੈਂ ਦੱਸਿਆ ਨਾ ਵੀ ਸਾਰੀ ਸੰਗਤ ਹੀ ਨੇੜੇ ਸੀ ਇੱਕ ਆਰਮੀ ਅਫਸਰ ਜੀ ਬਾਈ ਬੈਠੀ ਕਹਿੰਦੀ ਗੁਰੂ ਜੀ ਦੇ ਘਰ ਆ ਲੈਦਾ ਕਹਿੰਦੇ ਤੂੰ ਕੀ ਲੈਣਾ ਸੰਘਾ ਜੀ ਗੁਰੂ ਜੀ ਤੱਕ ਇੱਕ ਦਿਨ ਮੈਂ ਤੁਹਾਨੂੰ ਦੱਸਾਂ 8 ਵਜੇ ਨਾ ਮੈਂ ਕੋਈ ਆਟਾ ਲੈਣ ਗਿਆ ਸੀ ਅੱਛਾ ਗੁਰੂ ਜੀ ਨੇ 4-4 ਵਜੇ ਮੈਨੂੰ ਨਹੀਂ ਕਿਸੇ ਨੂੰ ਵੀ ਕਰ ਲੈਂਦੇ ਸੀ ਮੈਂ ਕੋਈ ਨੇੜੇ ਨਹੀਂ ਸੀ ਮੈਨੂੰ ਕਈ ਵਾਰੀ ਫੋਨ ਆਣਾ ਸੁੱਤਾ ਪਿਆ ਸੀ ਨੀਂਦ ਚੜੀ ਹੋਣੀ ਮੈਂ ਕਿਹਾ ਨਹੀਂ ਗੁਰਜੀ ਮਿਸੀ ਨੇ ਫੋਨ ਚੱਕ ਲਿਆ ਕਿੱਥੇ ਆ ਨਵਰਾਜ ਕਹਿੰਦੇ ਗੁਰਜੀ ਆਟਾ ਮਿਸੀ ਨੂੰ ਸਮਝਾਇਆ ਕਹਿੰਦੇ ਦੇਖੋ ਕਦੇ ਵੀ ਤੁਹਾਡੇ ਘਰ ਚ ਕੋਈ ਚੀਜ਼ ਮੁੱਕਦੀ ਆ ਨਾ ਪਹਿਲੇ ਲਿਆ ਕੇ ਰੱਖੋ ਅਗਲਾ ਪੁੱਛੇਗਾ ਕਿੱਥੇ ਗਿਆ ਉਹ ਤੇ ਆਟਾ ਮੰਗਣ ਗਿਆ ਸੋ ਗੁਰੂ ਜੀ ਨੇ ਛੋਟੀਆਂ ਛੋਟੀਆਂ ਗੱਲਾਂ ਸਮਝਾਈਆਂ ਫਿਰ ਕਹਿਣ ਲੱਗੇ ਡੋਲੀ ਡੀਜੀਪੀ ਦੀ ਵਾਈਫ ਸੀ ਤਰੋਂ ਆਂਟੀ ਦੀ ਬੇਟੀ ਯੂਪੀ ਦੇ ਆਪਣਾ ਟਿਲੋਂ ਦੀ ਵਾਈਫ ਗੁਰਜੀ ਕਹਿੰਦੇ ਡੋਲੀ ਕਹਿੰਦੇ ਆਪ ਖਾਣਾ ਬਣਾਓ ਕਹਿੰਦੇ ਨੌਕਰਾਂ ਦੇ ਹੱਥ ਦਾ ਕਿੱਦਾਂ ਦੀ ਸਫਾਈ ਐ ਕਿਹੜੀ ਭਾਵਨਾ ਨਾਲ ਬਣਾਣੇ ਤੁਸੀਂ ਦੇਖੋ ਹੋਟਲ ਦਾ ਖਾਣਾ 4 ਦਿਨ ਖਾ ਕੇ ਨਾ ਬੰਦਾ ਨਹੀਂ ਖਾ ਸਕਦਾ ਠੀਕ ਹੈ ਨਹੀਂ ਤੁਸੀਂ ਘਰ ਦਾ ਖਾਣਾ ਮਾਂ ਦੇ ਹੱਥ ਦਾ ਵਾਈਫ ਦੇ ਹੱਥ ਦਾ ਬੱਚਿਆਂ ਦੇ ਭੈਣ ਭਰਾ ਦਾ ਕਿਆੰਦੋ ਮੋਲੇ ਆਪਣੇ ਘਰ ਦਾ ਖਾਣਾ ਖਾਓ ਤੁਸੀਂ ਸਾਰੀ ਉਮਰ ਕਦੇ ਕਿਹਾ ਜਿਮਾਨੋ ਬਗਿਆ ਉਹਦਾ ਚਾਹੇ ਕਹਦੀ ਹੈ ਜੀ ਅੱਜ ਚਲੋ ਬਾਹਰ ਆਊਟਿੰਗ ਕਰ ਲੋ ਬੱਚਿਆਂ ਨੂੰ ਛੁੱਟੀ ਹੈ ਕੱਲ ਸੰਡੇ ਹੈ ਸੋ ਡੋਲੀ ਨਾ ਅਗਲੇ ਦਿਨ ਗਈ ਉਹਨੇ ਆਪ ਖਾਣਾ ਬਣਾਇਆ ਤੇ ਜਦੋਂ ਗੁਰੂ ਜੀ ਨੂੰ ਮਿਲੀ ਸ਼ਾਮੀ ਕਹਿੰਦੀ ਗੁਰੂ ਜੀ ਕਹਿੰਦੀ ਮੈਂ ਖਾਣਾ ਖੁਦ ਚਪਾਤੀਆਂ ਬਣਾਈਆਂ ਰਾਜੇ ਨਾ ਛੇ ਫੁੱਲ ਕੇ ਖਾ ਗਏ ਉਹ ਸੰਗਤ ਅਸੀਂ ਉਹਦਾ ਨਾਂ ਨਹੀਂ ਇੱਕ ਜੋ ਉਹਨਾਂ ਨੇ ਕਿਹਾ ਸਾਨੂੰ ਲੈ ਚ ਯਾਦ ਆਦਾ ਕਹਿੰਦੀ ਰਾਛੇ ਫੁੱਲ ਖਾ ਗਏ ਗੁਰੂ ਜੀ ਕਹਿੰਦੇ ਫਿਰ ਔਰਤ ਦੇ ਹੱਥਾਂ ਦਾ ਖਾਣਾ ਦੇਖੋ ਉਹ ਜੇ ਰਾਸੀ ਹੋ ਰਿਹਾ ਕਹਿੰਦੇ ਆਪ ਬਣਾਓ ਤੁਸੀਂ ਇੰਨੀਆਂ ਛੋਟੀਆਂ ਓਟੀਆਂ ਗੱਲਾਂ ਫੇ ਗੁਰੂ ਜੀ ਨੇ ਕਹਿਣਾ ਦੇਖੋ ਇੱਕ ਗੁਰੂ ਹੈ ਪੂਰਨ ਗੁਰੂ ਹੈ ਜੋ ਤੁਹਾਨੂੰ ਪਿਆਰ ਕਰਦਾ ਤੁਸੀਂ ਇੱਕ ਕਦਮ ਚੱਲੋ ਸੌ ਕਦਮ ਪਿਆਰ ਕਰਦੇ ਆ ਪਰ ਤੁਹਾਡੀ ਭਾਵਨਾ ਠੀਕ ਹੋਣੀ ਚਾਹੀਦੀ ਸੰਗਤ ਜੀ ਜ਼ਿਲंधर ਦੇ ਵਿੱਚ ਇੱਕ ਲੇਡੀ ਆਈ ਉਹਦਾ ਛੋਟਾ ਬੱਚਾ ਉਹਨੇ ਗਰਦਨ ਤੋਂ ਫੜਿਆ ਗੁਰੂ ਜੀ ਕੋਲ ਆ ਮੱਥਾ ਟਿਕਾਇਆ ਗੁਰੂ ਜੀ ਅੱਗੋਂ ਪਤਾ ਕੀ ਬੋਲੇ ਕੰਦੇ ਚੱਲ ਮਰ ਜਾਣੇ ਆ ਤੂੰ ਵੀ ਚੱਲ ਤੈਨੂੰ ਅਕਲ ਆ ਜਾਏ ਗੁਰੂ ਜੀ ਕੋਲ ਉਹਨੇ ਉਹ ਗੱਲ ਘਰ ਗਈ ਸੀ ਸੋ ਸੰਗਤ ਜੀ ਗੁਰੂ ਜੀ ਨੇ ਹਰ ਕਿਸੇ ਨੂੰ ਬਲਾ ਬਲਾ ਕੇ ਕਲਿਆਣ ਕੀਤਾ ਤੁਸੀਂ ਇਹ ਦੇਖੋ ਇੱਕ ਵਾਰੀ ਦੀ ਗੱਲ ਹੈ ਤਨਵਾਂਟੀ ਜਿਨ੍ਹਾਂ ਦੀ ਢੋਲੀ ਦੀ ਮੈਂ ਗੱਲ ਕਰ ਰਿਹਾ ਸੀ ਡੀਜੀਪੀ ਦੀ ਜਿਨ੍ਹਾਂ ਨੇ ਆਪੇ ਫੁਲ ਗਏ ਗੁਰੂ ਜੀ ਉਹਨਾਂ ਦੇ ਘਰ ਗਏ ਕੋਲੀਡੋਰ ਚੋਂ ਐ ਆ ਰਹੇ ਇਹ ਵੀ 96 ਦੀ ਗੱਲ ਹੈ ਮੈਂ ਨਾ ਗੁਰੂ ਜੀ ਨਾਲ ਨਾਲ ਸੀ ਮੈਂ ਕਿਹਾ ਗੁਰਜੀ ਆਪਾ ਫੋਟੋ ਖਚਾਈਏ ਜਿਵੇਂ ਸ਼ੌਂਕ ਹੁੰਦਾ ਹਰ ਕਿਸੇ ਨੂੰ ਗੁਰਜੀ ਮੈਨੂੰ ਪਤਾ ਹੀ ਕਹਿੰਦੇ ਕਹਿੰਦੇ ਕਮਲਿਆ ਆਪਾ ਤਾਂ ਤੇਰੇ ਦਿਲ ਚੰਗ ਕਹਿੰਦੇ ਆਪਾ ਤਾਂ ਸਾਰੀ ਉਮਰ ਰਹਿਣਾ ਸੰਗ ਜੀ ਉਹ ਦਿਨ ਮੈਨੂੰ ਗੁਰਜੀ ਨੇ ਇੰਨਾ ਕੋਈ ਬਖਸ਼ਿਆ ਆਪਣੀਆਂ ਡਰੈਸਾਂ ਦਿੱਤੀਆਂ ਮੈਨੂੰ ਸਾਰੇ ਕਹਿੰਦੇ ਨਰਾਜੀ ਮੈਂ ਕਹਿੰਦਾ ਮੇਰੇ ਕੋਲ ਕੋਈ ਆਂਦਾ ਮੈਨੂੰ ਤਾਂ ਖੁਸ਼ੀ ਮਿਲਦੀ ਹੈ ਕਿ ਤੁਸੀਂ ਮਲਬ ਤੁਸੀਂ ਲੈ ਜਾਓ ਸੰਗ ਜੀ ਸਾਡੇ ਘਰ ਚੀਜ਼ ਕੋਨੇ ਆ ਤੇ ਪਈ ਰਹਿੰਦੀ ਹੈ ਸੋ ਕਹਿੰਦਾ ਭਾਵ ਹੈ ਗੁਰੂ ਜੀ ਨੇ ਹਰ ਕਿਸੇ ਨੂੰ ਇਹ ਨਹੀਂ ਦੇਖਿਆ ਅੱਛਾ ਚਲੋ ਅੱਜ ਬਰਥਡੇ ਦੀ ਗੱਲ ਦੱਸਦਾ ਤੁਮ ਅੱਜ ਮਹਾਰਾਜ ਦਾ ਬਰਥਡੇ ਹੈ ਇੱਕ ਵਾਰੀ ਗੁਰੂ ਦਾ ਜਲੰਧਰ ਬਰਥਡੇ ਦੇ ਉੱਤੇ ਮੇਰੇ ਮਨ 'ਚ ਪਤਾ ਨਹੀਂ ਕੀ ਖਿਆਲ ਆਇਆ ਸਵੈਟਰ ਬਾਰੇ ਕੁਛ ਤੇ ਹਾਲੇ ਕੀ ਦੇਖੋ ਕੋਈ ਸੀਜ਼ਨ ਨਹੀਂ ਸੀ ਮੇਰੇ ਮਨ 'ਚ ਆਏ ਵੀ ਮੈਂ ਵੀ ਨਾ ਬੜੀ ਪੁਰਾਣੀ ਗੱਲ ਹੈ ਕੋਈ ਉਹ 967 ਦੀ ਗੱਲ 96 ਦੀ ਆ 96 ਦੀ ਹੋਏਗੀ ਯਾਰ ਗੁਰੂ ਦਾ ਬਰਥਡੇ ਜਲੰਧਰ ਮਲਾਇਆ ਸੀ ਮੇਰੇ ਕੋਲ 95 ਐ ਸੀ ਚਲੋ ਜੀ ਗੁਰੂ ਜੀ ਕੀ ਕਰਦੇ ਸੀ ਜਦੋਂ ਤੁਹਾਨੂੰ ਦੱਸਿਆ ਨਾ ਵੀ 2-250 ਬੰਦਾ ਵਰਦੇ ਵਾਲੇ ਦਿਨ ਜਿਆਦਾ ਹੁੰਦਾ ਇਹ ਸਭ ਨੂੰ ਛੁੱਟੀ ਦੇ ਦੀ ਚਲੇ ਗਏ ਕੁਝ ਕੁ ਬੰਦੇ ਜਿਵੇਂ ਰੁਕੇ ਗੁਰੂ ਜੀ ਨੇ ਡਰੈਸ ਚੇਂਜ ਕਰਨੀ ਕਹਿਣਾ ਅੱਛਾ ਲਿਆਓ ਸਾਰੇ ਜਿਨ੍ਹਾਂ ਨੇ ਪੈਕੇਟ ਗੁਰੂ ਜੀ ਦੇ ਆਏ ਹੁੰਦੇ ਸੀ ਮਤਲਬ ਗਿਫਟ ਸੰਗਜੀ ਮੈਂ ਤੁਹਾਨੂੰ ਪਹਿਲੇ ਗਿਆ ਗੁਰੂ ਜੀ ਤੋਂ ਪੁੱਛੇ ਬਗਿਆਰ ਕੁਝ ਨਹੀਂ ਸੀ ਕੋਈ ਲਿਆ ਸਕਦਾ ਚਲੋ ਜੀ ਗੁਰੂ ਜੀ ਨੇ ਕਹਿਣਾ ਲਿਆਓ ਵੀ ਅਸੀਂ ਨਾਲ ਬਹਿ ਗਏ ਜਿਵੇਂ ਰਵੀ ਵੀ ਹੁੰਦਾ ਈ ਸ਼ਗਨ ਅੰਕਲ ਡਰਾਈਵਰ ਜਿਹੜੇ ਉਹਨਾਂ ਦਾ ਬੇਟਾ ਰਵੀ ਗੁਰੂ ਜੀ ਨੇ ਐਦਾਂ ਗੱਦੀ ਤੇ ਬਹਿ ਜਾਣਾ ਅੱਛਾ ਲਿਆਓ ਖੋਲੋ ਕੀ ਹੈ ਚੀਜ਼ ਦੇਖੀ ਚੱਕ ਆਂਟੀ ਤੂੰ ਪਾ ਰਹਾ ਹੈ ਸੰਗਤ ਜੀ ਜਦੋਂ ਨਾ ਸਵੈਟਰ ਆਇਆ ਨਾ ਮੈਨੂੰ ਗੁਰੂ ਜੀ ਕਹਿੰਦੇ ਨਟ ਰਲ ਚੱਕ ਤੂੰ ਵੀ ਫੜ ਕੰਦੇ ਪਰ ਸੰਗਤ ਜੀ ਮੈਂ ਪਾਇਆ ਨਹੀਂ ਮੈਂ ਵੀ ਹੋਗੇ ਕਿਸੇ ਨੂੰ ਦੇਤਾ ਕਿਉਂਕਿ ਜਦ ਮੇਰੇ ਕੋਲ ਕੋਈ ਆਂਦਾ ਹੈ ਮੈਨੂੰ ਲੱਗਦਾ ਦੇਖੋ ਇਹਨਾਂ ਕੋਲ ਮੇਰੇ ਨਾਲੋਂ ਜ਼ਿਆਦਾ ਇਹਨਾਂ ਦੀ ਸਾੰਭ ਹੈ ਗੁਰੂ ਜੀ ਨੇ ਤਿੰਨ ਪੰਜਾਬੀ ਜੁੱਤੀ ਦਿੱਤੀਆਂ ਸੀ ਮੈਂ ਕੈਨੇਡਾ ਅਮਰੀਕਾ ਸੋ ਸੰਗਤ ਜੀ ਚੀਜ਼ਾਂ ਨਾ ਲਗਾਉ ਨਾ ਕਰੋ ਮਹਾਰਾਜ ਦੇਖੋ ਮਹਾਰਾਜ ਨੇ ਕਦੇ ਨਹੀਂ ਕਿਹਾ ਮੈਨੂੰ ਮਨ असि कहने ना महाराज नो है पर गुरु जी कहते जिन्होंने माल फेरन की लड़ नहीं बाथरूम च बैठ के एक बारी वाहे गुरु ओम नौ जिनते कह लो कूजी वारी कह नहीं सचे मन मनो मन्न। संघत जी फिर गुरु जी ने देखो डायमंड सॉरी नागनी बनते जल्द दस देख तो प्रैक्टिकल गल दसद ऊजा आंटी के घर एक आईएस अफसर आए गुरु जी ने उन्होंने उथे ਉਦੇ ਡਰਾਈਵਰ ਨੂੰ ਕਹਿੰਦੇ ਲੈ ਮੇਰੀਆਂ ਲੱਤਾਂ ਘੁੱਟੇ ਗੁਰੂ ਜੀ ਬੈਠ ਬੈਠ ਨੂੰ ਕਹਿੰਦੇ ਆਹ ਕੀ ਆ ਕਹਿੰਦਾ ਗੁਰਜੀ ਨੱਗ ਪਾਇਆ ਕਹਿੰਦੇ ਐਂ ਕਰ ਇਹਨੂੰ ਹੁਣੇ ਕੱਗਰ ਪਚਕੂਲਾ ਨਾਲ ਕੱਗਰ ਹੈ ਨਹੀਂ ਕਹਿੰਦੇ ਹੁਣੇ ਬਹਾਇਆ ਸੰਗਤ ਜੀ ਕੋਈ ਨਹੀਂ ਬਹਾਂਦਾ ਅਗਲੇ ਦਾ ਨੱਗ ਮਹਿੰਗਾ ਹੁੰਦਾ ਦੇਖੋ ਉਸ ਡਰਾਈਵਰ ਨੇ ਗੁਰੂ ਮਹਾਰਾਜ ਦੀ ਪਿਆਰ ਸ਼ਰਦਾ ਦੇਖੋ ਉਹਨੇ ਕਹਿਣਾ ਮਤਿਆਂ ਉਹਨੇ ਜਾ ਕੇ ਜਦੇ ਬਹਾਤਾ ਜਦੋਂ ਅਗਲੇ ਦਿਨ ਆਇਆ ਉਹਨੇ ਮੱਥਾ ਟੇਕਿਆ ਗੁਰੂ ਜੀ ਕੋ ਬੜਾ ਰੋ ਰਿਹਾ ਸੀ ਅਸੀਂ ਕਿਹਾ ਪਤਾ ਨਹੀਂ ਕੀ ਗੱਲ ਹੋਈ ਫਿਰ ਉਹਨੇ ਦੱਸਿਆ ਕਹਿੰਦਾ ਮੇਰੀ ਨਾਂ ਬੇਟੇ ਤੇ ਮੇਰੀ ਮਦਰ ਦੀ ਘਰ 'ਚ ਕੋਈ ਕੰਫਲਿਕਟ ਹੋਏਗਾ ਉਹਨਾਂ ਦੇ ਘਰ ਲੜਾਈ ਕਹਿੰਦਾ ਜਿਉਂ ਜੂ ਹੀ ਮੈਂ ਨੱਗ ਸੁਟਿਆ ਕਹਿੰਦਾ ਬੇਟੇ ਨੇ ਨਹੀਂ ਤੇ ਆਪਣੀ ਮਾਂ ਦਾ ਖੂਮ ਕਰ ਦੇਣਾ ਸੰਗਤ ਜੀ ਐ ਪ੍ਰੈਕਟੀਕਲ ਅੱਖਾਂ ਦੇਖੀਆਂ ਗੁਰੂ ਜੀ ਕਹਿੰਦੇ ਸੀ ਵੀ ਦੇਖੋ ਸਭ ਤੋਂ ਵੱਡੀ ਗੱਲ ਹੈ ਅਸੀਂ ਨੱਗ ਪਾਣੇ ਆ ਜਿਹਦਾ ਬੈਨੀਫਿਟ ਹੈ ਤੇ ਨੁਕਸਾਨ ਵੀ ਦੇਣਾ ਜੀ ਕੋਈ ਚੀਜ਼ ਦਾ ਪ੍ਰੋਫਿਟ ਹੈ ਤੇ ਲਾਸ ਹੈ ਠੀਕ ਹੈ ਨਹੀਂ ਸੋ ਗੁਰੂ ਜੀ ਕਹਿੰਦੇ ਕਈ ਵਰੀ ਕੋਈ ਪੰਡਤ ਦੀ ਕੈਲਕੂਲੇਸ਼ਨ ਨਹੀਂ ਠੀਕ ਹੈ ਤੁਹਾਡਾ ਤਾਂ ਨੁਕਸਾਨ ਕਰਦੇ ਸੋ ਗੁਰੂ ਜੀ ਗੁਰੂ ਜੀ ਕਹਿੰਦੇ ਸੀ ਕੋਈ ਲੋੜ ਹੀ ਨਹੀਂ ਆਪਾਂ ਦੀ ਸੋ ਗੁਰੂ ਜੀ ਨੇ ਛੋੜੀਆਂ 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 ਚੀਜ਼ਾਂ ਸਾਨੂੰ ਬਹੁਤ ਸਮਝਾਈਆਂ ਗੁਰੂ ਜੀ ਦੇ ਜਨਮ ਦਿਨ ਦਾ ਅੱਜ ਜਿਵੇਂ ਤੁਹਾਨੂੰ ਮੈਂ ਦੱਸਾਂ ਹਾਂ ਹਾਂ ਗੁਰੂ ਜੀ ਦਾ ਜਨਮ ਦਿਨ ਸੀ ਉੱਥੇ ਡੋਲੀ ਗਲੇਰੀਆ ਵੀ ਸੀ ਪੰਜੀ ਆਏ ਗੁਰੂ ਜੀ ਨੇ ਦੱਸਿਆ ਨਾ ਉਹਨਾਂ ਨੇ ਫਿਰ ਬੜਾ ਸਕਰਟ ਬਣਾਈ ਮਤਲਬ ਸਾਰਿਆਂ ਨੂੰ ਡਾਂਸ ਕਰਾਇਆ ਗੁਰੂ ਜੀ ਨੇ ਆਪਣੇ ਸਾਹਮਣੇ ਸੰਗਤ ਜੀ ਗੁਰੂ ਜੀ ਦਾ ਸਾਰਿਆਂ ਨਾਲ ਐਨੇ ਦੇਖੋ ਹਰ ਬੰਦਾ ਕਹਿੰਦਾ ਗੁਰੂ ਜੀ ਦੇ ਮੈਂ ਨੇੜੇ ਆ ਕਦੇ ਕਿਸੇ ਨੇ ਨਹੀਂ ਕਿਹਾ ਕਿ ਉਹ ਨੇੜੇ ਆ ਕਿਉਂਕਿ ਗੁਰੂ ਜੀ ਨੇ ਬਜ਼ੁਰਗ ਬੱਚੇ ਨੂੰ ਇੰਨਾ ਨੇੜੇ ਲਾਇਆ ਪਿਆਰ ਕੀਤਾ ਹਰ ਕਿਸੇ ਤੁਹਾਨੂੰ ਇਹੀ ਕਹੇਗਾ ਕਿ ਮੈਂ ਸਭ ਤੋਂ ਨੇੜੇ ਸੰਗਤ ਜੀ ਸਭ ਤੋਂ ਨੇੜੇ ਕੋਈ ਨਹੀਂ ਆ ਤੁਸੀਂ ਨੇੜੇ ਹੋ ਸਭ ਤੋਂ ਨੇੜੇ ਹਰ ਆਦਮੀ ਗੁਰੂ ਜੀ ਦੇ ਸਭ ਤੋਂ ਨੇੜੇ ਸੰਗਤ ਜੀ ਮੈਂ ਤੁਹਾਨੂੰ ਜਨਮ ਦਿਨ ਦੀ ਗੱਲ ਸੁਣਾਉਣਾ ਮੈਨੂੰ ਯਾਦ ਆ ਗਈ ਜਨਮ ਦਿਨ ਤੇ ਨਾ ਮੈਂ ਅੱਛਾ ਮੈਨੂੰ ਹੁੰਦਾ ਸੀ ਮੈਂ ਆਪਣੀਆਂ ਛੁੱਟੀਆਂ ਬਚਾਲਾਂ ਵੀ ਜਿੰਨੀਆਂ ਵੀ ਵਜਦੀਆਂ ਮੈਂ ਸੰਗਤ ਜੀ ਜਦੋਂ ਸਕੂਟਰ ਤੇ ਆਇਆ ਸਭ ਨੂੰ ਬਤਾ ਕੇ ਮੈਂ ਸਕੂਟਰ ਤੇ 100 ਦਫਾ ਦਿੱਲੀ ਆਇਆ ਹੁਣ ਅੰਗੁਰ ਦੀ ਕੋਲ ਤੇ ਮੈਂ ਆਖੇ ਨਾ ਸਕੂਟਰ ਸੁਦਾ ਆਂਟੀ ਦੇ ਬਾਰੇ ਇੱਕ ਖੰਭਾ ਲੱਗਾ ਹੋਇਆ ਬਿਜਲੀ ਦਾ ਮੈਂ ਉੱਥੇ ਸਕੂਟਰ ਖੜਾ ਕੀਤਾ ਧਰਮ ਰਾਜ ਜੋ ਗੁਰੂ ਜੀ ਦੇ ਬੜੇ ਪੁਰਾਣੇ ਸੇਵਕ ਪੁਲਿਸ ਚ ਹੈ ਗੁਰੂ ਜੀ ਨੇ ਭਰਤੀ ਕਰਾਇਆ ਸੀ ਤੇ ਅੱਜ ਉਹ ਅੱਛੀ ਪੋਸਟ ਤੇ ਹੈ ਤੇ ਗੁਰੂ ਜੀ ਨਾਲ ਕੰਟੈਸਟਾਂ ਅੱਗੇ ਖੜੀ ਔਰ ਡੀਐਲਪੀ ਇੱਕ ਨੰਬਰ ਦਿੱਲੀ ਤੇ ਮੈਂ ਗੁਰਜੀ ਨੂੰ ਮੱਥਾ ਟੇਕਿਆ ਗੁਰੂ ਜੀ ਕਹਿੰਦੇ ਚੱਲ 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 ਮੈਂ ਕਿਹਾ ਗੁਰਜੀ ਬੈਗ ਤਾਂ ਰੱਖ ਲਾ ਮੈਨੂੰ ਬੜਾ ਮੈਂ ਕਿਹਾ ਮੈਂ ਤਾਂ 250 ਕਿਲੋਮੀਟਰ ਚਲਾ ਗਿਆ ਮੈਨੂੰ ਗੁਰਜੀ ਕਹਿੰਦੇ ਚੱਲ ਮੈਂ ਚਲੋ ਜੀ ਗੁਰੂ ਜੀ ਅੰਦਰ ਗਿਆ ਮੈਂ ਮੱਥਾ ਟੇਕ ਲਿਆ ਹੁਣ ਗੁਰੂ ਜੀ ਦੀ ਲੀਲਾ ਕੋਈ ਨਹੀਂ ਨਾ ਗੁਰੂ ਜੀ ਅੱਜ ਜਿਹੀ ਕਹਿੰਨੇ ਨੇ ਧਿਆਨ ਲੈਂਦੇ ਦੇਖੋ ਕੀ ਹੋਇਆ ਕਿ ਮੈਂ ਉੱਪਰ ਬੈਗ ਰੱਖਿਆ ਤੇ ਰਵੀ ਭਾਈ ਸਾਹਿਬ ਐ ਤੁਸੀਂ satsang ਸੁਣਿਆ ਨਾ ਅਨੁਰ ਅਨੂਰ ਰਵੀ ਰਾਇ ਗੁਰੂ ਜੀ ਅੰਦਰ ਉਹ ਮਰਚਨੇ ਵਿੱਚ ਐ ਤੇ ਗੁਰਜੀ ਇਹਨਾਂ ਨੂੰ ਜੱਜਾਂ ਲੈ ਕਹਿੰਦੇ ਹੁੰਦੇ ਬਾਪੂ ਜੀ ਵੀ ਗੁਰਜੀ ਦੇ ਨੇ ਕਹਿੰਦਾ ਵੀ ਜੱਜਾਂ ਲੈ ਹੈ ਸੰਗਤ ਜੀ ਇਹ ਸਾਰੇ ਪਰਿਵਾਰ ਸਾਡਾ ਸੰਧੂ ਅੰਕਲ ਸੁਖੀ ਆਂਟੀ ਜੋ ਸੁਖੀ ਬੋਰਾ ਚੰਡੀਗੜ੍ਹ ਆਲੇ ਮਤਲਬ ਸਾਰੇ ਪਰਿਵਾਰ ਇੱਕ ਪਰਿਵਾਰ ਵਾਂਗੂ ਹੈ ਤੁਹਾਨੂੰ ਗੁਰਜੀ ਕਹਿੰਦੇ ਹੁੰਦੇ ਸੀ ਵੀ ਮੈਂ ਇਹ ਮੰਦਿਰ ਨਾ ਸਿਰਫ ਤੁਹਾਡੇ ਲਈ ਬਣਾ ਰਿਹਾ ਕਿ ਸੰਗਤ ਤੁਹਾਡਾ ਪਰਿਵਾਰ ਹੈ ਤੁਹਾਡੇ ਦੁੱਖ ਸੁੱਖ ਚ ਤਾਮ ਆਵੇ ਗੁਰਜੀ ਕਹਿੰਦੇ ਮੈਨੂੰ ਕੀ ਮੈਂ ਤਾਂ ਜੋ ਮਰਜ਼ੀ ਬਣਵਾ ਦਵਾਂ ਉਹ ਕਮੀ ਥੋੜਾ ਜੀ ਸੰਗਤ ਜੀ ਲਬਤੋਂ ਗੱਲ ਕੱਟ ਕੇ ਫਿਰ ਉਹ ਗੱਲਾਂ ਯਾਦ ਆ ਜਾਂਦੀਆਂ ਨੇ ਨਹੀਂ ਮੇਰੇ ਫਾਦਰ ਬਿਮਾਰ ਸੀ ਰਾਏ ਆਂਟੀ ਮਤਲਬ ਰਵੀ ਰਾਏ ਸੁਖੀ ਆਂਟੀ ਤੀਨਾ ਤੀਨੂ ਤੁਸੀਂ ਸੁਣਿਆ ਨਾ ਵਾ ਤੀਨੂ ਢਿੱਲੋ ਉਹਨਾਂ ਦੇ ਬੜੇ ਪ੍ਰਾਣੇ ਆ ਗੁਰੂ ਜੀ ਦੇ ਤੇ ਉਸ ਤੋਂ ਮਤਲਬ ਇਹ ਸਾਰੇ ਪਰਿਵਾਰ ਨਾਲ ਜੀ ਔਰ ਲੀਨ ਮਤਲਬ ਇਹਨਾਂ ਨੇ ਸਾਰਿਆਂ ਨੇ ਪਰਵਾਨ ਮੇਰੇ ਨਾਲ ਸਾਥ ਦਿੱਤਾ ਮੈਨੂੰ ਇਹ ਹੀ ਨਹੀਂ ਪਤਾ ਕਿਸੇ ਨੇ ਕਹਿੰਨਾ ਨਵਰਾਜੀ ਮੈਂ ਇਹ ਲੈ ਕੇ ਆਣਾ ਉਹ ਲੈ ਆਣਾ ਕੋਈ ਡਾਕਟਰਸ ਨੂੰ ਕਹਿਣਾ ਵਾ ਸੋ ਕਹਿਣ ਦਾ ਮਤਲਬ ਹੈ ਸੰਗਤ ਜੀ ਇਹ ਤੁਹਾਡਾ ਪਰਿਵਾਰ ਹੈ ਮੈਂ ਐਵੇਂ ਗਾ ਮੈਂ ਤੇ ਇਸ ਪਰਿਵਾਰ ਵੱਲੋਂ ਬੜਾ ਕੁਝ ਮਿਲਿਆ ਹੈ ਬਹੁਤ ਕੁਝ ਮਿਲਿਆ ਮੈਂ ਸਾਰੀ ਸੰਗਤ ਦਾ ਬੜਾ ਹੀ ਧੰਨਵਾਦੀ ਆ ਸੰਗਤ ਜੀ ਕੀ ਹੋਇਆ ਕਿ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਸੀ ਸੁਦਾ ਆਂਟੀ ਅਲੀ ਵੀ ਜਦੋਂ ਉਹਨਾਂ ਦੇ ਘਰ ਗੁਰਜੀ ਮੈਨੂੰ ਕਹਿੰਦੇ ਚੱਲ ਚੱਲ ਰਵੀ ਰਾਏ ਮੈਨੂੰ ਮਿਲੇ ਅੱਛਾ ਮੈਂ ਸਕੂਟਰ ਚੱਕਿਆ ਮੈਂ ਤਾਂ ਸਕੂਟਰ ਤੇ ਜਾਣਾ ਸੀ ਮੈਂ ਮੰਦਿਰ ਚਲਾ ਗਿਆ ਰਵੀ ਰਾਏ ਮੈਨੂੰ ਮਿਲੇ ਕਹਿੰਦੇ ਨੌਰਾਜੀ ਤੁਸੀਂ ਮੱਥਾ ਟੇਕ ਲਿਆ ਮੈਂ ਕਿਹਾ ਜੀ ਹਾਂਜੀ ਕਹਿੰਦੇ ਚਲੋ ਆਪਾਂ ਨਾ ਕਿਚਨ 'ਚ ਸੇਵਾ ਕਰ ਲੈਂਦੇ ਸੰਗਤ ਜੀ ਜਦੋਂ ਉੱਥੇ ਫੰਕਸ਼ਨ ਸੀਗਾ ਵੱਡੇ ਮੰਦਰ ਹੈ ਗੁਰੂ ਜੀ 11 ਵਜੇ ਸਿੰਗਲੇ ਨੂੰ ਕਹਿਣ ਲੱਗੇ ਜਿਹੜਾ ਰਵਿੰਦਾ ਡੈਡੀ ਸਿੰਗਲਾ ਹੀ ਨਵਰਾਇ ਕਿੱਥੇ ਆ ਗੁਰੂ ਜੀ ਜੇਲਾਵੇਂ ਨਵਰਾਇ ਕਿੱਥੇ ਗੁਰੂ ਜੀ ਨੂੰ ਐਸੀ ਵੀ ਕਿੱਥੇ ਵਾਪਸ ਤੇ ਨਹੀਂ ਚਲਾਗਾ ਮੈਨੂੰ ਬੜਾ ਮਹਿਸੂਸ ਹੋਇਆ ਤੁਹਾਨੂੰ ਝੂਠ ਕਾ ਮੇਰੇ ਕੋਈ ਮਨ ਚ ਆਇਆ ਮੈਂ ਤੇ ਚੱਲਿਆ ਫਿਰ ਮੈਂ ਕਿਹਾ ਕਮਲਿਆ ਗੁਰੂ ਜੀ ਕਹਿਣਗੇ ਤੂੰ ਜਾ ਫਿਰ ਗੁਰੂ ਜੀ ਨੇ ਕੀ ਲੈਣਾ ਮੇਰੇ ਕੋਲ ਸੰਗਤ ਜੀ ਜੇਲਾਵੇਂ ਮਤਲਬ ਫਿਰ ਗੌਰਵ ਜੀ ਨੂੰ ਪੁੱਛਿਆ ਗੌਰਵ ਨੂੰ ਕਹਿਣ ਲੱਗੇ ਕਹਿੰਦੇ ਵੀ ਕਿੱਥੇ ਆ ਗੁਰਮ ਨੇ ਦੱਸਿਆ ਕਹਿੰਦੇ ਗੁਰੂ ਜੀ ਬੈਗ ਉਹਨਾਂ ਦਾ ਉੱਪਰ ਪਿਆ ਬੈਰ ਸ਼ੇਡ ਇੱਥੇ ਹੋਣਗੇ ਸੰਗਤ ਜੀ ਜਦੋਂ ਮੈਂ ਇੱਕ ਕਮਰਾ ਉੱਥੇ ਗੁਰੂ ਜੀ ਮੈਨੂੰ ਕਹਿੰਦੇ ਸੀ ਨਵਰਾਜ ਇਹ ਇਹ 13 ਕਮਰਾ ਵੱਡੇ ਮੰਦਰ ਦੇ ਵਿੱਚ 뮤직 ਰੂਮ ਦੇ ਬਾਹਰ ਹੁਣ ਤੇ ਕਿਚਨ ਬਣ ਗਈ ਨਾ ਜੀ ਗੁਰੂ ਜੀ ਕਹਿੰਦੇ ਨਵਰਾਜ ਇਹ 13 ਕਮਰਾ ਇੱਕ ਕੁਟਿਆ ਜਿਹੜੀ ਬਣੀ ਹੈ ਅਸੀਂ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਮਤਲਬ ਸਾਹਮਣੇ ਜੋ ਵੀ ਮਤਲਬ ਉੱਥੇ ਬੈਠ ਕੇ ਚੰਡੀਗੜ੍ਹ ਬਣਾਇਆ ਜੀ ਗੁਰੂ ਜੀ ਕਹਿੰਦੇ ਨਵਰਾਜ ਆਪਾਂ ਇੱਥੇ ਦੋਵੇਂ ਸਮਾਦੀ ਲਾਇਆ ਕਰਾਂਗੇ ਸੋ ਸੰਗਤ ਜੀ ਮੈਂ ਆਪਣੇ ਕਮਰੇ 'ਚ ਜਾ ਕੇ ਲੇਟ ਗਿਆ 12 ਵਜੇ ਤੋਂ ਬਾ ਗਰਵ ਆਇਆ ਮੇਰੇ ਕੋਲ ਮੇਰੇ ਉੱਤੇ ਲੇਟ ਗਿਆ ਫੇ ਮੇਰੀਆਂ ਗੱਲਾਂ ਪੱਟਣ ਲੱਗ ਗਿਆ ਡੈਡੀ 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 ਤੇ ਕਹਿੰਦਾ ਡੈਡੀ ਗੁਰੂ ਜੀ ਪੁੱਛ ਰਿਆ ਸੀ ਮੈਂ ਗੁਰੂ ਜੀ ਨੂੰ ਦੱਸਿਆ ਵੀ ਅੰਕਲ ਤੇ ਉੱਥੇ ਆ ਵੀ ਨਾ ਸੰਗ ਜੀ ਸਵੇਰੇ ਦੇ 5 ਵਜੇ ਗੁਰੂ ਜੀ ਕਦੇ ਵੀ ਦੋ ਦਿਨਾਂ ਗੁਰੂ ਜੀ ਵੱਡੇ ਮੰਦਰ ਜਾਂਦੇ ਸੀ ਸਵੇਰੇ ਚ 5 ਵਜੇ ਹਨ 6 ਵਜੇ ਹਨ ਅੰਬਾ ਸਟੇਟ ਆ ਜਾਂਦੇ ਸੀ ਲੋ ਜੀ ਸਵੇਰੇ ਜਦੋਂ ਸਾਢੇ 5 6 ਵਜੇ ਜੋ ਵੀ ਟਾਈਮ ਸੀਗਾ ਤੇ ਗੁਰੂ ਜੀ ਸੁਦਾ ਆਂਟੀ ਕੈਂਟੀ ਸੇ ਬੱਬਰ ਉਮਰ ਲ 5-7 ਬੰਦੇ ਬੈਠੇ ਗੁਰਜੀ ਨੇ ਝਾਸਣਾ ਲਾ ਕੇ ਬੈਠੇ ਸੀ ਤੇ ਮੈਨੂੰ ਉਹਨੂੰ ਕਿਹਾ ਮੈਨੂੰ ਕਹਿੰਦੇ ਗੁਰਜੀ ਬਣਾ ਰਹੇ ਸੰਗਤ ਜੀ ਮੈਂ ਗਿਆ ਮੈਂ ਤਾਂ ਇਨਾ ਰੋਣਾ ਆਏ ਵੀ ਦੱਸੋ ਦਾ ਕਿ ਨਾ ਤੇ ਮੈਂ ਗੁਰਜੀ ਨੂੰ ਮੱਥਾ ਟੇਕਿਆ ਮੈਂ ਚੁੱਪ ਚੰਨੀ ਵੀ ਪਾ ਕੇ ਬਹਿ ਗਿਆ ਗੁਰਜੀ ਪਤਾ ਕੀ ਕਹਿੰਦੇ ਕੈਂਟੀ ਅੰਕਲ ਇਹ ਪਤਾ ਕੌਣ ਹੈ ਇਹ ਨਵਰਾਜ ਆ ਚੰਡੀਗੜ੍ਹ ਤੋਂ ਇਹ ਆਪਣਾ ਖਾਸ ਬੰਦਾ ਮੈਂ ਮੰਨ ਗਿਆ ਗੁਰਜੀ ਪਹਿਲੇ ਬੰਦੇ ਦੀ ਜਾਣ ਕਰਦੀ ਉਹਨ ਕਹਿੰਦੇ ਖਾਸ ਬੰਦਾ ਸੋ ਮਹਾਰਾਜ ਦੀ ਲੀਲਾ ਦੇਖੋ ਚਲੋ ਜੀ ਅਸੀਂ ਉੱਥੋਂ ਫਿਰ ਜਦੋਂ ਗੁਰੂ ਜੀ ਵਾਪਸ ਜਾਣ ਲੱਗੇ ਤੇ ਮੈਨੂੰ ਗੁਰੂ ਜੀ ਨੇ ਬੁਲਾਇਆ ਮੈਂ ਗੁਰੂ ਜੀ ਦੇ ਨਾਲ ਨਾਲ ਗੇਟ ਤੱਕ ਛੱਡਣ ਆਇਆ ਤੇ ਮੈਨੂੰ ਗੁਰੂ ਜੀ ਪਤਾ ਕੀ ਆਂਦੇ ਕਹਿੰਦੇ ਨਵਰਾਜ 3 ਦਿਨ ਦਾ ਫੰਕਸ਼ਨ ਹੈ ਆਪਣਾ ਵੀ ਤਾਂ ਇੱਕ ਬੰਦਾ ਚਾਹੀਦਾ ਦੇਖੋ ਨਾ ਮਹਾਰਾਜ ਦਾ ਪਿਆਰ ਦੇਖੋ ਲੀਲਾ ਦੇਖੋ ਫਿਰ ਕੀ ਹੋਇਆ ਰਵੀ ਰਾਏ ਸੀ ਨਾ ਉਹ ਜਦੋਂ ਗੁਰਜੇ ਮੈਨੂੰ ਭੇਜਤਾ ਨਾ ਕਿਉਂਕਿ ਮੈਂ ਦੱਸਿਆ ਗੁਰੂ ਜੀ ਦਾ ਸਭ ਨਾਲ ਪਿਆਰ ਸੀ ਕਿਸੇ ਨੂੰ ਅੰਦਰ ਬੁਲਾ ਲਿਆ ਅਨੂ ਆਇਓ ਭੈਣ ਜੀ ਤੇ ਉਹ ਰਵੀ ਰਾਏ ਮੈਨੂੰ ਨਾ ਬਾਅਦ ਚੋ ਦੱਸਣ ਲੱਗੇ ਕਹਿੰਦੇ ਅਸੀਂ ਗੁਰੂ ਜੀ ਨੇ ਅੰਦਰ ਬੁਲਾਇਆ ਤੇ ਕਹਿੰਦੇ ਗੁਰੂ ਜੀ ਪਤਾ ਕੀ ਕਹਿੰਦੇ ਅੱਛਾ ਸੰਗਤ ਜੀ ਤੁਹਾਨੂੰ ਹੋਰ ਗੱਲ ਦੱਸਾਂ ਕਦੇ ਮੈਂ ਅਜੇ ਤੱਕ ਢਾਬੇ ਦੇ ਨਾਤਾ ਨਹੀਂ ਕੋਈ ਸੈਂਸ ਹੀ ਨਹੀਂ ਬੰਦੀ ਮੈਂ ਜ਼ਿਮੀਦਾਰਾ ਢਾਬਾ ਤੇ ਰੁਕਦਾ ਸੀ ਮੈਂ ਉੱਥੇ ਨਹਾ ਵੀ ਲਿਆ ਉਦੋਂ ਦੇਖੋ ਪਤਾ ਨਹੀਂ ਕੀ ਗੱਲ ਰਵੀ ਰਾਏ ਅੰਕਲ ਕਹਿੰਦੇ ਅਸੀਂ ਗਏ ਗੁਰੂ ਜੀ ਕੋਲ ਗੁਰੂ ਜੀ ਕਹਿੰਦੇ ਇੱਕ ਗੱਲ ਦੱਸੋ ਮੇਰਾ ਜਨਮ ਦਿਨ ਆ ਇਹਨੂੰ ਸ਼ਰਮ ਨਹੀਂ ਆਂਦੀ ਅੱਜ ਕਹਿੰਦੇ ਜਿੱਦਾਂ ਲੋਕ ਆ ਰਹੇ ਆ ਸੇਮੜੇ ਆ ਰਹਿਆ ਇਹਦਾ ਫਰਜ਼ ਨਹੀਂ ਬੰਦਾ ਇੱਕ ਮਹੀਨਾ ਪਹਿਲੇ ਆਵੇ ਸੰਗਤ ਜੀ ਗੁਰੂ ਮਹਾਰਾਜ ਦੀ ਕਿਰਪਾ ਦੇਖੋ ਅਸੀਂ ਇਸ ਲਾਇਕ ਨਹੀਂ ਕਿ ਜੋ ਉਹਨਾਂ ਨੇ ਸਾਨੂੰ ਪਿਆਰ ਦਿੱਤਾ ਵੈ ਸੋ ਬੜੀਆਂ ਗੱਲਾਂ ਹੈਗੀਆਂ ਸੰਗਤ ਜੀ ਟਾਈਮ ਤੇ ਬਹੁਤ ਹੋ ਗਿਆ ਮੈਂ ਤੁਹਾਨੂੰ 10 ਮਿੰਟ ਚਲੋ ਮਤਲਬ ਹੁਣ ਜੋ ਕਹਿੰਦੇ ਨਾ ਗੁਰੂ ਮਹਾਰਾਜ ਦੀ ਗੱਲ ਮੈਂ ਤਾਂ ਵੇਖਿਆ ਹੀ ਨਹੀਂ ਇੰਨਾ ਕੁਝ ਲਿਖਿਆ ਸੀ ਸੰਗਤ ਜੀ ਚਲੋ ਮੈਂ ਤੁਹਾਨੂੰ ਬਾਪੂ ਜੀ ਦੀ ਗੱਲ ਦੱਸਦਾ ਮੈਂ ਹੁਣ ਆਪਾਂ ਬਾਪੂ ਜੀ ਦੀ ਮਾਤਾ ਜੀ ਦੀ ਸੰਗਤ ਜੀ ਬਾਪੂ ਜੀ ਇੱਕ ਵਾਰੀ ਜਿਲੰਧਰ ਆਏ ਸੀ ਸਾਡੇ ਕੋਲ ਗੁਰੂ ਜੀ ਨਾ ਛੱਤ ਦੇ ਉੱਤੇ ਸੌਂਦੇ ਹੁੰਦੇ ਸੀ ਤੇ ਫਰਾਟੇ ਲਾ ਲੈਨੇ ਫਰਾਟਾ ਵੱਡਾ ਪੱਖਾ ਜਿਹੜਾ ਤੁਸੀਂ ਸ਼ਾਮ ਹੁੰਦਾ ਤੇ ਗੁਰੂ ਜੀ ਨੇ ਕਹਿੰਨਾ ਮਾਰੋ ਮੁੱਕੀ ਅਸੀਂ ਗੋਡਿਆਂ ਭਾਰ ਥੱਲੇ ਅਸੀਂ ਕਹਿੰਦੇ ਸਹਾਨੇ ਰੱਖ ਲੈਨੇ ਤੇ ਜਦੋਂ ਬਾਪੂ ਜੀ ਆਏ ਮੈਂ ਤੁਹਾਨੂੰ ਸ਼ਾਰਟਕਟ ਸੁਣਾਉਣਾ ਸਵੇਰੇ ਅਸੀਂ ਉੱਥੇ ਤੇ ਬਾਪੂ ਜੀ ਕਹਿੰਦੇ ਭਾਈ ਮੈਂ ਤਾਂ ਰਾਤੀ ਡਰ ਗਿਆ ਮੈਂ ਕਿਹਾ ਬਾਪੂ ਜੀ ਕੀ ਹੋਇਆ ਇਹ ਸੁਖੀ ਆਂਟੀ ਨੇ ਵੀ satsang ਕੀਤਾ ਹੋਇਆ ਮੈਂ ਅਸੀਂ ਤਾਂ ਪ੍ਰੈਕਟੀਕਲ ਦੇਖਿਆ ਮੈਂ ਤਾਂ ਉੱਥੇ ਹੀ ਸੀ ਜੀ ਸੁਖੀ ਬੋਰਾ ਆਂਟੀ ਇੱਕ ਮੈਂ ਤੁਹਾਨੂੰ ਇੱਥੇ ਗੱਲ ਦੱਸਦਾ ਚਲੋ ਬਾਅਦ ਵਿੱਚ ਉਹ ਗੱਲ ਸੁਣਾਉਣਾ ਤੁਹਾਨੂੰ ਤੇ ਬਾਪੂ ਜੀ ਕਹਿੰਦੇ ਭਾਈ ਅਸੀਂ ਤੇ ਕਹਿੰਦਾ ਮੈਂ ਤਾਂ ਡਰ ਗਿਆ ਮੈਂ ਕਿਹ ਜੀ ਕੀ ਹੋਇਆ ਕਹਿੰਦੇ ਮੈਂ ਦੇਖਿਆ ਗੁਰੂ ਜੀ ਸ਼ੇਰ ਦੇ ਨਾਲ ਆਪਣੇ ਕਮਰੇ ਚ ਜਾ ਰਹੇ ਆ ਜਿਲੰਦਰ ਫਰਸਟ ਫਲੋਰ ਦੇ ਉੱਤੇ ਸਾਹਮਣੇ ਗੁਰੂ ਜੀ ਦਾ ਕਮਰਾ ਹੁੰਦਾ ਸੀ ਕਹਿੰਦੇ ਮੈਂ ਤੇ ਭਾਈ ਡਰਿਆ ਦੇਖੋ ਮਹਾਰਾਜ ਦੀ ਜਿਨ੍ਹਾਂ ਨੂੰ ਗੁਰੂ ਜੀ ਨੇ ਦਰਸ਼ਨ ਦੇਣੇ ਆ ਆਪੇ ਦੇ ਦੇਣੇ ਸੰਗਤ ਜੀ ਕੋਈ ਨਹੀਂ ਜੋੜਦਾ ਅੱਜ ਵੀ ਸੰਗਤ ਕਹਿੰਦੀ ਹੈ ਕਿ ਗੁਰੂ ਜੀ ਸਾਡੇ ਸੁਪਨੇ ਚ ਆਏ ਅਸੀਂ ਦੇਖਿਆ ਨਹੀਂ ਮਹਾਰਾਜ ਨੇ ਜਿਹਨੂੰ ਜੋੜਨਾ ਉਹਨਾਂ ਨੇ ਆਪੇ ਜੋੜਨਾ ਸੰਗਤ ਦੀ ਇੱਜ਼ਤ ਕਰੋ ਹੋਰ ਕੋਈ ਨਹੀਂ ਸੁਖੀ ਆਂਟੀ ਦੇਖੋ ਸੁਖੀ ਆਂਟੀ ਨੇ ਗੁਰੂ ਦੀ ਬੜੀ ਸੇਵਾ ਕੀਤੀ ਆ ਦੇਖੋ ਜਿਹੜੀ ਸੇਵਾ ਹੁੰਦੀ ਉਹ ਜਿਆਦਾ ਰੋਲਾ ਮ ਨਹੀਂ ਗੁਰਜੀ ਕਹਿੰਦਾ ਨਾ ਇਸ ਹੱਥ ਨਾਲ ਦਾਨ ਦਿਓ ਤਾਂ ਦੂਜੇ ਹੱਥ ਨਾਲ ਨਾ ਪਤਾ ਲੱਗੇ ਸੋ ਕਹਿੰਦੇ ਦਾਨ ਔਰ ਪ੍ਰਾਣਮ ਬੜੇ ਔਖੇ ਆ ਦੇਣੇ ਸੁਖੀ ਆਂਟੀ ਨੇ ਦੱਸਿਆ ਸੁਖੀ ਆਂਟੀ ਕਹਿਣ ਲੱਗਿਆ ਵੀ ਦੇਖੋ ਅਸੀਂ ਗੁਰਜੀ ਕੋਲ ਜਾਣਾ ਇਹਨਾਂ ਦੇ ਡੈਡੀ ਸੀ ਤੇ ਇੱਕ ਦਿਨ ਮੈਨੂੰ ਨਾ ਜਿਲੰਦਰ ਸੀ ਮੈਂ ਜਾਂਦਾ ਤੇ ਮੈਨੂੰ ਗੁਰਜੀ ਕਹਿੰਦੇ ਵੀ ਤੂੰ ਨਾ ਸੁਖੀ ਆਂਟੀ ਦੇ ਘਰ ਜਾਇਆ ਇਹ ਮੈਂ ਕਿਹਾ ਠੀਕ ਹੈ ਗੁਰੂ ਜੀ ਮੈਨੂੰ ਕਹਿੰਦੇ ਸੁਖੀ ਆਂਟੀ ਦੇ ਡੈਡੀ ਮਹਾਪੁਰਸ਼ ਹੈ ਕਹਿੰਦੇ ਇਹਨਾਂ ਦੀ ਸੇਵਾ ਕਰਿਆ ਕਰ ਸੰਗਤ ਜੀ ਮੈਂ ਜਦੋਂ ਚੰਡੀਗੜ੍ਹ ਆਇਆ ਸੁਖੀ ਆਂਟੀ ਵੀ ਪੈਂਤੀਚ ਰਹਿੰਦੇ ਸੀ ਤੇ ਮੇਰੇ ਗੁਰੂ ਜੀ ਦਾ ਹੁਕਮ ਸੀ ਤੇ ਮੈਂ ਆਂਟੀ ਦੇ ਘਰ ਗਿਆ ਮੈਂ ਆਂਟੀ ਕੋਈ ਕੰਮ-ਕੁਮ ਸੇਵਾ ਮਤਲਬ ਮੈਂ ਤਾਂ ਹੀ ਪੁੱਛਣਾ ਸੀ ਕੰਮ-ਕੁਮ ਕੀ ਹੈ ਤੇ ਮੈਂ ਬੈਠਾ ਆਂਟੀ ਕਹਿੰਦੇ ਆਂਟੀ ਦਾ ਕੋਈ ਰੈਗੂਲੇਟਰ ਨਹੀਂ ਸੀ ਜਦੋਂ ਦਾ ਲੋ ਜੀ ਮਹਾਰਾਜ ਦੀ ਕਿਰਪਾ ਹੋਈ ਮੈਂ ਰੈਗੂਲੇਟਰ ਠੀਕ ਹੋ ਗਿਆ ਤੇ ਮੈਂ ਅਗਲੀ ਵਾਰੀ ਜਦੋਂ ਮੈਂ ਨਾ ਹਰ ਫਰਡੇ ਚਲ ਜਾਂਦਾ ਸੀ ਗੁਰੂ ਜੀ ਕੋ ਮੰਡੇ ਨੂੰ ਮੈਂ ਆਂਦਾ ਸੀ ਜਲੰਧਰੋਂ ਸੰਗਤ ਜੀ ਗੁਰੂ ਜੀ ਨੇ ਮੋਂਟੀ ਨੂੰ ਕਹਿਣਾ ਜਲੰਧਰ ਹੁੰਦਾ ਸੀ ਕਹਿੰਦੇ ਚੱਲ ਨਵਰਾਜ ਨੂੰ ਚਾਹ ਪਲਾਏ ਨੂੰ ਭੇਜ ਫੇਰ ਆਪਾਂ ਪਾਠ ਤੇ ਜਾਵਾਂਗੇ ਸੰਗਤ ਜੀ ਮੈਂ ਢਾਈ ਪੌਣੇ ਤਿੰਨ ਘੰਟੇ ਜੋ ਜਲੰਧਰੋਂ ਚੰਡੀਗੜ੍ਹ ਪਹੁੰਚ ਜਾਂਦਾ ਹੁੰਦਾ ਏ ਤੁਸੀਂ ਅੱਛਾ ਜਦੋਂ ਫੇਰ ਮੈਂ ਗਿਆ ਅਗਲੀ ਵਾਰੀ ਗੁਰੂ ਸਭ ਨੇ ਦੇਖਿਆ ਗੁਰੂ ਜੀ ਆਪਣੇ ਹੱਥ ਨਾਲ ਸਾਈਡ ਤੋਂ ਕਲਾ ਪ੍ਰਸ਼ਾਦ ਜਲੇਬੀਆਂ ਗੁਰੂ ਜੀ ਅਮਰਤੀਆਂ ਬੜੇ ਅਚੇ ਚੈਨਾ ਮੁਰਗੀ ਬੜੀ ਗੁਰੂ ਜੀ ਨੂੰ ਬਹੁਤ ਪਸੰਦ ਸੀ ਤੇ ਮੈਂ ਨਾ ਨਾਲ ਥਾਲ ਲੈ ਕੇ ਖੜਾ ਸੀ ਗੁਰੂ ਜੀ ਮੈਨੂੰ ਕਹਿੰਦੇ ਤੂੰ ਗਿਆ ਸੀ ਮੈਂ ਕਿਹਾ ਹਾਂਜੀ ਗੁਰੂ ਜੀ ਕਹਿੰਦੇ ਅੰਕਲ ਕੋ ਜਾਇਆ ਕਰ ਅੰਕਲ ਮਹਾਪੁਰਚਾ ਸੋ ਗੁਰੂ ਜੀ ਨੂੰ ਤਾਂ ਹਰ ਕਿਸੇ ਦਾ ਪਤਾ ਜੀ ਫੇਰ ਤੁਸੀਂ ਦੇਖੋ ਸੰਗਤ ਜੀ ਉਸ ਤੋਂ ਬਾਅਦ ਮੈਂ ਦੱਸਦਾ ਗੱਲ ਆਮ ਲੋਕੀ ਕਹਿੰਦੇ ਆ ਕਿ ਗੁਰੂ ਜੀ ਅਮੀਰਾਂ ਦੇ ਆ ਸੰਗਤ ਜੀ ਨਹੀਂ ਅਸੀਂ ਵੀ ਕਈ ਵਾਰੀ ਮਾਂਝੋ ਸੋਚਣਾ ਦੇਖੋ ਇਹ ਵਿਚਾਰਾ ਗਰੀਬ ਹੈ ਗੁਰੂ ਜੀ ਨੇ ਕਹਿੰਨਾ ਚੱਲ ਚੱਲ ਕਿਸ ਕੋਈ ਵੱਡਾ ਆਦਮੀ ਗੁਰਜੀ ਨੇ ਜਿਵੇਂ ਤੁਸਣਾ ਕਿਸੇ ਨੂੰ ਥੋੜੇ ਬੰਦੇ ਰੋਕ ਲੈਨੇ ਫਿਰ ਗੁਰੂ ਜੀ ਨੇ ਜੇ ਉੱਥੇ ਰਹਿਣਾ ਬੜੀਆਂ ਗੱਲਾਂ ਚਲਣੀਆਂ ਸੰਗਤ ਇੰਨੀ ਕੰਫਰਟੇਬਲ ਹੋ ਜਾਂਦੀ ਸੀ ਗੁਰੂ ਜੀ ਨਾਲ ਇੱਕ ਦੂਜੇ ਦੀਆਂ ਗੱਲਾਂ ਵੀ ਕਰੀ ਜਾਣੀਆਂ ਮਹਾਰਾਜ ਨੇ ਹੱਸੀ ਜਾਣਾ ਸਾਰਾ ਕੁਝ ਦੇਖੋ ਲੀਲਾ ਸੀ ਉਹਨਾਂ ਦੀ ਸੋ ਇੱਕ ਦਿਨ ਦੇਖੋ ਥੋੜੇ ਜੋ ਭੁਲੇਖੇ ਆ ਨਾ ਜੀ ਗੁਰੂ ਜੀ ਖੁਦ ਕੱਢਦੇ ਆ ਗੁਰੂ ਸੰਗਤ ਨਹੀਂ ਕਹਿੰਦੇ ਇੱਕ ਦਿਨ ਗੁਰੂ ਜੀ ਬੈਠੇ ਪਤਾ ਕੀ ਕਹਿੰਦੇ ਜੀ ਮੈਂ ਤੁਹਾਨੂੰ ਦੱਸਾਂ ਗੁਰੂ ਜੀ ਕਹਿੰਦੇ ਦੇਖੋ ਕਹਿੰਦੇ ਤੁਹਾਨੂੰ ਲੱਗਦਾ ਕਿ ਅਸੀਂ ਗੁਰੂ ਜੀ ਤੁਹਾਡੇ ਮੰਨਦੀਆਂ ਵੀ ਗੱਲ ਹੁਣ ਵੀ ਅਸੀਂ ਗੱਲ ਕਰ ਰਹੇ ਆ ਗੁਰੂ ਜੀ ਸਭ ਦੇਖ ਰਹੇ ਆ ਗੁਰੂ ਜੀ ਕਹਿੰਦੇ ਤੁਹਾਨੂੰ ਲੱਗਦਾ ਕਿ ਅਸੀਂ ਉਹਨੂੰ ਬਿਠਾ ਲਿਆ ਭੇਜਤਾ ਨਹੀਂ ਕਹਿੰਦੇ ਜੇ ਤੁਸੀਂ ਪ੍ਰਮਾਤਮਾ ਕੋਲੋਂ ਰੱਬ ਕੋ ਲਾਣੇ ਹੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਆਂਦੇ ਤੁਸੀਂ ਆਪਣੀ ਮਰਜ਼ੀ ਨਾਲੋਂ ਹਮੇਸ਼ਾ ਗੁਰੂ ਜੀ ਤੋਂ ਅੱਗੇ